ਚੜਨ ਵਾਲੇ ਹੋ ਹੱਕਾਂ ਦੀ ਪੇਟੀ ਉੱਤੇ ਤੁਹਾਨੂੰ ਸ਼ਰਧਾ ਦੇ ਫੁੱਲ ਚੜਾਉਣ ਲੱਗਿਆ ਤੁਹਾਡੀ ਯਾਦ ਵਿੱਚ ਬੈਠ ਕੇ ਦੋ ਘੜੀਆਂ ਬਹਾਨ ਲੱਗਿਆ ਤੁਹਾਨੂੰ ਮਿਲੂ ਹੁੰਗਾਰਾ ਸੰਸਾਰ ਵਿੱਚੋਂ ਮੁੱਢ ਬੰਨਿਆ ਤੁਸੀਂ ਕਹਾਣੀਆਂ ਦਾ ਸੌਂ ਖਾਂਦੇ ਹਾਂ ਅਸੀਂ ਜਵਾਨੀਆਂ ਦੀ ਮੁੱਲ ਤਾਰਾਂਗੇ ਅਸੀਂ ਕੁਰਬਾਨੀਆਂ ਜਿੱਥੇ ਗਏ ਹੋ ਅਸੀਂ ਵੀ ਆਏ ਜਾਣੋ ਤੇ ਬਲਦੀ ਚਿਖਾ ਹੁਣ ਠੰਡੀ ਨਾ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦਾ ਲਹਿਰ ਹੱਕਾਂ ਦੀ ਰੰਡੀ ਨਾ ਹੋਣ ਦੇਣੀ ਖੇਡਣ ਜਾਣ ਦੇ ਇੱਕ ਅੰਦਰ ਤੇ ਸ੍ਰੀ ਜ਼ੁਲਮ ਦੀ ਝੰਡੀ ਨਾ ਹੋਣ ਦੇਣੀ ਸਾਮਰਾਜ ਦੀ ਮੰਡੀ ਜੇ ਹਿੰਦ ਬਣਿਆ ਤਾਂ ਇਹ ਲੋਕਾਂ ਦੀ ਮੰਡੀ ਨਾ ਹੋਣ ਦੇਣੀ ਦੋਸਤੋ ਤੁਸੀਂ ਸੁਣਨ ਜਾ ਰਹੇ ਹੋ ਪ੍ਰੋਗਰਾਮ ਰੇਡੀਓ ਇਨਕਲਾਬ ਮੇਰੇ ਨਾਲ ਯਾਨੀ ਅਨੂ ਨਾਲ ਅਤੇ ਭਾਰਤੀ ਜੀ ਨਾਲ ਦੋਸਤੋ ਸਲਾਮ ਆਖਦਾ ਇਹ ਪ੍ਰੋਗਰਾਮ ਤੁਸੀਂ ਸਾਡੇ ਦੋਵਾਂ ਨਾਲ ਹਰ ਸੋਮਵਾਰ ਸੁਣਦੇ ਹੋ ਸ਼ਾਮ 5 ਵਜੇ ਤੋਂ 6:30 ਤੱਕ ਪਲੈਨਟ 104.6 FM ਦੇ ਮਾਧਿਅਮ ਤੋਂ ਅੱਜ ਦੇ ਪ੍ਰੋਗਰਾਮ ਦੀ ਰੂਪਰੇਖਾ ਤੁਹਾਨੂੰ ਦੱਸਦੇ ਚੱਲੀਏ ਉਸ ਤੋਂ ਬਾਅਦ ਫਿਰ ਅਸੀਂ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੀ ਕੋਸ਼ਿਸ਼ ਰਹੇਗੀ ਕਿ ਸਾਡੇ ਸਾਥੀ ਨੇ ਜਿਹੜੇ ਐਡਵੋਕੇਟ ਨਰਿੰਦਰ ਕੁਮਾਰ ਜੀਤ ਉਹਨਾਂ ਨਾਲ ਮੁਖਾਤਬ ਹੋਈਏ NK ਜੀਤ ਪਹਿਲਾਂ ਵੀ ਕਾਫੀ ਵਾਰ ਸਾਡੇ ਪ੍ਰੋਗਰਾਮਾਂ 'ਚ ਕੰਟਰੀਬਿਊਟ ਕਰ ਚੁੱਕੇ ਨੇ ਐਡਵੋਕੇਟ ਨੇ ਐਕਟਿਵਿਸਟ ਐਡਵੋਕੇਟ ਨੇ ਲੋਕ ਮੋਰਚਾ ਨਾਲ ਸੰਬੰਧਿਤ ਨੇ ਹੋਰ ਜਿੰਨੇ ਵੀ ਕਾਫੀ ਸਾਰੀਆਂ ਜਥੇਬੰਦੀਆਂ ਜਿਹੜੀਆਂ ਜਮਹੂਰੀ ਹੱਕਾਂ ਵਾਸਤੇ ਲੜਦੀਆਂ ਨੇ ਉਹਨਾਂ ਦਾ ਇਹ ਬਹੁਤ ਅਹਿਮ ਹਿੱਸਾ ਰਹੇ ਨੇ ਸ਼ੁਰੂ ਤੋਂ ਹੀ ਕਿਸਾਨੀ ਸੰਘਰਸ਼ ਜਿਹੜੇ ਚੱਲਦੇ ਰਹੇ ਨੇ ਅਗਰ ਅਸੀਂ ਜ਼ਿਕਰ ਕਰੀਏ ਸਾਧੂ ਸਿੰਘ ਤਖਤੂਪਰਾ ਹੋਰਾਂ ਦਾ ਜਿਹੜਾ ਉਹਨਾਂ ਦਾ ਕਤਲ ਕੀਤਾ ਗਿਆ ਉਸ ਤੋਂ ਬਾਅਦ ਜਿਹੜਾ ਕੇਸ ਚੱਲਿਆ ਉਹਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਦਾ ਯੋਗਦਾਨ ਪਾਇਆ ਫਿਰ ਸ਼ਰੂਤੀ ਅਗਵਾ ਕਾਂਡ ਸੀ ਜਿਹੜਾ ਉਹ ਤਾਂ ਮੇਰੇ ਖਿਆਲ ਸਾਰੇ ਸਰੋਤੇ ਸਾਡੇ ਜਾਣਦੇ ਹੋਣਗੇ ਉਹਦੇ ਵਿੱਚ ਵੀ ਸ਼ਰੂਤੀ ਵੱਲੋਂ ਲੋਇਰ NK ਜੀਤ ਸਨ ਤੋ ਅੱਜ ਕੱਲ੍ਹ ਇਹ ਤਾਮਿਲਨਾਡੂ ਪਹੁੰਚੇ ਹੋਏ ਨੇ ਜਿੱਥੇ ਕਿ ਪਿਛਲੇ ਦਿਨੀ ਟੂਟੀਕੋਰਨ ਜਿਹੜਾ ਸ਼ਹਿਰ ਹੈ ਉਹਦੇ ਨਜ਼ਦੀਕ ਸਟਰਲਾਈਟ ਨਾਮ ਦੀ ਇੱਕ ਫੈਕਟਰੀ ਹੈ ਜਿਹੜੀ ਕਿ ਵੇਦਾਂਤਾ ਦੀ ਕੰਪਨੀ ਹੈ ਔਰ ਉੱਥੇ ਕਾਪਰ ਜਿਹੜਾ ਹੈ ਉਹ ਕੱਢਿਆ ਜਾਂਦਾ ਹੈ ਜਿਹੜਾ ਕੁਦਰਤੀ ਤਰੀਕੇ ਨਾਲ ਕਾਪਰ ਪਾਇਆ ਜਾਂਦਾ ਉਹਦੇ ਵਿੱਚੋਂ ਕੱਢ ਕੇ ਕਾਪਰ ਮੈਟਲ ਤਿਆਰ ਕਰਨ ਦਾ ਜਿਹੜਾ ਪ੍ਰੋਸੈਸ ਹੈ ਉਹ ਫੈਕਟਰੀਆਂ 'ਚ ਉੱਥੇ ਹੁੰਦਾ ਤੋ ਉਹ ਸਾਰੀ ਚੀਜ਼ 'ਚੋਂ ਵਾਤਾਵਰਣ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਹੋਇਆ ਪਿਛਲੇ ਕਾਫੀ ਸਾਰੇ ਸਾਲਾਂ 'ਚ ਤੋ ਜਿਹੜੇ ਉੱਥੇ ਐਕਟਿਵਿਸਟ ਨੇ ਉਹ ਪਿਛਲੇ ਬਹੁਤ ਲੰਬੇ ਅਰਸੇ ਤੋਂ ਪ੍ਰੋਟੈਸਟ ਕਰਦੇ ਆ ਰਹੇ ਨੇ ਕਿ ਇਹ ਫੈਕਟਰੀਆਂ ਜਿਹੜੀਆਂ ਨੇ ਬੰਦ ਹੋਣ ਸਾਡਾ ਵਾਤਾਵਰਣ ਜਿਹੜਾ ਉਹ ਪ੍ਰਦੂਸ਼ਿਤ ਨਾ ਕੀਤਾ ਜਾਵੇ ਤੋ ਉਹ
ਕੁਛ ਚਿਰ ਪਹਿਲਾਂ ਇਸੇ ਸਾਲ ਵਿੱਚ ਹੀ ਜਦੋਂ ਉਹ ਬੜੇ ਸ਼ਾਂਤਮਈ ਤਰੀਕੇ ਨਾਲ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਮਾਰਚ ਕਰ ਰਹੇ ਸਨ ਉਹ ਸ਼ਹਿਰ ਦੇ ਥਰੂ, ਤੋ ਪੁਲਿਸ ਫੋਰਸ ਬਹੁਤ ਜ਼ਿਆਦਾ ਤਾਇਨਾਤ ਕੀਤੀ ਗਈ ਔਰ ਸਨਾਈਪਰਸ ਨੇ ਸ਼ੂਟ ਕੀਤਾ ਜਿਹਦੇ ਵਿੱਚ ਕਿ 12 ਦੇ ਕਰੀਬ ਵਿਅਕਤੀਆਂ ਦੀ ਮੌਤ ਹੋਈ, ਸ਼ਾਂਤਮਈ ਮੁਜ਼ਾਹਰਾ ਕਰ ਰਹੀ ਜਿਹੜੇ ਸਨ ਉਹਨਾਂ ਦੀ ਮੌਤ ਹੋਈ ਔਰ 30 ਤੋਂ ਜ਼ਿਆਦਾ ਜਿਹੜੇ ਉਹ ਜ਼ਖਮੀ ਹੋਏ, ਤੋ ਇੱਕ ਕਮੇਟੀ ਬਣੀ ਕੋਆਰਡੀਨੇਸ਼ਨ ਆਫ ਡੈਮੋਕਰੈਟਿਕ ਰਾਈਟਸ ਔਰਗਨਾਈਜੇਸ਼ਨ, ਉਸ ਕਮੇਟੀ ਦਾ ਇੱਕ ਬਹੁਤ ਇੰਪੋਰਟੈਂਟ ਪਾਰਟ ਨੇ ਨਰਿੰਦਰ ਕੁਮਾਰ ਜੀ, ਪੰਜਾਬ ਦੇ ਰਿਪ੍ਰੈਜ਼ੈਂਟ, ਹਾਂ ਪੰਜਾਬ ਨੂੰ ਰਿਪ੍ਰੈਜ਼ੈਂਟ ਕਰਦੇ ਨੇ, ਤੋ ਉਹ ਇਸ ਵਕਤ ਤਾਮਿਲਨਾਡੂ ਚ ਪਹੁੰਚੇ ਹੋਏ ਨੇ ਸਾਰੀ ਉਹ ਗੱਲਬਾਤ ਦੀ ਇਨਵੈਸਟੀਗੇਸ਼ਨ ਕਰਨ ਲਈ, ਤੋ ਇਸ ਸਿਲਸਿਲੇ 'ਚ ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦ ਹੀ ਐਨਕੇ ਜੀ ਥੋੜ੍ਹਾ ਨਾਲ ਰਾਬਤਾ ਕਰਕੇ ਤੋ ਉਹਨਾਂ ਕੋਲੋਂ ਜਾਣਕਾਰੀ ਲੈ ਸਕੀਏ। ਬਿਲਕੁਲ, ਮੈਂ ਨਾਲ ਦੱਸਣਾ ਚਾਹੁੰਦਾ ਉਹਨੂੰ ਜੀ ਕਿ ਜਦੋਂ ਕੱਲ੍ਹ ਮੇਰੀ ਉਹਨਾਂ ਨਾਲ ਗੱਲਬਾਤ ਹੋਈ ਹੈ, ਇਸ ਟਾਈਮ ਸ਼ਾਇਦ ਉਹ DC ਦਫ਼ਤਰ ਪਹੁੰਚੇ ਹੋਏ ਨੇ ਗੱਲਬਾਤ ਕਰਨ ਲਈ, ਸੋ ਪੋਸੀਬਿਲਟੀ ਕਿ ਸ਼ਾਇਦ ਸਾਡੀ ਗੱਲਬਾਤ ਨਾ ਹੋ ਸਕੇ, ਫਿਰ ਅਗਲੇ ਹਫ਼ਤੇ ਵੀ ਉਹਨਾਂ ਨੂੰ ਲੈ ਸਕਦੇ ਹਾਂ, ਪਰ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ। ਉਸ ਤੋਂ ਇਲਾਵਾ ਜਿਹੜੇ ਸਾਡੇ ਦੂਜੇ ਬੁਲਾਰੇ ਰਹਿਣਗੇ ਅੱਜ ਦੇ ਪ੍ਰੋਗਰਾਮ ਵਿੱਚ, ਉਹ ਨੇ ਸਾਥੀ ਬੂਟਾ ਸਿੰਘ ਬੁਰਜਗਿੱਲ ਜਿਹੜੇ ਕਿ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ, ਤੋ ਉਹਨਾਂ ਨਾਲ ਸਾਡਾ ਅੱਜ ਦਾ ਵਿਸ਼ਾ ਜਿਹਦੇ 'ਤੇ ਵਿਚਾਰ ਚਰਚਾ ਕਰਾਂਗੇ ਉਹ ਰਹੇਗਾ ਝੋਨੇ ਦੀ ਬਿਜਾਈ ਜਿਹੜੀ ਸਰਕਾਰ ਮਜਬੂਰ ਕਰ ਰਹੀ ਹੈ ਕਿਸਾਨਾਂ ਨੂੰ ਕਿ ਉਹ ਲੇਟ ਬੀਜਣ ਝੋਨਾ, ਤੋ ਉਹ ਉਹਦੇ ਅਸਲੀ ਉਹਦੇ ਕਾਰਨ ਕੀ ਨੇ, ਸਰਕਾਰ ਕਰਨਾ ਕੀ ਚਾਹੁੰਦੀ ਹੈ, ਹਾਂਜੀ ਕਾਰਨ ਕੀ ਨੇ, ਕਿਉਂਕਿ ਲੇਟ ਬੀਜਣ ਨਾਲ ਕਿਸਾਨਾਂ ਨੂੰ ਕਿਸ ਤਰ੍ਹਾਂ ਦਾ ਨੁਕਸਾਨ ਹੁੰਦਾ, ਉਹ ਸਾਰੀ ਗੱਲਬਾਤ ਅਸੀਂ ਉਹਨਾਂ ਨਾਲ ਕਰਾਂਗੇ। ਉਸ ਤੋਂ ਇਲਾਵਾ ਕਾਫੀ ਸਾਰੇ ਇੱਥੇ ਲੋਕਲ ਮਸਲੇ ਨੇ ਜਿਹਦੇ 'ਤੇ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ, ਜਿਸ ਤਰ੍ਹਾਂ ਕਿ ਸਾਡੇ ਜਿਹੜੇ ਵਿਦਿਆਰਥੀ ਪਿਛਲੇ ਸਾਲ ਡਿਪੋਰਟ ਕੀਤੇ ਗਏ ਉਹਨਾਂ ਨੂੰ ਲੈ ਕੇ ਆਉਂਦੇ ਸ਼ਨਿਚਰਵਾਰ ਅਸੀਂ ਇੱਕ ਸ਼ਾਂਤਮਈ ਮੁਜ਼ਾਹਰਾ ਕਰਨ ਜਾ ਰਹੇ ਹਾਂ, ਉਹਦੀ ਤਫਸੀਲ ਹੋਏਗੀ। ਉਸ ਤੋਂ ਇਲਾਵਾ ਇਸ ਵਕਤ ਨਿਊਜ਼ੀਲੈਂਡ 'ਚ ਜਿਹੜੇ ਇੱਥੋਂ ਦੇ ਕਾਮੇ ਨੇ, ਇੱਥੋਂ ਦੇ ਕਿਰਤੀ ਲੋਕ ਨੇ, ਬਹੁਤ ਵੱਡੇ ਪੱਧਰ 'ਤੇ ਸਟ੍ਰਾਈਕਸ ਹੋ ਵੀ ਰਹੀਆਂ ਨੇ ਪਿਛਲੇ ਸਮੇਂ 'ਚ ਹੋਈਆਂ ਨੇ ਔਰ ਆਉਂਦੇ ਸਮੇਂ 'ਚ ਕਾਫੀ ਕੁਛ ਜਿਹੜਾ ਹੋਣ ਜਾ ਰਿਹਾ, ਉਹ ਸਾਂਝ ਅਸੀਂ ਆਪਣੇ ਸਰੋਤਿਆਂ ਨਾਲ ਜ਼ਰੂਰ ਪਾਵਾਂਗੇ। ਸਾਡੀ ਸਮਝ ਮੁਤਾਬਕ ਇੱਕ ਬੜਾ ਇਸ ਵਕਤ ਇੰਪੋਰਟੈਂਟ ਔਰ ਦਿਲਚਸਪ ਸਮਾਂ ਹੈ ਜਿਹਦੇ ਵਿੱਚੋਂ ਇੱਥੋਂ ਦੇ ਨਿਊਜ਼ੀਲੈਂਡ ਦੇ ਕਾਮੇ ਲੰਘ ਰਹੇ ਨੇ। ਸ਼ਾਇਦ ਆਮ ਖ਼ਬਰਾਂ 'ਚ ਜਿਹੜਾ ਪੇਸ਼ ਕੀਤਾ ਜਾਂਦਾ ਉਹਨੂੰ ਨੈਗੇਟਿਵ ਬਣਾ ਕੇ ਕੀਤਾ ਜਾਂਦਾ, ਹਾਂ, ਪਰ ਮੈਨੂੰ ਲੱਗਦਾ ਕਿ ਕਾਮਿਆਂ ਲਈ ਇੱਕ ਬਹੁਤ ਜ਼ਿਆਦਾ ਪੋਜ਼ਿਟਿਵ ਇਹਦੇ ਸਿੱਟੇ ਨਿਕਲਣੇ ਚਾਹੀਦੇ ਅਗਰ ਸਹੀ ਤਰੀਕੇ ਨਾਲ ਇਹ ਸਾਰੀ ਮੂਵਮੈਂਟ ਨੂੰ ਲਿਆ ਜਾਏ ਔਰ ਫਾਈਟ ਦਿੱਤੀ ਜਾਏ। ਤੋ ਅਸੀਂ ਇੱਕ ਗਾਣਾ ਪਲੇ ਕਰਕੇ ਉਹਦੇ ਦੌਰਾਨ ਕੋਸ਼ਿਸ਼ ਕਰਾਂਗੇ ਕਿ ਸਾਥੀ ਨਰਿੰਦਰ ਕੁਮਾਰ ਜੀ ਥੋੜ੍ਹਾ ਨਾਲ ਰਾਬਤਾ ਕਾਇਮ ਕਰ ਸਕੀਏ। ਤੋ ਦੋਸਤੋ, ਇਸ ਤਰ੍ਹਾਂ ਸਾਡੇ ਨਾਲ ਤੁਸੀਂ ਬਣੇ ਰਹਿਣਾ, ਜਲਦ ਤੁਹਾਡੇ ਨਾਲ ਅਸੀਂ ਦੁਬਾਰਾ ਜੁੜ ਜਾਵਾਂਗੇ। ਅੱਜ ਕੌਣ ਆਇਆ ਸਵੇਰੇ ਸਵੇਰੇ, ਬੜਾ ਸ਼ੋਰ ਪੈਂਦਾ ਸਦੀਆਂ ਤੋਂ ਚੱਲਦਾ, ਸਮਾਂ ਰੁਕ ਗਿਆ ਹੈ ਪੁਰਾਣੇ ਵਿਚਾਰਾਂ ਦਾ ਸਿਰ ਚੁੱਕ ਗਿਆ ਹੈ, ਬੁਝੇ ਜੇ ਕਾਨੂੰਨਾਂ ਦੇ ਤੁਖੇ ਜਹੇ ਨੇ ਚਿਹਰੇ, ਇਹ ਅੱਜ ਕੌਣ ਆਇਆ ਸਵੇਰੇ ਸਵੇਰੇ, ਬੜਾ ਸ਼ੋਰ ਪੈਂਦਾ ਇਹ ਕੀ ਦੇਣ ਆਇਆ ਇਹ ਕੀ ਸੁਣਨ ਆਇਆ ਕੀ ਕਹਿਣ ਆਇਆ, ਸਮਝਣ ਚ ਅਸਮਰਥ ਹੋ ਗਏ ਵਡੇਰੇ, ਇਹ ਅੱਜ ਕੌਣ ਆਇਆ
ਸ਼ੋਰ ਪੈਂਦਾ ਬਗਾਵਤ ਲੈਂਦਾ ਸਾਨੂੰ ਕਰਦਾ ਇਸ਼ਾਰੇ ਕਬਰਾਂ ਦੇ ਮੁਰਦੇ ਵੀ ਪਰਦੇ ਹੁੰਗਾਰੇ ਮਜ਼ਬੂਤ ਹੋ ਗਏ ਯਤੀਮਾਂ ਦੇ ਜੇਰੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਨਵੀਏ ਦੀ ਚੋਰੀ ਨਵਾਏ ਦਾ ਖਾਸਾ ਇਹ ਜ਼ਿੰਦਗੀ ਦਾ ਚਾਹੁੰਦਾ ਬਦਲ ਦੇਣਾ ਪਾਸਾ ਲੁਕ ਲੁਕ ਕੇ ਰੋਂਦੇ ਸਿਆਸੀ ਲੁਟੇਰੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਚੰਦਾ ਤੇ ਤਾਰਿਆਂ ਦਾ ਦੱਸਦਾ ਉਜਾਲਾ ਆਲਮ ਚ ਹੈ ਕੁਝ ਹੋਣ ਵਾਲਾ ਲੱਖਾਂ ਲੋਕ ਜੁੜ ਕੇ ਨੇ ਬੈਂਦੇ ਚੁਫੇਰੇ ਇਹ ਅੱਜ ਕੌਣ ਆਇਆ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਗਰੀਬਾਂ ਦੇ ਵੇੜੇ ਇਹ ਅੱਜ ਕੌਣ ਸਵੇਰੇ ਸਵੇਰੇ ਬੜਾ ਸ਼ੋਰ ਪੈਂਦਾ ਬੜਾ ਸ਼ੋਰ ਪੈਂਦਾ ਧੰਨਵਾਦ ਦੋਸਤੋ ਇਸ ਵਕਤ ਸਾਡੇ ਨਾਲ ਹੋ ਗਏ ਨੇ ਸਾਥੀ ਨਰਿੰਦਰ ਕੁਮਾਰ ਜੀਤ ਜਿਨ੍ਹਾਂ ਦਾ ਕਿ ਮੈਂ ਇੰਟਰੋਡਕਸ਼ਨ ਪਹਿਲੇ ਦੇ ਚੁੱਕੀ ਹਾਂ ਕਿ ਐਡਵੋਕੇਟ ਨੇ ਐਕਟਿਵਿਸਟ ਐਡਵੋਕੇਟ ਨੇ ਔਰ ਜਮਹੂਰੀ ਹੱਕਾਂ ਦੀ ਜਦੋਂ ਵੀ ਗੱਲਬਾਤ ਹੁੰਦੀ ਹੈ ਬਹੁਤ ਸਰਗਰਮ ਤਰੀਕੇ ਨਾਲ ਖੁੱਭ ਕੇ ਹਮੇਸ਼ਾ ਸੰਘਰਸ਼ ਕਰਦੇ ਨੇ ਤੋ ਇਸ ਵਕਤ ਤੂਤੀਕੁਰਨ ਤੋਂ ਉਹ ਸਾਡੇ ਨਾਲ ਹੋ ਗਏ ਨੇ ਤੋ ਉਹਨਾਂ ਕੋਲ ਬਹੁਤ ਸੀਮਿਤ ਸਮਾਂ ਹੈ ਸੋ ਅਸੀਂ ਮੇਰਾ ਖਿਆਲ ਜਲਦੀ ਜਲਦੀ 'ਚ ਗੱਲ ਕਰਾਂਗੇ ਸਾਰੀ ਉਹਨਾਂ ਨਾਲ ਜੀ ਸਾਥੀ ਜੀ ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ 'ਤੇ ਹਾਂਜੀ ਤੋ ਸਾਥੀ ਜੀ ਸਾਨੂੰ ਪਤਾ ਕਿ ਤੁਸੀਂ ਇਸ ਟਾਈਮ ਬਹੁਤ ਮਸਰੂਫ ਹੋ ਅਸੀਂ ਸਾਥੀ ਸਰੋਤਿਆਂ ਦੇ ਨਾਲ ਸਾਂਝ ਪਾਓ ਕਿ ਕਿਹੜਾ ਇਹ ਜਿਹੜੇ ਗਰੀਬ ਗੁਰਬੇ ਲੋਕ ਜਿਹੜੇ ਪ੍ਰੋਟੈਸਟ ਉੱਥੇ ਕਰਨ ਆਏ ਸੀਗੇ ਤੂਤੀਕੁਰਨ ਦੇ ਵਿੱਚ ਕਿਹੜਾ ਉਹਨਾਂ ਨੇ ਇਹੋ ਜਿਹਾ ਜ਼ੁਲਮ ਕੀਤਾ ਸੀਗਾ ਜਿਹੜੇ ਸਨਾਈਪਰ ਦੇ ਨਾਲ ਪੁਲਿਸ ਨੇ ਉਹਨਾਂ 'ਤੇ ਗੋਲੀਆਂ ਚਲਾਈਆਂ ਇਹ ਮਸਲਾ ਸੰਖੇਪ ਦੇ ਵਿੱਚ ਹੈ ਕੀ ਆ ਸਾਰਾ ਇਹ ਮਸਲਾ ਅਸਲ ਦੇ ਵਿੱਚ ਬਹੁਤ ਗੰਭੀਰ ਮਸਲਾ ਹੈਗਾ ਜੀ ਤੇ ਜੋ ਡਿਵੈਲਪਮੈਂਟ ਦਾ ਮਾਡਲ ਸਾਡੇ ਹਿੰਦੁਸਤਾਨ ਦੇ ਵਿੱਚ ਪਰਸੂ ਕੀਤਾ ਜਾ ਰਿਹਾ ਜੀ ਉਸ ਦੀ ਮਤਲਬ ਇੱਕ ਸਪਸ਼ਟ ਸਾਡੇ ਸਾਹਮਣੇ ਮਿਸਾਲ ਹੈਗੀ ਹੈ ਕਿ ਇਹ ਡਿਵੈਲਪਮੈਂਟ ਦਾ ਮਾਡਲ ਲੋਕਾਂ ਦੇ ਪੱਖੀ ਨਹੀਂ ਹੈ ਸਿਰਫ ਕਾਰਪੋਰੇਟਾਂ ਦੇ ਪੱਖੀ ਹੈ ਕਾਰਪੋਰੇਟਾਂ ਦੇ ਮੁਨਾਫੇ ਨੂੰ ਇਨਸ਼ੋਰ ਕਰਦਾ ਹੈਗਾ ਲੋਕਾਂ ਦੀ ਸਿਹਤ ਲੋਕਾਂ ਦੀ ਜ਼ਿੰਦਗੀ ਲੋਕਾਂ ਦੀ ਲਿਵਲੀਹੁੱਡ ਇਹਦੇ ਬਾਰੇ ਇਹਦਾ ਕੋਈ ਕੰਸਰਨ ਨਹੀਂ ਹੈ ਜੀ ਇੱਥੇ ਜਿਹੜਾ ਸਟਰਲਾਈਟ ਵਾਲਿਆਂ ਨੇ ਵੇਦਾਂਤਾ ਕੰਪਨੀ ਦਾ ਹੈ ਇਹ ਜੀ ਇਹਨਾਂ ਨੇ ਇੱਕ ਕਾਪਰ ਸਮੈਲਟਰ ਪਲਾਂਟ ਲਗਾਇਆ ਉਸ ਕਾਪਰ ਸਮੈਲਟਰ ਪਲਾਂਟ ਨਾਲ ਇਸ ਹੱਦ ਤੱਕ ਪ੍ਰਦੂਸ਼ਣ ਫੈਲਿਆ ਹੋਇਆ ਹੈ ਜੀ ਕੱਲ ਅਸੀਂ ਇੱਕ ਕੁਮਾਰ ਰੇਡੀਆਪੁਰਮ ਨਾਂ ਦੇ ਪਿੰਡ ਦੇ ਵਿੱਚ ਗਏ ਜੀ ਉੱਥੇ
135 ਘਰ ਨੇ ਸਿਰਫ ਤੇ ਸਾਨੂੰ ਇਹ ਦੱਸਿਆ ਗਿਆ ਕਿ ਇੱਥੇ 15 ਔਰਤਾਂ ਇਹੋ ਜਿਹੀਆਂ ਨੇ ਜਿਨ੍ਹਾਂ ਨੂੰ ਯੂਟਰਸ ਦਾ ਕੈਂਸਰ ਹੋਇਆ ਤੇ ਉਹਨਾਂ ਦੀ ਯੂਟਰਸ ਰਿਮੂਵ ਕਰਨੀ ਪਈ ਤੇ ਜਾਨੀ ਇਸ ਫੈਕਟਰੀ ਦੇ ਪ੍ਰਦੂਸ਼ਣ ਨੇ ਇੱਕ ਪਾਸੇ ਜ਼ਮੀਨਾਂ ਬੰਜਰ ਬਣਾ ਦਿੱਤੀਆਂ ਨੇ ਦੂਸਰੇ ਪਾਸੇ ਔਰਤਾਂ ਦੇ ਵਿੱਚ ਇਨਫਰਟੈਲਿਟੀ ਦੀ ਜਿਹੜੀ ਪ੍ਰੋਬਲਮ ਹੈ ਉਹ ਬਹੁਤ ਜਾਨੀ ਕਹੀਏ ਕਿ ਗ੍ਰੇ ਪ੍ਰਪੋਰਸ਼ਨ ਅਜ਼ਿਊਮ ਕਰ ਚੁੱਕੀ ਹੈ ਪਹਿਲੀ ਗੱਲ ਤਾਂ ਕਨਸੈਪਸ਼ਨ ਨਹੀਂ ਹੁੰਦਾ ਜੇ ਕਨਸੈਪਸ਼ਨ ਹੁੰਦਾ ਹੈ ਤਾਂ ਫਸਟ ਚਾਈਲਡ ਇਜ਼ ਡੈਫੀਨੇਟਲੀ ਅਬੋਰਟਡ ਜਾਨੀ ਇਸ ਤਰ੍ਹਾਂ ਦੀ ਹਾਲਤ ਹੈ ਪਿੰਡਾਂ ਦੇ ਵਿੱਚ ਤੇ ਇਹ ਗੱਲ ਮਤਲਬ ਇਹ ਇਹਨੇ ਰੋਸ ਪੈਦਾ ਕੀਤਾ ਹੈਗਾ ਇਸ ਸਟਰਲਾਈਟ ਕੰਪਨੀ ਦੇ ਖਿਲਾਫ਼ ਇਹੀ ਕਾਰਨ ਹੈ ਕਿ ਉਸ ਦਿਨ ਜਾਨੀ ਇੱਕ ਐਸਟੀਮੇਟ ਇਹ ਹੈ ਕਿ ਲਗਭਗ ਇੱਕ ਲੱਖ ਦੇ ਲਗਭਗ ਲੋਕ ਇਕੱਠੇ ਹੋਏ ਪ੍ਰੋਟੈਸਟ ਦੇ ਵਿੱਚ ਤੇ ਜਿਹੜੇ ਥੋੜੇ ਕੰਜ਼ਰਵੇਟਿਵ ਐਸਟੀਮੇਟ ਨੇ ਉਹਨਾਂ ਦਾ ਕਹਿਣਾ ਹੈਗਾ ਕਿ 60-70,000 ਲੋਕ ਸੀਗੇ ਜੀ ਮਤਲਬ ਅਸੀਂ ਇੱਕ ਜਗ੍ਹਾ ਦੇ ਵਿੱਚ ਗਏ ਹਾਂ ਜਿੱਥੇ ਪੁਲਿਸ ਨੇ ਲੋਕਾਂ ਨੂੰ ਘੇਰ ਕੇ ਗੋਲੀ ਮਾਰੀ ਇੱਕ ਲੜਕਾ ਮਾਰ ਦਿੱਤਾ ਗਿਆ ਮਾਰ ਕੇ ਉਹਨੂੰ ਘੜੀਸ ਕੇ ਜਾਨੀ ਲਗਭਗ ਅੱਧਾ ਕਿਲੋਮੀਟਰ ਘੜੀਸ ਕੇ ਪੁਲਿਸ ਲੈ ਕੇ ਗਈ ਰਾਹ ਦੇ ਵਿੱਚ ਸੀਸੀਟੀਵੀ ਕੈਮਰਾ ਇੱਕ ਚੌਕ ਦੇ ਉੱਤੇ ਲੱਗਿਆ ਹੋਇਆ ਸੀ ਲੋਕਾਂ ਨੇ ਲਵਾਇਆ ਸੀ ਉਹਦੇ ਵਿੱਚ ਉਹਦੀ ਰਿਕਾਰਡਿੰਗ ਹੋ ਗਈ ਇੱਕ ਲੜਕੀ ਨੇ ਉਹਦਾ ਵਟਸਐਪ ਦੇ ਉੱਤੇ ਉਹਦੀ ਵੀਡੀਓ ਬਣਾ ਕੇ ਉਹ ਵਾਇਰਲ ਕਰਤੀ ਜਾਨੀ ਇਹ ਉਹਨਾਂ ਦੀ ਦਰਿੰਦਗੀ ਨੂੰ ਦਿਖਾਉਂਦੀ ਹੈ ਕਿ ਹੱਦ ਤੱਕ ਉਹਨਾਂ ਦਾ ਸਟਰਲਾਈਟ ਪ੍ਰਤੀ ਮੋਹ ਹੈ ਸਰਕਾਰ ਦਾ ਤੇ ਲੋਕਾਂ ਦੇ ਨਾਲ ਉਹਨਾਂ ਦੀ ਦੁਸ਼ਮਣੀ ਹੈ ਇਹ ਉਹ ਦਰਿੰਦਗੀ ਨੂੰ ਜਾਨੀ ਇਹ ਹੈਗੀ ਆ ਉਸ ਤੋਂ ਬਾਅਦ ਲੋਕਾਂ ਦੇ ਜਿਹੜਾ ਡਿਪਰੈਸ਼ਨ ਹੈ ਜਾਨੀ ਇੱਕ ਪਾਸੇ ਪੁਲਿਸ ਨੇ ਬਿਨਾਂ ਕਿਸੇ ਕਾਰਨ ਤੋਂ 13 ਜਿਹੜੇ ਸਟਰਲਾਈਟ ਮੂਵਮੈਂਟ ਨੂੰ ਲੀਡ ਕਰ ਰਹੇ ਸੀ ਲੋਕ ਉਹਨਾਂ ਨੂੰ ਉਹਨਾਂ ਦੀਆਂ ਟਾਰਗੇਟਡ ਕਿਲਿੰਗ ਕਰਕੇ ਕੀਤਾ ਹੈਗਾ ਯਾਨੀ ਘੱਟੋ ਘੱਟ 4 ਇਹੋ ਜਿਹੇ ਲੋਕਾਂ ਨੂੰ ਮਿਲੇ ਆ ਉਹਨਾਂ ਦੇ ਪਰਿਵਾਰਾਂ ਜਿਨ੍ਹਾਂ ਨੂੰ ਪੁਲਿਸ ਨੇ ਬਿਲਕੁਲ ਉਹਨਾਂ ਦਾ ਟਾਰਗੇਟ ਸੀ ਪਹਿਲਾਂ ਤੋਂ ਹੀ ਕਿ ਇਹਨਾਂ ਨੂੰ ਮਾਰਨਾ ਹੀ ਮਾਰਨਾ ਹੈਗਾ ਤਾਂ ਜਾਨੀ ਉਹਨਾਂ ਨੂੰ ਮਾਰ ਦਿੱਤਾ ਗਿਆ ਇੱਕ ਨੇਤਾ ਨੇ ਇਹਨਾਂ ਦੇ ਬਿਲਕੁਲ ਤਾਮਿਲ ਅਸਰਮ ਨੇਤਾ ਸੀਗੇ ਉਹਨਾਂ ਦੇ ਬਹੁਤ ਉਹਨਾਂ ਨੇ ਸਾਰੀ ਜ਼ਿੰਦਗੀ ਸਟਰਲਾਈਟ ਦੇ ਖਿਲਾਫ ਐਜੀਟੇਸ਼ਨ ਲੜੀ ਹੈਗੀ ਆ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਕਤਲ ਹੋਇਆ ਇਹ ਉਹਨਾਂ ਦਾ ਹੋਇਆ ਤਾਂ ਜਾਨੀ ਇਹ ਇਹ ਹਾਲਤ ਹੈ ਤੇ ਇੱਕ ਪਾਸੇ ਲੋਕ ਡਿਮਾਂਡ ਇਹ ਕਰ ਰਹੇ ਨੇ ਕਿ ਜਿਨ੍ਹਾਂ ਨੇ ਇਹ ਅਨਪ੍ਰੋਵੋਕਡ ਫਾਇਰਿੰਗ ਕੀਤੀ ਹੈ 13 ਜ਼ਿੰਦਗੀਆਂ ਖੋਹੀਆਂ ਨੇ ਉਹਨਾਂ ਦੇ ਖਿਲਾਫ਼ ਪਰਚਾ ਦਰਜ ਕੀਤਾ ਜਾਵੇ ਉਹਨਾਂ ਦੇ ਖਿਲਾਫ਼ ਪੁਲਿਸ ਕਾਰਵਾਈ ਕੀਤੀ ਜਾਵੇ ਪਰ ਇਹ ਕਰਨ ਦੀ ਬਜਾਏ ਜਾਨੀ ਪੁਲਿਸ ਨੇ ਇਸ ਐਜੀਟੇਸ਼ਨ ਤੋਂ ਬਾਅਦ ਵੀ ਕੱਲ ਤੱਕ ਜੋ ਸਾਨੂੰ ਇਨਫੋਰਮੇਸ਼ਨ ਮਿਲੀ 273 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਉਹਨਾਂ ਤੇ ਡਿਫਰੈਂਟ ਕਿਸਮ ਦੇ ਕੇਸ ਬਣਾਏ ਗਏ ਨੇ ਤੇ ਉਹਨਾਂ ਦੇ ਵਿੱਚੋਂ ਕੁਛ ਨੂੰ ਬੇਲ ਮਿਲੀ ਹੈ ਬਾਕੀ ਸਾਰੇ ਅਜੇ ਜੇਲਾਂ ਦੇ ਵਿੱਚ ਨੇ ਇੱਕ ਇੱਥੇ ਸੈਸ਼ਨ ਜੱਜ ਸੀਗੇ ਉਹ ਕੁਛ ਵਿਅਕਤੀਆਂ ਨੂੰ ਬੇਲ ਦੇ ਗਏ ਉਹਨਾਂ ਦੀ ਹੁਣ ਇੱਥੋਂ ਟ੍ਰਾਂਸਫਰ ਹੋ ਚੁੱਕੀ ਹੈ ਤਾਂ ਪੁਲਿਸ ਨੇ ਉਸ ਬੇਲ ਆਰਡਰ ਦੇ ਖਿਲਾਫ ਵੀ ਹਾਈਕੋਰਟ ਦੇ ਵਿੱਚ ਉਹ ਬੇਲ ਕੈਂਸਲ ਕਰਾਉਣ ਵਾਸਤੇ ਮੂਵ ਕੀਤਾ ਹੋਇਆ ਯਾਨੀ ਇਸ ਤਰ੍ਹਾਂ ਦਾ ਦਰਿੰਦਗੀ ਭਰਿਆ ਐਟੀਚਿਊਡ ਜਿਹੜਾ ਹੈਗਾ ਇੱਥੋਂ ਦੀ ਸਰਕਾਰ ਇਹਨਾਂ ਐਜੀਟੇਟਰਸ ਦੇ ਪ੍ਰਤੀ ਅਪਣਾ ਰਹੇ ਸੋ ਇਹ ਗਰਾਊਂਡ ਰਿਐਲਿਟੀਜ਼ ਨੇ ਜੋ ਅਸੀਂ ਆਪਣੀ ਅੱਖਾਂ ਦੇ ਨਾਲ ਦੇਖੀਆਂ ਤੇ ਲੋਕਾਂ ਤੋਂ ਸੁਣੀਆਂ
ਤੋ ਸਾਥੀ ਜੀ ਜਿਹੜੀ ਸੀ ਡੀ ਆਰ ਓ ਜਿਹੜੀ ਇੱਕ ਔਰਗਨਾਈਜੇਸ਼ਨ ਜਿਹਦੇ ਨਾਲ ਤੁਸੀਂ ਜੁੜੇ ਹੋਏ ਹੋ ਅਤੇ ਇਹ ਜਿਹੜੀ ਇੱਕ ਇਨਵੈਸਟੀਗੇਟਿਵ ਜਿਹੜੀ ਟੀਮ ਹੈ ਤੁਸੀਂ ਪਹਿਲਾਂ ਗੜ੍ਹ ਚਲੌਲੀ ਜਿਹੜਾ ਉੱਥੇ ਝੂਠੇ ਪੁਲਿਸ ਮੁਕਾਬਲੇ ਹੋਏ ਤੁਸੀਂ ਉੱਥੇ ਵੀ ਗਏ ਸੀਗੇ ਮਾਓਵਾਦੀਆਂ ਦੀ ਜਿਹੜਾ ਉੱਥੇ ਕਤਲੇਆਮ ਹੋਇਆ ਸੀ ਸੋ ਇਹ ਤੁਹਾਡੀ ਜਿਹੜੀ ਟੀਮ ਹੈ ਉਹ ਇਨਵੈਸਟੀਗੇਸ਼ਨ ਕਿਵੇਂ ਦੀ ਚੱਲ ਰਹੀ ਹੈ ਕੋਈ ਅੜਚਣਾਂ ਆ ਰਹੀਆਂ ਨੇ ਸਾਨੂੰ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ ਦੇਖੋ ਫਿਲਹਾਲ ਸਾਡੀ ਜਿਹੜੀ ਫੈਕਟ ਫਾਈਂਡਿੰਗ ਹੈਗੀ ਆ ਉਹ ਬਿਲਕੁਲ ਠੀਕ ਚੱਲ ਰਹੀ ਆ ਹਾਂਜੀ ਇਹਦੇ ਚ ਕਿਉਂਕਿ ਕੋਈ ਵੀ ਫੈਕਟ ਫਾਈਂਡਿੰਗ ਹੋਵੇ ਗੜ੍ਹ ਚਲੌਲੀ ਦੇ ਵਿੱਚ ਵੀ ਅਸੀਂ ਪਿੱਛੇ ਜਦੋਂ ਗਏ ਹਾਂ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਕਿ ਜਿਹੜੇ ਸਥਾਨਕ ਲੋਕ ਨੇ ਉਹਨਾਂ ਨੇ ਤੇ ਵੈਰੀ ਐਕਟਿਵਲੀ ਕੋਆਪਰੇਟਿਵ ਵਿਦ ਅਸ ਕਿਉਂਕਿ ਜਿੰਨਾ ਥਾਵਾਂ ਤੇ ਉਹ ਮੁਕਾਬਲੇ ਉਹਨਾਂ ਨੇ ਕਿਹਾ ਹੋਏ ਨੇ ਉਹ ਥਾਵਾਂ ਬਹੁਤ ਇਨਐਕਸੈਸੀਬਲ ਸੀ ਦਰਿਆਵਾਂ ਦੇ ਵਿੱਚੋਂ ਲੰਘ ਕੇ ਪਹਾੜਾਂ ਦੇ ਵਿੱਚੋਂ ਲੰਘ ਕੇ ਜੰਗਲਾਂ ਦੇ ਵਿੱਚੋਂ ਲੰਘ ਕੇ ਸਾਨੂੰ ਜਾਣਾ ਪਿਆ ਤੋ ਉਹ ਲੋਕ ਸਾਨੂੰ ਆਪਣੇ ਨਾਲ ਲੈ ਕੇ ਗਏ ਉਹਨਾਂ ਨੇ ਸਾਡਾ ਖਾਣ ਪੀਣ ਦਾ ਪ੍ਰਬੰਧ ਕੀਤਾ ਸਾਡੇ ਰਹਿਣ ਦਾ ਪ੍ਰਬੰਧ ਕੀਤਾ ਤੇ ਹਰ ਤਰ੍ਹਾਂ ਨਾਲ ਸਾਡੇ ਨਾਲ ਕੋਆਪਰੇਟ ਕੀਤਾ ਸਿਮਿਲਰਲੀ ਇੱਥੇ ਇਹੀ ਹਾਲ ਹੈਗਾ ਸਾਨੂੰ ਲੋਕਾਂ ਤੋਂ ਬੇਹੱਦ ਕੋਆਪਰੇਸ਼ਨ ਮਿਲਿਆ ਹਰ ਇੱਕ ਜਿਹੜੇ ਤਬਕੇ ਦੇ ਲੋਕ ਨੇ ਉਹ ਖੁੱਲ੍ਹ ਕੇ ਆ ਰਹੇ ਨੇ ਤੇ ਖੁੱਲ੍ਹ ਕੇ ਆਪਣੀਆਂ ਗੱਲਾਂ ਦੱਸ ਰਹੇ ਨੇ ਯਾਨੀ ਕੋਈ ਡਰ ਨੀ ਰਿਹਾ ਕੋਈ ਕਿਸੇ ਦੇ ਮਨ ਚ ਕੋਈ ਡਰ ਨੀ ਹੈ ਤੇ ਇੱਕ ਉਹਨਾਂ ਦਾ ਯਾਨੀ ਇੱਕ ਫਰਮ ਰਿਜ਼ੋਲਵ ਹੈ ਫਰਮ ਰਿਜ਼ੋਲਵ ਇਹ ਹੈਗਾ ਕਿ ਸਟਰਲਾਈਟ ਫੈਕਟਰੀ ਬੰਦ ਹੋਣੀ ਚਾਹੀਦੀ ਆ ਚਾਹੇ ਯਾਨੀ ਅਸੀਂ ਜਿੰਨੀ ਦੇਰ ਜਿਉਂਦੇ ਰਹਾਂਗੇ ਅਸੀਂ ਸਟਰਲਾਈਟ ਫੈਕਟਰੀ ਨੂੰ ਚੱਲਣ ਨਹੀਂ ਦਿਆਂਗੇ ਇਹਨਾਂ ਦੇ ਇਹਦੇ ਖਿਲਾਫ਼ ਸਾਡਾ ਜਿਹੜਾ ਸੰਘਰਸ਼ ਆ ਉਹ ਲਗਾਤਾਰ ਜਾਰੀ ਰਹੇਗਾ ਤੇ ਇੱਥੇ ਯਾਨੀ ਅਸੀਂ ਜਿਹੜੀ ਇੱਕ ਵਧੀਆ ਗੱਲ ਦੇਖੀ ਕਿ ਇੱਥੋਂ ਦੇ ਵਕੀਲ ਨੇ ਉਹਨਾਂ ਨੇ ਕਲੈਕਟਿਵਲੀ ਯਾਨੀ ਇਹਨਾਂ ਦੇ ਕੇਸ ਲੜੇ ਇਹਦੀ ਮੂਵਮੈਂਟ ਦੀ ਮਦਦ ਕੀਤੀ ਹਰ ਤਰ੍ਹਾਂ ਲਈ ਉਹਨਾਂ ਲਈ ਜੋ ਲੋਜਿਸਟਿਕ ਸਪੋਰਟ ਸੀਗੀ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਇਸੇ ਤਰ੍ਹਾਂ ਸ਼ਹਿਰ ਦੇ ਦੁਕਾਨਦਾਰ ਯਾਨੀ ਗਲੀ ਦੇ ਵਿੱਚ ਅਸੀਂ ਗਏ ਹਾਂ ਉੱਥੋਂ ਦੇ ਲੋਕਾਂ ਨੇ ਦੱਸਿਆ ਕਿ ਇਸ ਵਾਰਡ ਦੀਆਂ 12 ਗਲੀਆਂ ਨੇ 12 ਗਲੀਆਂ ਤੇ 7,500 ਤੋਂ ਲੈ ਕੇ 10,000 ਲੋਕ ਇੱਥੇ ਇਕੱਠੇ ਸੀਗੇ ਤੇ ਯਾਨੀ ਉਹਨਾਂ ਨੂੰ ਜਦੋਂ ਕਿਹਾ ਗਿਆ ਕਿ ਤੁਸੀਂ ਇੱਥੋਂ ਡਿਸਪਰਸ ਹੋ ਜਾਓ ਤਾਂ ਉਹਨਾਂ ਨੇ ਕਿਹਾ ਬਿਲਕੁਲ ਨਹੀਂ ਅਸੀਂ ਡਿਸਪਰਸ ਹੋਵਾਂਗੇ ਜਦੋਂ ਤੱਕ ਇਹ ਸਟਰਲਾਈਟ ਪਲਾਂਟ ਬੰਦ ਨਹੀਂ ਕੀਤਾ ਜਾਂਦਾ ਅਸੀਂ ਇਸੇ ਤਰ੍ਹਾਂ ਹੀ ਇੱਥੇ ਬੈਠੇ ਰਹਾਂਗੇ ਤਾਂ ਫਿਰ ਇਸਨੇ ਫਾਇਰਿੰਗ ਕੀਤੀ ਫਾਇਰਿੰਗ ਦੇ ਬਾਵਜੂਦ ਵੀ ਲੋਕ ਨਹੀਂ ਮਤਲਬ ਉੱਥੋਂ ਡਿਸਪਰਸ ਹੋਏ ਅਸੀਂ ਇੱਕ ਜਗ੍ਹਾ ਦੇਖੀ ਸੀਟ ਦੇ ਬਿਲਕੁਲ ਨਾਲ ਕਰਕੇ ਘਰ ਹੈ ਜੀ ਤੇ ਯਾਨੀ ਪੁਲਿਸ ਨੇ ਅੰਨੀ ਜਿਹੜੀ ਫਾਇਰਿੰਗ ਕੀਤੀ ਹੈਗੀ ਆ 20 ਫੁੱਟ ਉੱਚਾ ਫਾਇਰ ਲੱਗਿਆ ਹੋਇਆ 20 ਫੁੱਟ ਉੱਚੀ ਥਾਂ ਦੇ ਉੱਤੇ ਕਿਉਂਕਿ ਲੋਕ ਕੁਛ ਖੜੇ ਸੀਗੇ ਉਹਨਾਂ ਨੂੰ ਕੇਅਰ ਅਵੇ ਕਰਨ ਵਾਸਤੇ ਉਹਨਾਂ ਨੇ ਉੱਥੇ ਗੋਲੀਆਂ ਲੱਗੀਆਂ ਨੇ ਯਾਨੀ ਸਾਨੂੰ ਲੋਕਾਂ ਦੇ ਵੱਲੋਂ ਪੂਰਾ ਸਹਿਯੋਗ ਮਿਲਿਆ ਅਸੀਂ ਅਥਾਰਟੀਜ਼ ਨੂੰ ਵੀ ਅੱਜ ਮਿਲ ਰਹੇ ਹਾਂ ਇੱਥੋਂ ਦੇ ਕਲੈਕਟਰ ਨੂੰ ਤੇ ਐਸ ਪੀ ਨੂੰ ਵੀ ਬਾਰ ਐਸੋਸੀਏਸ਼ਨ ਨੂੰ ਵੀ ਅੱਜ ਮਿਲ ਰਹੇ ਹਾਂ ਇਸ ਵਾਰ ਪ੍ਰੈਸ ਕਾਨਫਰੰਸ ਵੀ ਕਰਾਂਗੇ ਠੀਕ ਲੱਗਦਾ ਇਹਦੇ ਲਈ ਸਟਰਲਾਈਟ ਕੰਪਨੀ ਹੈ ਵੇਦਾਂਤਾ ਇਹਦੀ ਪੇਰੈਂਟ ਕੰਪਨੀ ਹੈ ਜੀ ਵੇਦਾਂਤਾ ਦੇ ਪ੍ਰੋਜੈਕਟ ਖਾਸ ਤੌਰ ਤੇ ਮਾਈਨਿੰਗ ਤੇ ਮਿਨਰਲਸ ਦੇ ਥਰੂ ਆਊਟ ਵਰਲਡ ਚੱਲ ਰਹੇ ਨੇ ਜੀ ਤੇ ਇਹ ਸਾਰੇ ਹਾਈਲੀ ਪੋਲੂਟਿੰਗ ਇੰਡਸਟਰੀਜ਼ ਹੈ ਯਾਨੀ ਦਿਸ ਕੰਪਨੀ ਇਜ਼ ਪਲੇਇੰਗ ਵਿਦ ਦੀ ਲਾਈਵਜ਼ ਆਫ ਦੀ ਪੀਪਲ ਬਿਲਕੁਲ ਆਪਣੇ ਮੁਨਾਫਿਆਂ ਵਾਸਤੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰ ਰਹੀ ਹੈ ਇਹਦੇ ਖਿਲਾਫ਼
ਜਿਹੜਾ ਗੁੱਸਾ ਹੈਗਾ ਜਿਹੜੀ ਮੂਵਮੈਂਟ ਹੈਗੀ ਹੈ ਉਹ ਸਾਰੇ ਸੰਸਾਰ ਦੇ ਵਿੱਚ ਚੱਲਣੀ ਚਾਹੀਦੀ ਹੈ ਜਿਵੇਂ ਪਹਿਲਾਂ ਯੂਨੀਅਨ ਕਾਰਬਾਈਡ ਦੇ ਖਿਲਾਫ਼ ਚੱਲੀ ਬਿਲਕੁਲ ਬਿਲਕੁਲ ਭੋਪਾਲ ਵਾਲੇ ਚ ਜੀ ਭੋਪਾਲ ਗੈਸ ਭੋਪਾਲ ਗੈਸ ਕਾਂਡ ਤੋਂ ਬਾਅਦ ਇਸ ਤਰ੍ਹਾਂ ਅਸੀਂ ਤੁਹਾਡੇ ਦਰਸ਼ਕਾਂ ਤੋਂ ਇਹ ਮੰਗ ਕਰਦੇ ਹਾਂ ਉਹਨਾਂ ਨੂੰ ਇਹ ਅਸੀਂ ਅਪੀਲ ਕਰਦੇ ਹਾਂ ਕਿ ਇਸ ਕੰਪਨੀ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਦੇ ਖਿਲਾਫ਼ ਇਨਸਾਨੀਅਤ ਵਿਰੋਧੀ ਕਾਰਵਾਈਆਂ ਦੇ ਖਿਲਾਫ਼ ਆਵਾਜ਼ ਉਠਾਉਣ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋਵੋਗੇ ਵਿਰੋਧ ਪ੍ਰਦਰਸ਼ਨ ਕਰਾਂਗੇ ਤੋ ਸਾਥੀ ਜੀ ਆਪਾਂ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਫਿਰ ਡਿਟੇਲ ਦੇ ਵਿੱਚ ਜਦੋਂ ਇਹ ਸਾਰੀ ਇਨਵੈਸਟੀਗੇਸ਼ਨ ਕੰਪਲੀਟ ਹੋ ਜੂਗੀ ਇਸ ਮਸਲੇ ਤੇ ਜ਼ਰੂਰ ਗੱਲਬਾਤ ਕਰਾਂਗੇ ਇਨਕਲਾਬ ਜ਼ਿੰਦਾਬਾਦ ਸੰਘਰਸ਼ ਜ਼ਿੰਦਾਬਾਦ ਜੀ ਥੈਂਕ ਯੂ ਸ਼ੁਕਰੀਆ ਧੰਨਵਾਦ ਤੋ ਦੋਸਤੋ ਇਸ ਤਰ੍ਹਾਂ ਸਾਥੀ ਨਰਿੰਦਰ ਕੁਮਾਰ ਜੀਤ ਜਿਸ ਤਰ੍ਹਾਂ ਕਿ ਭਾਰਤੀ ਜੀ ਨੇ ਕਿਹਾ ਕਿ ਆਉਂਦੇ ਸਮੇਂ 'ਚ ਅਸੀਂ ਜ਼ਿਆਦਾ ਵਿਸਥਾਰ 'ਚ ਜ਼ਰੂਰ ਗੱਲਬਾਤ ਕਰਾਂਗੇ ਉਹਨਾਂ ਕੋਲੋਂ ਹੋਰ ਇਨਫੋਰਮੇਸ਼ਨ ਲਵਾਂਗੇ ਇਸ ਵਕਤ ਉਹ ਬਿਜ਼ੀ ਸਨ ਕਿ ਉਹ ਜਿਹੜੇ ਓਫਿਸ਼ਲਸ ਨੇ ਸਰਕਾਰੀ ਮਹਿਕਮਿਆਂ 'ਚ ਜਿਹੜੇ ਬੈਠੇ ਨੇ ਜਿਨ੍ਹਾਂ ਦੇ ਕਿ ਫਰਜ਼ ਬਣਦੇ ਨੇ ਕਿ ਇਸ ਕਿਸਮ ਦੇ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਨਿਰਦੋਸ਼ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ ਸਟੇਟ ਦੀ ਮਸ਼ੀਨਰੀ ਦੁਆਰਾ ਉਹਨਾਂ ਦੀ ਇਹ ਰਿਸਪੋਂਸੀਬਿਲਟੀ ਬਣਦੀ ਹੈ ਕਿ ਇਹ ਕੁਝ ਨਾ ਹੋਵੇ ਉਹਨਾਂ ਦੀ ਰਿਸਪੋਂਸੀਬਿਲਟੀ ਇਹ ਕਿ ਸਿਟੀਜ਼ਨਸ ਜਿਹੜੇ ਨੇ ਉਹ ਸੁਰੱਖਿਅਤ ਰਹਿਣ ਸੋ ਉਹਨਾਂ ਨੂੰ ਇਸ ਵਕਤ ਉਹ ਮਿਲਣ ਜਾ ਰਹੇ ਸਨ ਸੋ ਇਸ ਕਰਕੇ ਬਹੁਤ ਘੱਟ ਸਮਾਂ ਸਾਨੂੰ ਦੇ ਸਕੇ ਪਰ ਫਿਰ ਵੀ ਸਾਡੇ ਸਰੋਤਿਆਂ ਤੱਕ ਜਾਣਕਾਰੀ ਜਿਹੜੀ ਮੁੱਢਲੀ ਜਾਣਕਾਰੀ ਹੈ ਉਹ ਜ਼ਰੂਰ ਪਹੁੰਚ ਗਈ ਹੋਏਗੀ ਬਿਲਕੁਲ ਇਸ ਟਾਈਮ ਜਦੋਂ ਅਸੀਂ ਉਹਨਾਂ ਨੇ ਪਹਿਲਾਂ ਗੱਲਬਾਤ ਕੀਤੀ ਜਿਹੜੀ ਉਹ ਪ੍ਰੈਸ ਰਿਲੀਜ਼ ਲਿਖ ਰਹੇ ਸੀਗੇ ਸੋ ਸਾਥੀਓ ਜਿਹੜੇ ਤੁਸੀਂ ਜੇ ਉਹ ਤਸਵੀਰਾਂ ਜੇ ਤੁਸੀਂ ਵੇਖੋ ਕਿਤੇ ਜਿਹੜੀਆਂ ਉਹ ਅਨੂ ਜੀ ਪੁਲਿਸ ਦੀ ਜਿਹੜੀ ਵੈਨ ਵਾ ਉਹਦੇ ਉੱਪਰ ਇੱਕ ਸਿਵਲ ਵਰਦੀ ਦੇ ਵਿੱਚ ਆਮ ਕੱਪੜੇ ਪਾ ਕੇ ਪੁਲਿਸ ਵਾਲਾ ਆ ਤੇ ਉਹ ਗਨ ਲੈ ਕੇ ਖੜਿਆ ਤੇ ਉਹ ਸਨਾਈਪਰ ਨੂੰ ਸ਼ਾਰਪ ਸ਼ੂਟਰ ਕਿਆ ਕਹਾਂਗੇ ਮੈਨੂੰ ਸ਼ਾਇਦ ਨਹੀਂ ਉਹਦੀ ਬੇਸਿਕਲੀ ਕੀ ਇੱਕ ਤੇ ਭੀੜ ਨੂੰ ਡਿਸਪਰਸ ਕਰਨ ਵਾਸਤੇ ਤੁਸੀਂ ਗੋਲੀਆਂ ਚਲਾਉਂਦੇ ਹੋ ਪਰ ਇਹ ਜਿਹੜੇ ਨੇ ਉਹ ਇੱਕ ਖਾਸ ਜਗ੍ਹਾ ਤੇ ਲੁਕ ਕੇ ਬੰਦਿਆਂ ਨੂੰ ਟਾਰਗੇਟ ਕਰਦੇ ਨੇ ਵੀ ਆਹ ਬੰਦਾ ਮਾਰਨਾ ਆਹ ਬੰਦਾ ਨਿਸ਼ਾਨਚੀ ਕਵਾਂਗੇ ਸਿੱਧ ਪੱਧਰੀ ਭਾਸ਼ਾ ਚ ਮਤਲਬ ਟੋਟਲੀ ਜਿਹੜਾ ਉਹ ਸੰਵਿਧਾਨਕ ਤੌਰ ਦੇ ਉੱਪਰ ਉਹ ਬਿਲਕੁਲ ਗਲਤ ਹੈ ਔਰ ਜਿਵੇਂ ਸਾਥੀ ਜੀ ਦੱਸ ਰਹੇ ਸੀਗੇ ਕਿ ਜਿਹੜੇ ਉਹ ਸੰਘਰਸ਼ ਕਰ ਰਹੇ ਸੀ ਜਿਹੜੇ ਜਿਹੜੇ ਮੋਢੀ ਸੀਗੇ ਉਹਨਾਂ ਨੂੰ ਬਕਾਇਦਾ ਉਹਨਾਂ ਨੂੰ ਮਾਰਿਆ ਗਿਆ ਅਸਲਮ ਭਾਈ ਨੂੰ ਜਿਹੜੇ ਬੜੇ ਚਿਰਾਂ ਤੋਂ ਇਸ ਸੰਘਰਸ਼ ਦੇ ਵਿੱਚ ਸ਼ਾਮਿਲ ਨੇ ਸੋ ਬਹੁਤ ਮਾੜੀ ਗੱਲ ਹੈ ਜੀ ਔਰ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਇਹ ਕਾਂਡ ਹੋਇਆ ਲਗਭਗ ਉਹੀ ਟਾਈਮ ਦੇ ਉੱਪਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਦਰਿਆਈ ਪਾਣੀਆਂ ਦੇ ਵਿੱਚ ਜਿਹੜੀਆਂ ਸ਼ਰਾਬ ਦੀ ਫੈਕਟਰੀ ਪੋਲਿਊਸ਼ਨ ਦਾ ਉਹ ਇੱਕੋ ਜਿਹੀ ਟਾਈਮਿੰਗ ਇਹਨਾਂ ਦੀ ਹੋਈ ਹੈ ਸੋ ਬਹੁਤ ਆਉਣ ਵਾਲੇ ਸਮੇਂ 'ਚ ਅਸੀਂ ਜਿਵੇਂ ਪਹਿਲਾਂ ਗੱਲ ਸੀਰੀਆ ਦੀ ਕੀਤੀ ਸੀਗੀ ਜਾਂ ਹੋਰ ਦੁਨੀਆ ਦੇ ਵਿੱਚ ਇਹੋ ਜਿਹੀਆਂ ਜਿਹੜੀਆਂ ਜੰਗਾਂ ਨੇ ਜਿਹੜੀਆਂ ਜਲ ਜ਼ਮੀਨ 'ਤੇ ਆਪਣੀ ਪਾਣੀ ਦੀਆਂ ਜਿਹੜੀਆਂ ਜੰਗਾਂ ਨੇ ਉਹ ਇਹ ਜਿਹੜੇ ਇਨਵਾਇਰਮੈਂਟ ਦੇ ਮਸਲੇ ਆ ਨੂੰ ਜੀ ਇਹ ਬਹੁਤ ਸੀਰੀਅਸ ਹੋ ਕੇ ਸਾਹਮਣੇ ਆਉਣੇ ਵਾਲੇ ਇਹ ਜਿਹੜੇ ਸਟਰਲਾਈਟ ਇਹ 1994 ਤੋਂ ਲੜਦੇ ਆ ਰਹੇ ਸੀਗੇ ਐਕਟਿਵਿਸਟ ਉਹਨਾਂ ਦੇ ਖਿਲਾਫ ਸੋ ਬਹੁਤ ਇੱਕ ਲੰਬਾ ਸੰਘਰਸ਼ ਹੈ ਤੋ ਹਾਂਜੀ ਹਾਂ ਹੋਰ ਪ੍ਰਾਂਤਾਂ 'ਚ ਵੀ ਅਸੀਂ ਦੇਖਦੇ ਹਾਂ ਸੰਘਰਸ਼ ਮੇਰਾ ਖਿਆਲ ਉਹ ਮੇਨ ਸਟ੍ਰੀਮ ਮੀਡੀਆ 'ਤੇ ਉਹਨੂੰ ਬਿਲਕੁਲ ਵੀ ਕਈ ਵਾਰੀ ਕਵਰ ਨਹੀਂ ਕਰਦਾ ਜਾਂ ਜੇ ਕਵਰ ਕਰਦੇ ਵੀ ਨਹੀਂ ਤਾਂ ਬੜੇ ਅਜੀਬ ਜਿਹੇ ਤਰੀਕੇ ਨਾਲ ਹੁੰਦਾ ਉਹਨਾਂ ਨੇ ਕਿਸੇ ਨਾ ਕਿਸੇ ਦਾ
ਪੱਖ ਪੂਰਨਾ ਹੁੰਦਾ ਜਾਂ ਜੋ ਉਹਨਾਂ ਨੂੰ ਮੈਂਡੇਟ ਦਿੱਤੀ ਗਈ ਹੁੰਦੀ ਉਹ ਹਿਸਾਬ ਨਾਲ ਉਹ ਨਿਊਜ਼ ਲੱਗਦੀ ਹੈ ਸੋ ਪਰ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਜਿਹੜੇ ਸੰਘਰਸ਼ ਨੇ ਉਹ ਇੱਕ ਪ੍ਰਾਂਤ ਤੋਂ ਦੂਸਰੇ ਪ੍ਰਾਂਤ ਨੂੰ ਸ਼ਾਇਦ ਪਤਾ ਵੀ ਨਹੀਂ ਲੱਗਦਾ ਕਿ ਚੱਲ ਰਿਹਾ ਅਨੁਜੀ ਜਿਹੜੀਆਂ ਫੋਟੋਆਂ ਉਸ ਪਰਿਵਾਰ ਦੀਆਂ ਜਿਹੜਾ ਇਹਨਾਂ ਨੇ ਇੰਦਰ ਕੁਮਾਰ ਜੀ ਹੁਣੇ ਫੇਸਬੁੱਕ 'ਤੇ ਪਾਈਆਂ ਸੀ ਬੱਚਿਆਂ ਦੀਆਂ ਜਿਹਨਾਂ ਦੇ ਕਤਲ ਹੋਏ ਆ ਸੋ ਸਾਥੀਓ ਬਿਲਕੁਲ ਉਹਨਾਂ ਦੀ ਗੱਲ ਸਹੀ ਹੈ ਕਿ ਇਹ ਟਾਟਾ ਵਰਗੀਆਂ ਵੇਦੰਤੀ ਵਰਗੀਆਂ ਇਹ ਕੰਪਨੀਆਂ ਵੇਦਾਂਤਾ ਜਿਹੜੀਆਂ ਹੋਰ ਇਹਨਾਂ ਦੀਆਂ ਜਿਹੜੀਆਂ ਸਟੀਲ ਕੰਪਨੀਆਂ ਨੇ ਉਹ ਮਲਟੀਨੈਸ਼ਨਲ ਹੋ ਚੁੱਕੀਆਂ ਨੇ ਇਹਨਾਂ ਮੁਲਕਾਂ ਦੇ ਵਿੱਚ ਵੀ ਉਹਨਾਂ ਦੀ ਪ੍ਰੈਜੈਂਸ ਹੈ ਹਾਂਜੀ ਬਿਲਕੁਲ ਆਸਟ੍ਰੇਲੀਆ 'ਚ ਤੇ ਕਾਫੀ ਸਾਰੇ ਹਾਂ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੇ ਖਿਲਾਫ ਬਹੁਤ ਤਕੜਾ ਸੰਘਰਸ਼ ਹੋ ਰਿਹਾ ਸਾਨੂੰ ਪਤਾ ਇਸ ਗੱਲ ਦਾ ਵੇਦੰਤਾ ਦੇ ਖਿਲਾਫ ਸੋ ਇਹਨਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਕਿਸ ਤਰੀਕੇ ਨਾਲ ਇਹ ਅਣਮਨੁੱਖੀ ਜਿਹੜਾ ਵਿਵਹਾਰ ਆ ਲੋਕਾਂ ਨਾਲ ਕਰਦੇ ਆ ਔਰ ਹਰ ਇੱਕ ਜਿਹੜਾ ਅਨੁਜੀ ਜਿਹੜਾ ਇਹ ਜਦੋਂ ਇਹ ਜਿਹੜੀ ਇਹ ਮੈਟਲੋਰਜੀ ਨੇ ਸਮੈਲਟਿੰਗ ਜਿਹੜੀਆਂ ਇਹ ਫੈਕਟਰੀਆਂ ਲਾਉਂਦੇ ਨੇ ਉਹ ਪ੍ਰੋਸੀਜਰ ਸਾਰੇ ਹੈਗੇ ਨੇ ਉਹਨਾਂ ਨੂੰ ਕੈਮੀਕਲ ਨੂੰ ਪ੍ਰੋਪਰਲੀ ਡਿਸਪੋਜ਼ ਆਫ ਕੀਤਾ ਜਾ ਸਕਦਾ ਪਰ ਕਿਉਂਕਿ ਜਿਹੜਾ ਪ੍ਰੋਫਿਟ ਮੋਟਿਵ ਆ ਜਿਹੜਾ ਉਹ ਸਭ ਤੋਂ ਸ਼ਾਰਟਕੱਟ ਮਾਰਿਆ ਜਾਂਦਾ ਔਰ ਲੋਕਾਂ ਦੀ ਜਿਹੜੀ ਗੱਲ ਆ ਜਿਹੜੀਆਂ ਸਰਕਾਰਾਂ ਨੇ ਉਹ ਇਹਨਾਂ ਦੀ ਮੁੱਠੀ ਦੇ ਵਿੱਚ ਨੇ ਸੋ ਇਸ ਤਰੀਕੇ ਦੇ ਨਾਲ ਹੁਣ ਜਿਹੜਾ ਦੂਸਰਾ ਮਸਲਾ ਵੀ ਅਸੀਂ ਡਿਸਕਸ ਕਰਨਾ ਉਹ ਵੀ ਲਗਭਗ ਗੱਲ ਇਹੋ ਜਿਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਰਕਾਰਾਂ ਨੇ ਉਹ ਜਿਹੜੀ ਕਿਸਾਨਾਂ ਦੀ ਜ਼ਮੀਨ ਜਿਹੜੀ ਇਸ ਟਾਈਮ ਖੋਹਣ 'ਤੇ ਤਿਆਰ ਹੋਏ ਨੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਆਪਣੀਆਂ ਜ਼ਮੀਨਾਂ ਛੱਡ ਕੇ ਚਲੇ ਜਾਣ ਉਹਨਾਂ ਨੂੰ ਕੋਰਨਰ ਕੀਤਾ ਜਾ ਰਿਹਾ ਅਤੇ ਫਿਰ ਉਹ ਜਿਹੜੀਆਂ ਵੱਡੇ ਜਿਹੜੇ ਘਰਾਣੇ ਨੇ ਉਹ ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਹਨਾਂ ਨੇ ਐਕੁਆਇਰ ਕਰਨ ਇਹ ਜਿਹੜਾ ਦੁਨੀਆਂ ਦੇ ਵਿੱਚ ਵਰਤਾਰਾ ਅਨੁਜੀ ਚੱਲ ਰਿਹਾ ਹੈ ਸੋ ਅਸੀਂ ਗੱਲਬਾਤ ਕਰਾਂਗੇ ਸਾਥੀ ਬੂਟਾ ਸਿੰਘ ਬੁਰਜਗਿੱਲ ਹੁਣਾਂ ਨਾਲ ਹਾਂਜੀ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਟਕੋਂਦਾ ਤੋਂ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੁਸੀਂ ਇਸ ਤਰ੍ਹਾਂ ਹੀ ਸਾਡੇ ਨਾਲ ਜੁੜੇ ਰਹਿਣਾ ਜੱਟ ਤੇ ਸਿਰੀ ਦਾ ਹਾਲ ਗਲ ਲੱਗ ਕੇ ਸਿਰੀ ਦੇ ਜੱਟ ਰੋਵੇ ਗਲ ਲੱਗ ਕੇ ਸਿਰੀ ਦੇ ਜੱਟ ਰੋਵੇ ਗੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗਲੀ ਸਾਡੇ ਪਿੜ ਵਿੱਚ ਤੇਰੇ ਗਲ ਚੀਥੜੇ ਸਾਡੇ ਪਿੜ ਵਿੱਚ ਤੇਰੇ ਗਲ ਚੀਥੜੇ ਨੀ ਮੇਰੀਏ ਜਵਾਨ ਕਣਕੇ ਕੱਲ ਸ਼ਾਹਾਂ ਦੇ ਗੁਦਾਮਾਂ ਵਿੱਚੋਂ ਨਿਕਲੇ ਤੂੰ ਸੋਨੇ ਦਾ ਪਟੋਲਾ ਬਣ ਕੇ ਤੂੰ ਵੀ ਬਣ ਗਿਆ ਗਮਾਂ ਦਾ ਗੁਮੰਤਰੀ ਤੂੰ ਵੀ ਬਣ ਗਿਆ ਗਮਾਂ ਦਾ ਗੁਮੰਤਰੀ ਓ ਮੇਰੇ ਬੇਜ਼ੁਬਾਨ ਟੱਗਿਆ ਗਲ ਲੱਗ ਕੇ ਸਿਰੀ ਦੇ ਜੱਟ ਰੋਵੇ ਬੋਲਾਂ ਵਿੱਚੋਂ ਨੀਰ ਵਗਿਆ ਲਿਆ ਤੰਗਲੀ ਉਹ ਸਾਡਾ ਕੁੱਟੀ ਕੁੱਟੀ ਖੂਨ ਤੇਲ ਪੀ ਗਿਆ ਤੇ ਖਾਦ ਖਾ ਗਈ ਹੱਡ ਖਾਰ ਕੇ ਬੋਲੇ ਬੀਜ ਦੀ ਤਕਾਵੀ ਬਹੀ ਅੰਦਰੋਂ ਬਈ ਬੋਲ ਨੂੰ ਕੰਘੂਰਾ ਮਾਰ ਕੇ ਸਾਨੂੰ ਬਿਜਲੀ ਝੰਜੋੜਾ ਇਹਨਾਂ ਮਾਰਿਆ ਸਾਨੂੰ ਬਿਜਲੀ ਝੰਜੋੜਾ ਇਹਨਾਂ ਮਾਰਿਆ ਕੇ ਸਦਰਾਂ ਨੂੰ ਲਾਂਬੂ ਲੱਗਿਆ ਲਿਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ ਲਿਆ ਤੰਗਲੀ
ਤੀਏ ਕਿਹੜੇ ਨੀ ਪੜੋਲੇ ਵਿੱਚ ਡਕਲਾ ਤੀਏ ਕਿਹੜੇ ਨੀ ਤੀਏ ਕਿਹੜੇ ਨੀ ਪੜੋਲੇ ਵਿੱਚ ਡਕਲਾ ਮੈਂ ਤੇਰੀਆਂ ਜੁਆਨ। ਸਾਰੇ ਸਰੋਤਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ ਪ੍ਰੋਗਰਾਮ ਰੇਡੀਓ ਇਨਕਲਾਬ ਵਿੱਚ। ਦੋਸਤੋ ਇਸ ਵਕਤ ਫੋਨ ਲਾਈਨ 'ਤੇ ਸਾਡੇ ਨਾਲ ਹੋ ਗਏ ਨੇ ਸਾਥੀ ਬੂਟਾ ਸਿੰਘ ਬੁਰਜਕਿਲ, ਜਿਹੜੇ ਕਿ ਪ੍ਰਧਾਨ ਨੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ। ਸਤ ਜੀ, ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ 'ਤੇ। ਹਾਂਜੀ ਹਾਂਜੀ, ਬਹੁਤ ਵਧੀਆ ਸਾਥੀ ਜੀ, ਬਹੁਤ ਵਧੀਆ। ਸੋ ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਜਿਹੜਾ ਸਰਕਾਰ ਦਾ ਜਬਰ ਇਹਨਾਂ ਦੇ ਅਸਲੀ ਹੈ, ਐਕਚੁਅਲੀ ਇਹਨਾਂ ਦੇ ਵਿੱਚ ਮਨਛੇ ਕੀ ਹੈ ਕਿ ਜਿਹੜਾ ਇਹ ਝੋਨਾ ਜਿਹੜਾ ਇਹ ਅਗੇਤਾ ਲਾਉਣ ਤੋਂ ਇਹ ਇਹਨਾਂ ਨੇ ਮਨਾਹੀ ਕਰ ਰਹੇ ਨੇ ਔਰ ਕਾਨੂੰਨੀ ਤੌਰ ਦੇ ਉੱਪਰ ਇਸ ਨੂੰ ਬੈਨ ਕੀਤਾ ਹੋਇਆ ਔਰ ਇਸ ਹੱਦ ਤੱਕ ਕਿ ਜੇ ਕਿਸੇ ਨੇ ਝੋਨਾ ਲਾਇਆ ਤਾਂ ਅਸੀਂ ਵਾਹ ਦਿਆਂਗੇ। ਸੋ ਇਹ ਇਹ ਸਾਰੇ ਦੇ ਮਤਲਬ ਕਿਸਾਨਾਂ ਨੂੰ ਪਹਿਲੀ ਗੱਲ ਤਾਂ ਵੀ ਅਗੇਤਾ ਝੋਨਾ ਲਾਉਣ ਦੀ ਲੋੜ ਕੀ ਹੈ ਔਰ ਦੂਸਰਾ ਸਵਾਲ ਇਹ ਖੜਾ ਹੁੰਦਾ ਹੈ ਕਿ ਸਰਕਾਰ ਦੀ ਜਿਹੜੀ ਮਨਸ਼ਾ ਇਹ ਸਾਰੇ ਮਸਲੇ ਦੇ ਵਿੱਚ ਕੀ ਹੈ। ਹਾਂਜੀ ਭਾਰਤੀ ਜੀ, ਇਹਦੇ ਨਾਲ ਕਈ ਪੱਖ ਹੈ ਅਗੇਤਾ ਝੋਨਾ ਲਾਉਣ ਦੇ, ਕਿਉਂ ਕਿਸਾਨਾਂ ਨੇ ਮਤਲਬ ਬਗਾਵਤ ਕੀਤੀ ਹੈ। ਜੀ ਜੀ, ਦੇਖੋ ਪਹਿਲਾਂ ਇਹ ਤੇ ਕੋਈ ਰੋਕ ਨਹੀਂ ਸੀ ਹੁੰਦੀ, ਪਹਿਲਾਂ 1 ਜੂਨ ਤੋਂ, ਫਿਰ 1 ਜੂਨ ਤੋਂ ਰੋਕ, ਫਿਰ 10 ਕਰਤੀ, 10 ਤੋਂ 15, 15 ਤੋਂ 20 ਕਰਤੀ ਜਾਣੀ। ਜੀ, ਅਸਲ ਦੇ ਵਿੱਚ ਜਿਹੜਾ ਕਿਸਾਨਾਂ ਦੇ ਅੰਦਰ ਮਤਲਬ ਇਹਦਾ ਗੁੱਸਾ ਪਣਪ ਰਿਹਾ। ਜੀ, ਸਭ ਪਹਿਲੀ ਗੱਲ ਤਾਂ ਇਹ ਹੈ ਕਿ ਜਦੋਂ ਅਸੀਂ 20 ਜੂਨ ਨੂੰ ਝੋਨਾ ਲਾਵਾਂਗੇ, ਜੀ, ਤਾਂ ਜਿਸ ਵੇਲੇ ਝੋਨੇ ਦੀ ਅਸੀਂ ਕਟਾਈ ਕਰਨੀ ਹੈ ਤਾਂ ਉਸ ਵੇਲੇ ਧੁੰਦਾਂ ਪੈਣ ਲੱਗ ਜਾਂਦੀਆਂ, ਨਮੀ ਦੀ ਮਾਤਰਾ ਜਿਹੜੀ ਬਹੁਤ ਜ਼ਿਆਦਾ ਵੱਧ ਜਾਂਦੀ ਆ। ਠੀਕ, ਨਮੀ ਤਾਂ ਏਜੰਸੀਆਂ ਨੇ ਇਹ ਕਰਤਾ ਵੀ ਪਹਿਲਾਂ 17% ਖਰੀਦੇ ਸੀ, ਐਤਕੀ ਘਟਾ ਕੇ 15 ਕਰਤੀ। ਹਾਂ, ਜਿਸ ਟਾਈਮ ਤੇ 20 ਜੂਨ ਨੂੰ ਝੋਨਾ ਲਾ ਕੇ ਜਦੋਂ ਇਹਦੀ ਵਢਾਈ ਹੋਣੀ ਆ ਤਾਂ ਉਦੋਂ ਨੂੰ ਨਮੀ ਆ ਜਿਹੜੀ ਬਹੁਤ ਜ਼ਿਆਦਾ ਵੱਧ ਜਾਂਦੀ ਆ। ਫਿਰ ਮੰਡੀਆਂ ਦੇ ਵਿੱਚ ਖਰੀਦ ਏਜੰਸੀਆਂ ਤੇ ਜਿਹੜੇ ਉਹਨਾਂ ਦੇ ਇੰਸਪੈਕਟਰ ਆੜਤ ਦੇ ਸੈਲਰ ਮਾਲਕ, ਇਹ ਸਾਰੇ ਮਿਲ ਜਾਂਦੇ ਨੇ, ਮਿਲ ਕੇ ਬਹੁਤ ਵੱਡੀ ਲੁੱਟ ਕਰਦੇ ਆ। 5 ਕਿਲੋ ਤੱਕ ਕੁਇੰਟਲ ਮੰਗ, 6 ਕਿਲੋ ਤੱਕ ਇਹ ਕਾਟ ਲਾ ਕੇ ਫਿਰ ਝੋਨਾ ਮਤਲਬ ਤੋਲਦੇ ਨੇ, ਜਿਹੜਾ ਉਦੋਂ ਵੱਡੀ ਲੁੱਟ ਸ਼ੁਰੂ ਹੁੰਦੀ ਹੈ ਇਹਦੇ ਨਾਲ। ਇਹ ਵੱਡਾ ਖਾਲਸਾ ਕਿਸਾਨਾਂ ਨੂੰ ਇਹ ਰਹਿੰਦਾ ਕਿ ਉਸ ਟਾਈਮ ਤੇ ਜਾ ਕੇ ਮੰਡੀ ਦੇ ਵਿੱਚ ਝੋਨੇ ਨੇ ਫਸ ਜਾਣਾ। ਦੂਸਰੀ ਗੱਲ, ਜਿਹੜੀਆਂ ਮਾਲਵੇ ਦੇ ਵਿੱਚ ਖਾਸ ਕਰਕੇ ਜਿਹੜੀਆਂ ਨਾ ਲੰਮੀ ਮਿਆਦ ਵਾਲੀਆਂ ਵਰਾਇਟੀਆਂ, ਉਹ ਕਾਫੀ ਸਮਾਂ ਵੱਧ ਲੈਂਦੀਆਂ ਆਮ ਵਰਾਇਟੀਆਂ ਦੇ ਨਾਲੋਂ। ਇੱਕ ਥੋੜੇ ਸਮੇਂ ਚ ਪੱਕਣ ਵਾਲੀਆਂ, ਇੱਕ ਵੱਧ ਸਮੇਂ ਚ ਪੱਕਣ ਵਾਲੀਆਂ। ਜੀ, ਜਿਹੜੀਆਂ ਵੱਧ ਸਮੇਂ ਦੇ ਵਿੱਚ ਪੱਕਣ ਵਾਲੀਆਂ, ਉਹਨਾਂ ਦਾ ਸਹੀ ਟਾਈਮ ਅਸਲ ਦੇ ਵਿੱਚ 10 ਜੂਨ ਬਣਦਾ, ਤੇ ਉਹ 10 ਜੂਨ ਨੂੰ ਲੱਗਣ ਤੇ ਫਿਰ ਉਹਨਾਂ ਦੀ ਸਮੇਂ ਸਿਰ ਕਟਾਈ ਹੋਵੇ। ਜਿਹਨਾਂ ਦਾ ਔਸਤ ਝਾੜ 35 ਕੁਇੰਟਲ ਤੋਂ ਲੈ ਕੇ 40 ਕੁਇੰਟਲ ਤੱਕ ਆ, ਵੱਧ ਸਮਾਂ ਲੈਣ ਵਾਲੀਆਂ ਜਿਹੜੀਆਂ ਕਿਸਮਾਂ ਨੇ। ਹਾਂਜੀ, ਤੇ ਜਿਹੜੀਆਂ ਕਿਸਮਾਂ ਦੀ ਸਿਫਾਰਸ਼ ਖੇਤੀਬਾੜੀ ਮਹਿਕਮਾ ਕਰ ਰਿਹਾ, ਉਹ ਸਾਰੀਆਂ ਹੀ ਕਿਸਮਾਂ ਦਾ ਔਸਤਨ ਝਾੜ 24 ਤੋਂ 25 ਕੁਇੰਟਲ ਆ। ਇਹ ਵੱਡਾ ਪਾੜਾ ਜਿਹੜਾ ਵੀਹਾਂ ਕਿਸਾਨਾਂ ਨੂੰ, ਇਹ ਪਾੜਾ ਵੀ ਪਹਿਲਾਂ ਹੀ ਕਰਜ਼ੇ ਹੀ ਹੋਇਆ, ਇਹ ਪਾੜੇ ਦੀ ਪੂਰਤੀ ਕਿਵੇਂ ਹੋਊਗੀ, ਇਹਦਾ ਇਹਨਾਂ ਇਹ ਕੋਈ ਜਵਾਬ ਨਹੀਂ ਦੇ ਰਹੇ ਇਹਦਾ। ਇਹ ਜਿਹੜਾ ਇੰਨਾ ਮਤਲਬ ਝਾੜ ਦਾ ਫਰਕ ਹੈ, ਇਹਦਾ ਫਰਕ ਕੌਣ ਕੱਢੂਗਾ। ਜੀ, ਦੂਸਰੀ ਗੱਲ ਮਤਲਬ ਹੈਗੀ ਆ ਕਿ ਜਦੋਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣੀ ਆ, ਜੇ 10 ਜਾਂ 15 ਜੂਨ ਤੋਂ ਝੋਨਾ ਲੱਗਿਆ ਹੋਇਆ ਤਾਂ ਜਦੋਂ ਪਰਾਲੀ ਨੂੰ ਅੱਗ ਲਾਉਂਦੇ ਆ, ਉਹ 10-15 ਮਿੰਟਾਂ ਦੇ ਵਿੱਚ ਮੱਚ ਜਾਂਦੀ ਹੈ, ਸੁੱਕੀ ਹੁੰਦੀ ਹੈ। ਅਗਰ 20 ਜੂਨ ਨੂੰ ਜਾਂ 25 ਜੂਨ ਨੂੰ ਝੋਨਾ ਲਾਉਂਦੇ ਆ ਤਾਂ ਉਦੋਂ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਆ। ਅਸਲ ਦੇ ਵਿੱਚ ਧੁੰਦੀ ਧੁੰਦ ਹੀ ਉਦੋਂ ਬਣਦੀ ਆ ਜਦੋਂ ਇਹ ਲੇਟ ਹੋ ਜਾਂਦੀ ਆ, ਧੁੱਖਣ ਲੱਗ ਜਾਂਦੀ ਆ, ਮੱਚ ਹੀ ਨਹੀਂ ਹੈ। ਉਹ ਵੀ ਕਿਸਾਨਾਂ ਦਾ ਕਸੂਰ ਹੁੰਦਾ ਫਿਰ। ਹਾਂ, ਇੱਕ ਪਾਸੇ ਦਾ ਹੋਰ ਵੀ ਹੈਗਾ ਜੀ, 20 ਜੂਨ ਤੋਂ ਝੋਨਾ ਲਾਵਾਂਗੇ, ਝੋਨਾ ਲੇਟ ਹੋਊਗਾ ਤਾਂ ਮਤਲਬ ਕਣਕ ਹੈ ਜਿਹੜੀ ਉਹਦੀ ਬਜਾਰ ਪਸਲ ਜਾਂਦੀ ਹੈ, ਜਦੋਂ ਬਜਾਰ ਪਸਲ ਤਾਂ ਕਣਕ ਦੇ ਝਾੜ ਤੇ ਵੀ ਮਾੜਾ ਅਸਰ ਪੈਂਦਾ। ਜੇ 3-4
ਇਹਦੇ ਜਿਹੜੇ ਮਤਲਬ ਕਿਸਾਨਾਂ ਨੂੰ ਮਜਬੂਰ ਕਰਦੇ ਆ ਕਿ ਅਸਲ ਸਹੀ ਟਾਈਮ ਜਿਹੜਾ ਝੋਨੇ ਦੀ ਲਵਾਈ ਆ ਉਹ 1 ਜੂਨ ਤੋਂ ਲੈ ਕੇ 10 ਜੂਨ ਤੱਕ ਹੈ, ਜੇ ਇੱਥੇ ਹੋਵੇ ਕਿਸੇ ਦਾ ਕੋਈ ਨੁਕਸਾਨ ਨੀ ਹੁੰਦਾ। ਜਿੱਥੋਂ ਤੱਕ ਸਵਾਲ ਆ ਵੀ ਕਿਸਾਨ ਤਾਂ ਮਤਲਬ ਪਾਣੀ ਦੇ ਬੈਰੀ ਆ, ਪਾਣੀ ਵੱਧ ਦੇਖੋ ਜਿਹੜੇ ਝੋਨੇ ਨੇ 90 ਦਿਨ ਲੈਣੇ ਆ ਉਹ 10 ਦਿਨ ਪਹਿਲਾਂ ਲੱਗ ਗਿਆ ਫਿਰ ਵੀ 90 ਚ ਪੱਕਣਾ, ਜੇ 10 ਦਿਨ ਮਗਰੋਂ ਲੱਗ ਗਿਆ ਤਾਂ ਫਿਰ ਵੀ 90 ਦਿਨ। ਬਿਲਕੁਲ ਬਿਲਕੁਲ, ਇਹਦੇ ਨਾਲ ਕੋਈ ਫਰਕ ਨੀ ਪੈਂਦਾ, ਇਹਨੇ ਕਿਸਾਨਾਂ ਨੂੰ ਬੁੱਧੂ ਬਣਾਉਣ ਵਾਲੀ ਗੱਲ ਹੈਗੀ ਆ। ਉਦੋਂ ਅਗਲੀ ਗੱਲ ਹੈਗੀ ਆ ਕਿ ਜੇ ਸੱਚੋਂ ਹੀ ਸਰਕਾਰਾਂ ਇਹ ਸੋਚਦੀਆਂ ਕਿ ਪਾਣੀ ਜਿਹੜਾ ਧਰਤੀ ਦਾ ਪੇਟ ਆ ਇਹ ਖਾਲੀ ਨਾ ਹੋਵੇ, ਸਾਇੰਸ ਕਿੱਥੇ ਤੱਕ ਚਲੀ ਗਈ, ਹੇਠਾਂ ਤੋਂ ਪਾਣੀ ਕੱਢਣਾ ਸੌਖਾ ਕਿ ਪਾਣੀ ਹੇਠਾਂ ਪਾਉਣਾ ਔਖਾ। ਪਾਣੀ ਹੇਠਾਂ ਪਾਉਣਾ ਆਮ ਖੇਤਾਂ ਦੇ ਵਿੱਚ ਜਦੋਂ ਬਾਰਿਸ਼ ਜ਼ਿਆਦਾ ਪੈ ਜਾਂਦੀ ਹੈ ਨਾ, ਅਸੀਂ ਫਰੈਸ਼ ਵਾਲਾਂ ਦੇ ਬੋਰਾਂ ਦੇ ਪੱਤੇ ਕੋਲ ਚੱਕ ਦਿੰਦੇ ਹਾਂ, ਸਾਰੇ ਦਾ ਸਾਰਾ ਪਾਣੀ ਧਰਤੀ ਦੇ ਵਿੱਚ ਚਲਿਆ ਜਾਂਦਾ। ਇਹਨਾਂ ਨੇ ਅਜੇ ਤੱਕ ਨਾ ਤਾਂ ਹੱਟਾ ਪਾਣੀ ਜਿਹੜਾ ਵਿਅਰਥ ਤਬਾਹੀ ਮਚਾਉਂਦਾ ਹੋਇਆ ਜਿੱਧਰ ਪਾਕਿਸਤਾਨ ਨੂੰ ਨਹੀਂ ਜਾਂਦਾ ਉਹਦਾ ਕੋਈ ਪ੍ਰਬੰਧ ਨਹੀਂ ਕੀਤਾ ਇਹਨਾਂ ਨੇ, ਰੀਚਾਰਜ ਕਰਨ ਜਿਹੜਾ ਜਾਈ ਜਾਂਦਾ ਪਾਣੀ ਉਹਦਾ ਕੋਈ ਪ੍ਰਬੰਧ ਨਹੀਂ ਕੀਤਾ, ਇਹ ਸਾਰੇ ਦਾ ਸਾਰਾ ਪਾਣੀ ਰੀਚਾਰਜ ਕਰਕੇ ਧਰਤੀ ਦਾ ਪੇਟ ਭਰਿਆ ਜਾ ਸਕਦਾ। ਇਹ ਕਿਸਾਨਾਂ ਨੂੰ ਤਾਂ ਇਹਨੇ ਬੁੱਧੂ ਬਣਾਇਆ ਹੋਇਆ ਇਹਨਾਂ ਦਾ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ, ਕੋਈ ਸ਼ੱਕ ਨਹੀਂ। ਹਾਤੀ ਜੀ ਇਹ ਮੇਰੇ ਖਿਆਲ ਥੋੜ੍ਹਾ ਜਿਹਾ ਤੁਸੀਂ ਆਹ ਪਾਣੀ ਵਾਲੀ ਗੱਲ ਸਰੋਤਿਆਂ ਨਾਲ ਕਲੀਅਰ ਕਰੋ ਕਿ ਇਹ ਇੱਕ ਬਹਾਨਾ ਦਿੱਤਾ ਜਾ ਰਿਹਾ ਹੈ ਕਿ ਜੇ ਝੋਨਾ ਅਗੇਤਾ ਬੀਜਾਂਗੇ ਤੇ ਉਹਦੇ ਨਾਲ ਧਰਤੀ ਦਾ ਜਿਹੜਾ ਪਾਣੀ ਆ ਹੋਰ ਖਿੱਚਿਆ ਜਾਊਗਾ ਤੇ ਬਹੁਤ ਜ਼ਿਆਦਾ ਜਿਹੜੀ ਸੱਤਾ ਪਾਣੀ ਦੀ ਪਹਿਲੀ ਹੇਠਾਂ ਪਹੁੰਚ ਚੁੱਕੀ ਆ, ਹੋਰ ਮਤਲਬ ਕਿਸਾਨਾਂ ਨੂੰ ਪਾਣੀ ਦੇ ਮਤਲਬ ਉਹ ਦੁਸ਼ਮਣ ਲੋਕਾਂ ਦੇ ਵਿੱਚ ਇਹ ਅਫਵਾਹ ਫੈਲਾਈ ਜਾ ਰਹੀ ਹੈ ਵੀ ਕਿਸਾਨ ਹੀ ਤੁਹਾਡੇ ਦੁਸ਼ਮਣ ਜਿਹੜਾ ਪਾਣੀ ਖਤਮ ਕਰ ਰਿਹਾ ਹੈ। ਮੈਂ ਪਹਿਲਾਂ ਵੀ ਇਹ ਗੱਲ ਸਾਫ਼ ਕਰ ਸਕਿਆ ਕਿ ਜਿਹੜਾ 5 ਦਿਨਾਂ ਦੇ ਨਾਲ ਪਾਣੀ ਵੱਧ ਥੱਲੇ ਉੱਤਰ ਜੂ ਜਾਂ ਤਾਹਾਂ ਚੜਿਆ ਇਹ ਕੋਈ ਦਲੀਲ ਨੀ ਹੈ, ਇਹ ਗਲਤ ਬਿਆਨਬਾਜ਼ੀ ਹੈ ਕਿ ਜੇ 15 ਜੂਨ ਨੂੰ ਝੋਨਾ ਲੱਗਦਾ ਤਾਂ ਪਾਣੀ ਬਹੁਤ ਸਾਡੇ ਕੋਲ ਵੱਧ ਜੂਗਾ ਤੇ ਜੇ 20 ਨੂੰ ਲੱਗਦਾ ਤਾਂ ਮਤਲਬ ਬਹੁਤ ਜ਼ਿਆਦਾ ਪਾਣੀ ਥੱਲੇ ਖਿੱਚਿਆ ਜਾਊਗਾ, 5 ਦਿਨਾਂ ਨਾਲ ਕੋਈ ਫਰਕ ਨੀ ਪੈਂਦਾ, ਉਹੀ 5 ਦਿਨ ਝੋਨੇ ਨੇ ਪਹਿਲਾਂ ਪੱਕ ਜਾਣਾ। ਦੂਸਰੀ ਗੱਲ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਅਸਲ ਦੇ ਵਿੱਚ ਪਾਣੀ ਸਾਂਭਣ ਦੇ ਲਈ ਕੁਝ ਵੀ ਨੀ ਕਰ ਰਿਹਾ, ਰੀਚਾਰਜ ਕਰਨ ਵਾਸਤੇ ਉਹਨੂੰ ਕੁਛ ਨੀ ਕੀਤਾ ਜਾ ਰਿਹਾ ਧਰਤੀ ਹੇਠਾਂ ਵਾਲਾ ਪਾਣੀ ਨੂੰ, ਬਿਲਕੁਲ ਕੁਛ ਨੀ ਕੀਤਾ ਜਾ, ਹੁਣ ਬਾਰਿਸ਼ਾਂ ਹੋਣੀਆਂ ਸਾਰੇ ਦਾ ਸਾਰਾ ਪਾਣੀ ਰੁੜ ਕੇ ਤਬਾਹੀ ਮਚਾਉਂਦਾ ਅੱਗੇ ਲੰਘ ਜਾਣਾ, ਇਹਨੂੰ ਸਾਰੇ ਨੂੰ ਠੱਲਿਆ ਜਾ ਸਕਦਾ, ਮੋੜ ਧਰਤੀ ਦਾ ਪੇਟ ਭਰਿਆ ਜਾ ਸਕਦਾ, ਜੋ ਕੁਝ ਕਰਨ ਵਾਲਾ ਉਹ ਨਹੀਂ ਕਰ ਰਹੇ, ਕਿਸਾਨਾਂ ਨੂੰ ਮਤਲਬ ਹਰ ਥਾਂ ਤੇ ਕਿਸਾਨਾਂ ਨੂੰ ਦੋਸ਼ੀ। ਪੰਜਾਬ ਦਾ ਕਿਸਾਨ ਦੇਖੋ ਝੋਨਾ ਨੀ ਚੌਲ ਨੀ ਖਾਂਦਾ ਬਿਲਕੁਲ, ਇੱਕ ਪਰਿਵਾਰ ਨੂੰ 20 ਕਿਲੋ ਚੌਲ ਨੀ ਮੁੱਕਦੇ ਸਾਰੇ ਸਾਲ ਦੇ ਵਿੱਚ, ਇਹ ਤਾਂ ਸਾਡੀ ਖੁਰਾਕ ਨੀ ਹੈ, ਸਾਥੋਂ ਤਾਂ ਬਜਾਇਆ ਗਿਆ ਇਹ, ਬਿਲਕੁਲ ਬਜਾਇਆ ਗਿਆ ਜੀ, ਕੋਈ ਸ਼ੱਕ ਨੀ, ਕੋਈ ਸ਼ੱਕ। ਹਾਂ ਅਸੀਂ ਤਾਂ ਹੁਣ ਵੀ ਬੰਦ ਕਰਨਾ ਚਾਹੁੰਦੇ ਹਾਂ, ਅਸੀਂ ਝੋਨਾ ਬੰਦ ਕਰ ਦਿਆਂਗੇ ਬੀਜਣਾ ਚੌਲ, ਸਾਥੋਂ ਬਾਸਮਤੀ ਦੀ ਕਾਸ਼ਤ ਕਰਾਉਣ, ਬਾਸਮਤੀ ਨੂੰ ਪੂਰੀ ਦੁਨੀਆਂ ਖਾਂਦੀ ਆ, ਬਾਸਮਤੀ ਪਾਣੀ 25% ਤੇ ਪੜਦੀ ਹੈ, ਸਿਰਫ 25% ਤੇ, ਤੇ ਜਿਹੜਾ ਉਹਦਾ ਪਰਾਲ ਹੈ ਉਹ ਵੀ ਬਹੁਤ ਥੋੜਾ ਹੁੰਦਾ, ਉਹ ਵੀ ਕੰਮ ਆ ਸਕਦਾ ਹੈ, ਇਹ ਗਰੰਟੀ ਕਰਨ ਉਹਦਾ MSP ਵੱਜੇ ਮਤਲਬ ਬਾਸਮਤੀ ਦਾ ਖਰੀਦ ਦੀ ਗਰੰਟੀ ਹੋਵੇ, ਉਸ ਤੋਂ ਬਾਅਦ ਅਸੀਂ ਲਾਵਾਂਗੇ ਆਲੂ, ਆਲੂਆਂ ਦਾ ਘੱਟੋ ਘੱਟ MSP ਤੈਅ ਹੋਵੇ ਤੇ ਖਰੀਦ ਦੀ ਗਰੰਟੀ ਹੋਵੇ, ਉਦੋਂ ਬਾਅਦ ਚ ਬੀਜਾਂਗੇ ਅਸੀਂ ਦਾਲਾਂ, ਦਾਲਾਂ ਦਾ MSP ਤੈਅ ਹੈ ਪਰ ਇਹ ਖਰੀਦ ਨੀ ਕਰ ਰਹੇ, ਅਸੀਂ ਝੋਨਾ ਬਿਲਕੁਲ ਬੀਜਣਾ ਬੰਦ ਕਰ ਦੇਣਗੇ, ਕਿਸਾਨਾਂ ਨੂੰ ਸਹਿਮਤ ਕਰ ਲਾਂਗੇ, ਆਹ 3 ਸ਼ਰਤਾਂ ਸਾਡੀਆਂ ਪੂਰੀਆਂ ਕਰ ਦੇਣ, ਨਾ ਪ੍ਰਦੂਸ਼ਣ ਫੈਲੂਗਾ, ਨਾ ਧਰਤੀ ਹੇਠਲਾ ਪਾਣੀ ਥੱਲੇ ਜਾਊਗਾ, ਕੋਈ ਨੁਕਸਾਨ ਨੀ ਹੋਊਗਾ। ਤੋ ਸਾਥੀ ਜੀ ਫਿਰ ਸਰਕਾਰ ਦੀ ਇਸ ਮਸਲੇ ਦੇ ਵਿੱਚ ਕੀ ਮੰਸ਼ਾ ਕੀ ਹੈ, ਮਤਲਬ ਕਿਉਂ ਇਹ ਸਾਰਾ ਕੁਛ ਇਹ ਕਰ ਰਹੇ ਨੇ, ਕਿਉਂ ਕਿਸਾਨਾਂ ਨੂੰ ਮਜਬੂਰ ਕਰ ਰਹੇ ਨੇ ਕਿਸੇ ਹੱਦ ਤੱਕ? ਦੇਖੋ ਜਿਹੜੀਆਂ ਸਰਕਾਰਾਂ ਉਹ ਚਾਹੇ ਸੈਂਟਰ ਦੀ ਹੈ ਤੇ ਚਾਹੇ ਸਟੇਟਾਂ ਦੀ ਹੈ, ਇਹਨਾਂ ਦੇ ਬੜੇ ਜਿਹੜੇ ਮਨਸੂਬੇ ਆ ਨਾ ਬੜੇ ਖੋਟੇ ਆ ਉਹ, ਅਸਲ ਦੇ ਵਿੱਚ ਹੁਣ ਜਿਹੜੀਆਂ ਅਨਾਜ ਦੀ ਕਿਸ਼ਤਾਂ ਵਾਲੀਆਂ ਵੱਡੀਆਂ ਕੰਪਨੀਆਂ ਸੀਗੀਆਂ
ਜੀ ਉਹਨਾਂ ਨੂੰ ਕਣਕਾਂ ਔਰ ਝੋਨੇ ਦੇ ਵਿੱਚੋਂ ਜਿਹੜਾ ਵਪਾਰ ਕਰਦੀਆਂ ਉਹਨਾਂ ਮੁਨਾਫਾ ਨਹੀਂ ਹੋ ਰਿਹਾ ਅਸਲ ਦੇ ਵਿੱਚ ਇਹ ਇੱਧਰ ਦੀ ਟੇਢੇ ਢੰਗ ਦੇ ਨਾਲ ਇਹ ਖੇਤੀ ਬੰਦ ਕਰਾ ਕੇ ਜਿਹੜੇ ਉਹਨਾਂ ਜੋ ਚਾਹੁੰਦੀਆਂ ਹੁਣ ਕਿ ਜੜੀਆਂ ਬੂਟੀਆਂ ਦੀ ਖੇਤੀ ਕਰੋ ਫੁੱਲਾਂ ਦੀ ਖੇਤੀ ਕਰੋ ਤੇਲ ਬੀਜਾਂ ਦੀ ਖੇਤੀ ਕਰੋ ਜਿੰਨਾ ਚੋਂ ਮੁਨਾਫਾ ਕੌਮਾਂਤਰੀ ਪੱਧਰ ਤੇ ਉਹਨਾਂ ਨੂੰ ਵੱਧ ਮਿਲਦਾ ਉਹ ਵਜਵਾਉਣਾ ਚਾਹੁੰਦੇ ਨੇ ਇਹ ਇਹਨਾਂ ਦਾ ਵਿਕਾਸ ਕੀਤਾ ਹੋਇਆ ਤੋ ਸਾਥੀ ਜੀ ਇਸ ਝੋਨੇ ਦੇ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਸੰਘਰਸ਼ਸ਼ੀਲ ਜਿਹੜੀਆਂ ਜਥੇਬੰਦੀਆਂ ਨੇ ਉਹ ਕਿਸ ਤਰੀਕੇ ਦੇ ਐਕਸ਼ਨ ਲੈ ਰਹੀਆਂ ਨੇ ਸਭ ਤੋਂ ਪਹਿਲਾਂ ਤਾਂ ਅਸੀਂ ਲਿਆ ਕੇ ਅਸੀਂ ਐਤਕੀ ਕਦੇ ਨਹੀਂ ਕੀਤੀ ਜਦੋਂ ਇਹਨਾਂ ਨੇ ਇਹ ਸਿਰਾ ਲਾ ਤਾ ਕਿ 15 ਤੋਂ ਇੱਥੇ 20 ਜੂਨ ਤੇ ਲੈ ਗਏ ਤਾਂ ਅਸੀਂ ਫੈਸਲਾ ਕੀਤਾ ਜਥੇਬੰਦੀ ਨੇ ਤਾਂ ਖਾਸ ਕਰਕੇ ਕਿ ਅਸੀਂ 10 ਜੂਨ ਤੋਂ ਝੋਨਾ ਲਵਾਵਾਂਗੇ ਅਸੀਂ ਲਵਾਇਆ 20 ਜੂਨ ਤੋਂ ਲੱਗੇ ਹਾਂ ਉਹਦੀ ਰਾਖੀ ਕਰਦੇ ਹਾਂ ਝੋਨਾ ਲੋਕਾਂ ਨੇ ਲਾਇਆ ਅੱਜ ਜੇ ਦੇਖਣਾ ਹੋਵੇ ਤਾਂ ਇੱਕ ਵੀ ਕਿਸਾਨ ਨੀ ਜਿਹੜਾ ਪੰਜਾਬ ਚ ਨਾ ਲਾਉਂਦਾ ਹੋਵੇ ਟੁੱਟਲ ਕਿਸਾਨ ਝੋਨਾ ਲਾ ਰਿਹਾ ਕੋਈ ਪਰਵਾਹ ਨੀ ਮੰਨੀ ਇਹਨਾਂ ਦੇ ਗਲਤ ਫੈਸਲੇ ਦੀ ਮਤਲਬ ਇਸ ਕਰਕੇ ਜੇ ਇਹ ਐਕਸ਼ਨ ਜਿਹੜਾ ਸੀਗਾ ਐਕਸ਼ਨ ਵੀ ਇਹਦੇ ਅਸੀਂ ਬਿਜਲੀ ਤੇ ਜ਼ੋਰ ਲਾਉਂਦੇ ਹਾਂ ਵੀ 8 ਘੰਟੇ ਜਿਹੜੀ ਸਪਲਾਈ ਹੈ ਉਹਨੂੰ ਪੂਰੀ ਕਰੋ ਤਾਂ ਕਿ ਬੀਜਿਆ ਹੋਇਆ ਝੋਨਾ ਇਹਦੇ ਤੇ ਤੇਲ ਦਾ ਖਰਚਾ ਨਾ ਕਰਨਾ ਪਵੇ ਪਰ ਸਰਕਾਰ ਇਸ ਫੈਸਲੇ ਤੇ ਆਪਦੇ ਤੇੜੀ ਹੋਈ ਆ ਘੰਟੇ ਜਿਹੜੀ ਬਿਜਲੀ ਆ ਉਹ 20 ਤਰੀਕ ਤੋਂ ਪਹਿਲਾਂ ਨਹੀਂ ਦੇਵਾਂਗੇ 2 ਦਿਨ ਬਾਕੀ ਰਹਿ ਗਏ ਕੋਈ ਗੱਲ ਨੀ ਜਿੰਨਾ ਕੁ ਖਰਚਾ ਹੋਣਾ ਸੀ ਕਿਸਾਨਾਂ ਦਾ ਹੋ ਗਿਆ ਕੁਛ ਬਾਰਿਸ਼ ਪੈ ਗਈ ਹੈ ਬਾਰਿਸ਼ ਪੈ ਗਈ 3 ਦਿਨ ਅਸੀਂ ਕਿਹਾ ਹਾਂ ਤੇ ਵੱਡਾ ਫਰਕ ਜਿਹੜਾ ਸਾਡਾ ਨੁਕਸਾਨ ਹੋਣਾ ਸੀ ਉਹਨੂੰ ਅਸੀਂ ਬਚਾ ਲਿਆ ਦੂਸਰਾ ਅਸੀਂ ਆਜ਼ਾਦੀ ਚਾਹੁੰਦੇ ਹਾਂ ਕਿ ਅਸਲ ਦੇ ਵਿੱਚ ਕਿਸਾਨ ਆਜ਼ਾਦ ਹੋਣਾ ਚਾਹੀਦਾ ਉਹਨੇ ਕਿਹੜੀ ਫਸਲ ਬੀਜਣੀ ਹੈ ਕਦੋਂ ਬੀਜਣੀ ਹੈ ਉਹਦਾ ਫੈਸਲਾ ਆਪ ਕਰੇ ਇਹਦੇ ਚ ਸਰਕਾਰ ਦਖਲ ਅੰਦਾਜ਼ੀ ਤਾਂ ਹੋਣੀ ਨੀ ਚਾਹੀਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਜੋ ਕਿਸਾਨ ਨੇ ਫਸਲ ਪੈਦਾ ਕਰ ਲਈ ਉਹਦਾ ਪ੍ਰਬੰਧ ਕਰਨਾ ਅੱਗੇ ਨੀ ਜਾਣਾ ਬਿਲਕੁਲ 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 ਔਰ ਸਾਥੀ ਜੀ ਕਿੰਨੇ ਇਹ ਖਤਰਨਾਕ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਇਹ ਮਤਲਬ ਲੋਕਾਂ ਦੀ ਜਿਹੜੀ ਸਹਿਮਤੀ ਪ੍ਰਗਟ ਕੀਤੀ ਜਾ ਰਹੀ ਆ ਵੀ ਕਿਸਾਨ ਆ ਜਿਹੜਾ ਨਾ ਉਹਨੂੰ ਪਾਣੀ ਦੀ ਪਰਵਾਹ ਆ ਨਾ ਉਹਨੂੰ ਵਾਤਾਵਰਨ ਦੀ ਪਰਵਾਹ ਆ ਉਹ ਸਿਰਫ ਤੇ ਸਿਰਫ ਇੱਕ ਆਪਣੇ ਹੀ ਮਤਲਬ ਆਪਣੇ ਹੀ ਉਹਦੇ ਮੁਫਾਦ ਨੇ ਉਹਨਾਂ ਨੂੰ ਕਿਸੇ ਵੀ ਇਹ ਚੀਜ਼ਾਂ ਦੀ ਪਰਵਾਹ ਨਹੀਂ ਹੈਗੀ ਦੇਖੋ ਪਹਿਲਾਂ ਅਸੀਂ ਕੁਦਰਤੀ ਖੇਤੀ ਕਰਦੇ ਸੀ ਜੀ ਕੋਈ ਖਾਦ ਨੀ ਸੀ ਪਾਉਂਦੇ ਕੋਈ ਰਸਾਇਣਿਕ ਦਵਾਈ ਨੀ ਸੀ ਕੋਈ ਮਤਲਬ ਕੀੜੇ ਮਾਰ ਦਵਾਈ ਨੀ ਸੀ ਨਾ ਸਾਨੂੰ ਬਿਜਲੀ ਦੀ ਲੋੜ ਸੀ ਕੁਦਰਤ ਉੱਤੇ ਨਿਰਭਰ ਸੀ ਉਨੀ ਕੁ ਅਸੀਂ ਵਧੀਆ ਮਾਹੌਲ ਕਰਦੇ ਸੀ ਕੋਈ ਵੀ ਕਿਸਾਨ ਖੁਦਕਸ਼ੀ ਨੀ ਸੀ ਕਰਦਾ ਸਾਨੂੰ ਉਹ ਬਜਾਏ ਵਾਲੀ ਖੇਤੀ ਚੋਂ ਕੱਢ ਕੇ ਕੁਦਰਤੀ ਖੇਤੀ ਚੋਂ ਕੱਢ ਕੇ ਸਾਨੂੰ ਵਪਾਰਕ ਖੇਤੀ ਦੇ ਵਿੱਚ ਪਾਤਾ ਬਿਲਕੁਲ ਹੁਣ ਜਦੋਂ ਵਪਾਰਕ ਖੇਤੀ ਦੇ ਵਿੱਚ ਪਾਤਾ ਤਾਂ ਕਰਜ਼ਈ ਹੋ ਗਿਆ ਪੰਜਾਬ ਦਾ ਕਿਸਾਨ ਮਤਲਬ 90,000 ਕਰੋੜ ਦਾ ਕਰਜ਼ਈ ਹੋ ਗਿਆ ਜੇ ਅੱਜ ਵਪਾਰਕ ਖੇਤੀ ਅਸੀਂ ਨਹੀਂ ਕਰਾਂਗੇ ਇੱਕ ਦਮ ਮਤਲਬ ਜਿਹੜੀਆਂ ਮਤਲਬ ਘੱਟ ਝਾੜ ਦੇਣੀਆਂ ਫਸਲਾਂ ਜਿਹਨਾਂ ਚੋਂ ਘੱਟ ਮੁਨਾਫਾ ਹੁੰਦਾ ਉਹ ਬੀਜਾਂਗੇ ਬਿਲਕੁਲ ਇਹ ਠੀਕ ਨੀ ਹੋਊਗਾ ਜਿਹੜੀ ਇਹ ਕੋਈ ਵੀ ਕਿਸਾਨ ਪਸੰਦ ਨਹੀਂ ਕਰੂਗਾ ਅਸਲ ਦੇ ਵਿੱਚ ਬਣਦਾ ਤਾਂ ਇਹ ਹੈ ਕਿ ਸਰਕਾਰਾਂ ਮਤਲਬ ਇੱਧਰ ਨੂੰ ਧਿਆਨ ਦੇਣ ਤੇ ਜਿਹੜੀਆਂ ਹਰ ਰੋਜ਼ ਖੁਦਕਸ਼ੀਆਂ ਹੋ ਰਹੀਆਂ ਇੱਕ ਵਾਰ ਕਿਸਾਨਾਂ ਦੇ ਕਰਜ਼ੇ ਤੇ ਲਕੀਰ ਮਾਰੀ ਜਾਵੇ ਉਸ ਤੋਂ ਬਾਅਦ ਇਹਨਾਂ ਨੂੰ ਮੁਨਾਫੇ ਵਾਲੇ ਭਾਅ ਦਿੱਤੇ ਜਾਣ ਫਿਰ ਬਜਾ ਲੈਣ ਜਿਹੜੀਆਂ ਫਸਲਾਂ ਬਜਾਉਣੀਆਂ ਜਦੋਂ ਮਰਜ਼ੀ ਬਜਾ ਲੈਣ ਬਿਲਕੁਲ 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 ਤੋ ਸਾਥੀ ਜੀ ਤੁਸੀਂ ਇਸ ਤੋਂ ਇਲਾਵਾ ਸਾਡੇ ਨਿਊਜ਼ੀਲੈਂਡ ਦੇ ਸਰੋਤੇ ਜਿਹੜੇ ਸੁਣ ਰਹੇ ਨੇ ਜਾਂ ਹੋਰ ਵੀ ਦੁਨੀਆਂ ਦੇ ਵਿੱਚ ਸਰੋਤੇ ਸੁਣਨਗੇ ਤੁਸੀਂ ਇਹ ਜਿਹੜਾ ਸਾਰਾ ਕਿਸਾਨ ਸੰਘਰਸ਼ ਹੈ ਤੁਸੀਂ ਕੋਈ ਆਪਣੇ ਵੱਲੋਂ ਹੋਰ ਸੁਨੇਹਾ ਇਹਦੇ ਵਿੱਚ ਦੇਣਾ ਚਾਹੁੰਦੇ ਹੋ ਦੇਖੋ ਸਭ ਤੋਂ ਪਹਿਲਾ ਸੁਨੇਹਾ ਤਾਂ ਅਸੀਂ ਇਹ ਦੇਣਾ ਚਾਹਾਂਗੇ ਕਿ ਜਿਹੜਾ ਮਤਲਬ ਪਾਣੀ ਹੈ ਸਭ ਤੋਂ ਸਾਨੂੰ ਵੱਧ ਪਿਆਰਾ ਜੀ ਕਿਸਾਨ ਨੂੰ ਪਾਣੀ ਦੀ ਲੋੜ ਹੈ ਜਿੱਥੋਂ ਤੱਕ ਪ੍ਰਦੂਸ਼ਣ ਫੈਲਾਉਣ ਦਾ ਸਵਾਲ ਹੈ ਪ੍ਰਦੂਸ਼ਣ ਅਸੀਂ ਫੈਲਾ ਕੇ ਨਹੀਂ ਰਾਜੀ ਅਸੀਂ ਸਿਰਫ 10 ਦਿਨ ਸਾਰੀ 10 ਦਿਨ ਸੌਂ ਉਦੋਂ ਬਾਅਦ ਸਾਰਾ ਇੰਡਸਟਰੀ ਭੱਠੇ ਥਰਮਲ ਇਹ ਪ੍ਰਦੂਸ਼ਣ ਫੈਲਾਉਂਦੇ ਆ ਜਿੰਨਾ ਮੈਨੂੰ ਕੋਈ ਧਿਆਨ ਨਹੀਂ ਕਿਸਾਨ ਨੂੰ ਤਾਂ ਇਹਨੇ ਮਤਲਬ ਵਾਧੂ ਬਣਾਇਆ ਹੋਇਆ ਹੈ
ਤੇ ਜੋ ਵੀ ਕਾਸੇ ਦਾ ਜ਼ਿੰਮੇਵਾਰ ਆ ਉਹ ਕਿਸਾਨ ਹੈ। ਉਹਦੀ ਸਮਾਂ ਤੋਂ ਤਰਸਯੋਗ ਹਾਲਤ ਤੇ ਤਰਸ ਕਰਨ ਦੀ ਬਜਾਏ ਉਹਨੂੰ ਦੋਸ਼ੀ ਠਹਿਰਾ ਜਾ ਰਿਹਾ। ਇਸ ਪੱਖ ਨੂੰ ਸਾਰੇ ਮਤਲਬ ਸਾਡੇ ਦਰਸ਼ਕਾਂ ਨੂੰ ਸਾਡੇ ਸਰੋਤਿਆਂ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਮੁਸੀਬਤਾਂ ਦੇ ਵਿੱਚ ਕਿਸਾਨ ਫਿਰ ਕੀ ਕਰੇ। ਬਿਲਕੁਲ 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 ਠੀਕ ਹੈ ਸਾਥੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਬਿਲਕੁਲ ਜਿਵੇਂ ਤੁਸੀਂ ਆਲਰੇਡੀ ਦੱਸ ਚੁੱਕੇ ਹੋ ਕਿ ਕਿਸਾਨਾਂ ਨੇ ਬਿਲਕੁਲ ਇਹਨਾਂ ਦੇ ਜਿਹੜਾ ਹੁਕਮ ਉਹਦੀ ਅਦੂਲੀ ਨਹੀਂ ਕੀਤੀ ਹੈਗੀ। ਬਹੁਤ ਚੰਗਾ, ਤੁਹਾਡੇ ਸੰਘਰਸ਼ ਨੂੰ ਸਲਾਮ ਹੈ ਜੀ। ਇਸੇ ਹੀ ਜਥੇਬੰਦੀਆਂ, ਸੰਘਰਸ਼ਸ਼ੀਲ ਜਥੇਬੰਦੀਆਂ ਕਰਕੇ ਜਿਹੜੇ ਛੋਟੇ ਕਿਸਾਨ ਆ, ਜਿਹੜੇ ਆਮ ਕਿਸਾਨ ਆ, ਉਹਨਾਂ ਨੂੰ ਇੱਕ ਤਾਕਤ ਮਿਲਦੀ ਹੈ। ਸੋ ਤੁਹਾਡੇ ਸੰਘਰਸ਼ ਨੂੰ ਸਲਾਮ ਹੈ ਜੀ, ਅਤੇ ਆਉਂਦੇ ਸਮੇਂ ਦੇ ਵਿੱਚ ਤੁਹਾਡੇ ਨਾਲ ਫਿਰ ਗੱਲਬਾਤ ਕਰਦੇ ਰਹਾਂਗੇ ਜੀ। ਧੰਨਵਾਦ ਦੁਬਾਰਾ ਫਿਰ ਆਪਣੇ ਸਰੋਤਿਆਂ ਨਾਲ ਅਸੀਂ ਜੁੜ ਜਾਵਾਂਗੇ ਇੱਕ ਗੀਤ ਤੋਂ ਬਾਅਦ। ਜੜ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ ਤੇਰੇ ਸਿਰ ਤੇ ਚੋ ਚੋ ਚਾਨਣ ਗਏ ਨੇ ਤੇਰੇ ਜੁੱਟ ਵੇ ਉੱਠਣ ਦਾ ਵੇਲਾ ਉੱਠ ਕਿਸਾਨਾ ਉੱਠ ਵੇ ਉੱਠਣ ਦਾ ਵੇਲਾ ਸੁੱਤਿਆ ਵੇ ਧਰਤ ਹੈ ਕਹੀ ਜਿੱਥੇ ਮਾਂ ਤੇ ਪੁੱਤ ਦਾ ਰਿਸ਼ਤਾ ਕੁਝ ਟੁਕੜੇ ਕੁਝ ਟਕੀਆਂ ਬਦਲੇ ਮਾਸ ਦੇ ਵਾਂਗੂ ਹੱਟੀਏ ਵਿਕਦਾ ਲੂਸ ਗਿਆ ਮਜ਼ਦੂਰ ਦਾ ਪਿੰਡਾ ਜੇਠ ਹਾੜ ਦਾ ਹੁੱਟ ਵੇ ਉੱਠਣ ਦਾ ਵੇਲਾ ਜੜ ਵੈਰੀ ਦੀ ਪੁੱਟ ਵੇ ਪੁੱਟਣ ਦਾ ਵੇਲਾ ਕਿਉਂ ਪਾਂਡੇ ਨੂੰ ਹੱਥ ਵਖਾਵੇ ਕੀ ਤੇਰੀ ਤਕਦੀਰ ਮਰੀ ਹੈ ਤੇਰੀ ਗੈਰਤ ਟੋਡੀ ਬੱਚਿਆਂ ਵੀਰਾ ਲੀਰੋ ਲੀਰ ਕਰੀ ਹੈ ਜੋ ਤੇਰੀ ਦਸਤਾਰ ਨੂੰ ਪੈਂਦੇ ਤੋੜ ਦੇਈ ਉਹ ਗੁੱਟ ਵੇ ਉੱਠਣ ਦਾ ਵੇਲਾ। ਦੋਸਤੋ ਇਸ ਵਕਤ ਸਾਡੇ ਨਾਲ ਹੋ ਗਏ ਨੇ ਸਾਥੀ ਨਛੱਤਰ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੋਂ, ਜਿਹੜੇ ਕਿ ਆਮ ਤੌਰ ਤੇ ਸਾਡੇ ਨਾਲ ਸਟੂਡੀਓ ਚ ਹੁੰਦੇ ਨੇ ਪਰ ਅੱਜ ਸਾਡੇ ਨਾਲ ਫੋਨ ਤੇ ਗੱਲ ਕਰਨਗੇ ਤੋ ਉਹਨਾਂ ਨਾਲ ਅਸੀਂ। ਹਾਂਜੀ ਸਾਥੀ ਨਛੱਤਰ ਸਿੰਘ ਜੀ, ਸਵਾਗਤ ਹੈ ਤੁਹਾਡਾ ਰੇਡੀਓ ਇਨਕਲਾਬ ਤੇ। ਸੋ ਮੇਰੇ ਖਿਆਲ ਤੁਸੀਂ ਇਹ ਝੋਨੇ ਵਾਲੇ ਮਸਲੇ ਤੇ ਹੋਰ ਗੱਲਬਾਤ ਕਰਨਾ ਚਾਹੁੰਦੇ ਹੋ, ਤੁਸੀਂ ਕੀ ਇਸ ਮਸਲੇ ਤੇ ਕਹਿਣਾ ਚਾਹੁੰਦੇ ਹੋ? ਹਾਂਜੀ ਸਾਥੀ, ਹਾਂਜੀ ਬੇਨਤੀ ਹੈ ਕਿ ਮਤਲਬ ਮੈਂ ਇਹ ਗੱਲ ਕਰਨੀ ਚਾਹੁੰਦਾ ਹਾਂ ਵੀ ਜਿੱਥੋਂ ਤੱਕ ਬੂਟਾ ਸਿੰਘ ਮੌਜੂਦਾ ਨੇ ਗੱਲ ਕੀਤੀ ਹੈ ਨਾ, ਮਤਲਬ ਪਾਣੀ ਦੀ ਗੱਲ ਕੀਤੀ ਹੈ ਜਾਂ ਕਣਕ ਦੇ ਝੋਨੇ ਦੀ ਗੱਲ ਕੀਤੀ ਆ ਜੀ, ਮੈਂ ਇਹਦੇ ਚ ਇਹ ਥੋੜਾ ਵਾਧਾ ਕਰਨਾ ਚਾਹੁੰਦਾ। ਉਹ ਗੱਲ ਮੇਰਾ ਖਿਆਲ ਹਜੇ ਤੱਕ ਪਿੰਡ ਰਹਿ ਗਈ ਰਹੀ ਆ ਤੇ ਹੁਣ ਤੱਕ ਉਹ ਨਾ ਰਵੇ ਜੀ। ਐਕਚੁਅਲ ਜਿਹੜਾ ਮਤਲਬ ਝੋਨਾ ਤੇ ਕਣਕ ਨੂੰ ਉਹ ਜਿਹੜਾ ਚਾਹੁੰਦੇ ਆ, ਮਤਲਬ ਜਿਹੜੇ ਵੀ ਇਹ ਜਿਹੜਾ ਹੈਗਾ ਵੀ ਇਹਨੂੰ ਵੰਡ ਕੀਤਾ ਜਾਵੇ ਕਿਉਂਕਿ ਜ਼ਿਆਦਾ ਫਸਲਾਂ ਜਿਹੜੀਆਂ ਜ਼ਿਆਦਾ ਪਾਣੀ ਵਾਲੀਆਂ ਫਸਲਾਂ, ਇਹਦੇ ਵਿੱਚ ਇੱਕ ਧਿਆਨ ਦੇਣ ਵਾਲੀ ਗੱਲ ਹੈਗੀ ਵੀ ਝੋਨੇ ਨੂੰ ਤਾਂ ਆਪਾਂ ਮੰਨਦੇ ਹਾਂ ਵੀ ਇਹ ਜਿਹੜਾ ਮਤਲਬ ਹੈਗਾ ਵੀ ਇਹ ਪਾਣੀ ਵੱਧ ਪਿੰਜਰਾ ਭਾਲਦਾ, ਜਿਵੇਂ 5000 ਕਿਲੋ ਕਹਿੰਦੇ ਆ, ਮਤਲਬ ਕਿਲੋ ਚੌਲਾਂ ਵਾਸਤੇ ਕਹਿੰਦੇ ਆ ਜੀ, ਪਰ ਜਿਹੜੀ ਕਣਕ ਹੈ ਕਣਕ ਨੂੰ ਤਿੰਨ ਜਾਂ ਚਾਰ ਪਾਣੀ ਲੱਗਦੇ ਆ ਜਿਹੜੇ ਨਵੰਬਰ ਜਾਂ ਦਸੰਬਰ ਦੇ ਵਿੱਚ ਜਾ ਕੇ ਤੇ ਜਦ ਵਿੱਚ ਪੱਕ ਜਾਂਦੇ ਨੇੜ ਜਾ ਵੜਦੀ ਹੈ, ਤੋਂ ਬਾਅਦ ਪਾਣੀ ਦੀ ਲੋੜ ਪੈਂਦੀ ਨੀ। ਉਹ ਤਿੰਨਾਂ ਜਿਹੜੇ ਤਿੰਨੇ ਜਿਹੜੇ ਪਾਣੀ ਹੈਗੇ ਆ ਉਹ ਤਕਰੀਬਨ ਜਿਹੜੇ ਹੈਗੇ ਆ ਉਹ ਜਿਹੜੀ ਆਪਣੀ ਕੱਚੀ ਦਾ ਪਾਣੀ ਆ ਉਹਦੇ ਨਾਲ ਪੱਕ ਜਾਂਦੀ ਹੈ।
ਇਸ ਵਾਸਤੇ ਮੁੜ ਕੇ ਵੀ ਕਣਕ ਦੇ ਉੱਤੇ ਗੁੱਸਾ ਕੀ ਆ ਵੀ ਕਾਹਨੂੰ ਕਣਕ ਉਹਨੂੰ ਕਣਕ ਨੂੰ ਨਾਲ ਕਿਉਂ ਲੈ ਰਹੇ ਆ ਮੇਰਾ ਸਵਾਲ ਇਹ ਆ ਮੇਰਾ ਸਵਾਲ ਇਹ ਆ ਕਿ ਇਹ ਦੋਵੇਂ ਕਿਉਂ ਲੈ ਰਹੇ ਆ ਇਹਦਾ ਮਤਲਬ ਇਹ ਨੀ ਗਾ ਕਿ ਉਹ ਚਾਹੁੰਦੇ ਆ ਕਿ ਕਣਕ ਦਾ ਜਿਹੜਾ ਮਤਲਬ ਝੋਨਾ ਹੈਗਾ ਵੀ ਉਹ ਇਹ ਫਸਲਾਂ ਮਤਲਬ ਜਿਵੇਂ ਬਦਲੀਆਂ ਜਾਣ ਤੇ ਇੱਥੇ ਹੋਰ ਫਸਲਾਂ ਬੀਜੀਆਂ ਜਾਣ ਆਹ ਪਿਛਲੇ ਮਹੀਨੇ ਦੀ ਸੱਤ ਇਸੇ ਮਹੀਨੇ ਦੀ ਜਿਹੜੀ 7-8 ਤਰੀਕ ਦੇ ਵਿੱਚ ਆਪਣੇ ਜਿਹੜਾ ਦੂਜਾ ਕਿ ਨਾ ਮੱਧ ਪ੍ਰਦੇਸ਼ ਦੇ ਵਿੱਚ ਇੱਕ ਕਿਸਾਨ ਜਿਹੜਾ ਉਹ ਇਸ ਵਾਸਤੇ ਮਰ ਗਿਆ ਕਿ ਉਹ ਝੋਨੇ ਜਿਹੜੇ ਹੈਗੇ ਆ ਉਹ ਚਣੇ ਛੋਲੇ ਵਿੱਚ ਵੇਚਣ ਵਾਸਤੇ ਗਿਆ ਸੀਗਾ ਉਹ 7ਵੇਂ ਦਿਨ ਮੁੜ ਕੇ ਜਿਹੜਾ ਉੱਥੇ ਬੈਠਾ ਰਿਹਾ ਤੇ ਉਹਦੀ ਮੌਤ ਹੋ ਗਈ ਇੱਕ ਕਿਸਾਨ ਦੀ ਮੌਤ ਹੋਈ ਕਿ ਉਹ ਉੱਥੇ ਸਰੋਂ ਬੀਜ ਜਿਹੜਾ ਵੇਚਣ ਵਾਸਤੇ ਗਿਆ ਸੀਗਾ ਉਹਦੀ 11ਵੇਂ ਦਿਨ ਉੱਥੇ ਮੌਤ ਹੋ ਗਈ ਤਾਂ ਜਿਹੜੀਆਂ ਜੇ ਉਹ ਦੋ ਜਿਹੜੀਆਂ ਫਸਲਾਂ ਆਪਾਂ ਕਹਿੰਦੇ ਵੀ ਜੇ ਤੁਸੀਂ ਬਦਲ ਕੇ ਜਿਹੜਾ ਹੈਗਾ ਤੁਸੀਂ ਵੀ ਉਹਨਾਂ ਨੂੰ ਜਿਹੜਾ ਬੀਜ ਲਵੋ ਤੇ ਤਾਂ ਕਿ ਪਾਣੀ ਜੋ ਥੱਲੇ ਰਹੇ ਐਕਚੁਅਲ ਜਿਹੜੀ ਗੱਲ ਜਿਹੜਾ ਪਾਣੀ ਵਾਲੀ ਗੱਲ ਆ ਇਹ ਪਾਣੀ ਵਾਲੀ ਗੱਲ ਹੈ ਨੀ ਉਹ ਮੈਂ ਤੁਹਾਨੂੰ ਥੋੜੇ ਧਿਆਨ ਚ ਲਓ ਨਾ ਅਸਲ ਗੱਲ ਕੀ ਆ ਅਸਲ ਗੱਲ ਇਹ ਹੈਗੀ ਆ ਕਿ ਜਿਹੜਾ ਝੋਨਾ ਤੇ ਜਿਹੜੀ ਮਤਲਬ ਜਿਹੜੀ ਹੈਗੀ ਆ ਕਣਕ ਆ ਇਹ ਸਾਡੇ ਹਾੜੀ ਦੇ ਸਾਉਣੀ ਵਿੱਚ ਸਿਰਫ 15 ਦਿਨਾਂ ਦੀ ਫਸਲ ਹੈ ਜੀ 15 ਦਿਨਾਂ ਵਿੱਚ ਅਸੀਂ ਵੱਢ ਕੇ ਤੇ ਜਾ ਕੇ ਮਤਲਬ ਜਿਹੜੀਆਂ ਹੈਗੀਆਂ ਸੁੱਤਿਆ ਉਹਨੇ ਜੀ ਕਿ ਨਾ ਮੰਡੀਆਂ ਚ ਉੱਥੇ ਅਸੀਂ ਗਿੜਾ ਵਕਾ ਦਿੰਦੇ ਹਾਂ ਜੇ ਉਹ ਨਾ ਵਿਕੇ ਤਾਂ ਮੁੜ ਕੇ ਅਸੀਂ ਕਰਦੇ ਹਾਂ ਅਸੀਂ ਮੁੜ ਕੇ ਜਾ ਕੇ ਰੇਲਾਂ ਚ ਆਮ ਕਰ ਦਿੰਦੇ ਹਾਂ ਜਾਂ ਸੜਕਾਂ ਆਮ ਕਰ ਦਿੰਦੇ 15 ਦਿਨ ਵਕਾ ਦਿੰਦੇ ਤਾਂ ਉਹਦੀ ਕੀਮਤ ਹੀ ਪੂਰੀ ਲੈ ਲੈਣੀ ਹੈ ਇਹ ਚਾਹੁੰਦੇ ਆ ਵੀ ਇਹ ਦੋਵੇਂ ਕਣਕ ਜਿਹੜੀਆਂ ਫਸਲਾਂ ਜਿਹੜੀਆਂ ਰਵਾਇਤੀ ਫਸਲਾਂ ਜਿਹਨੂੰ ਕਹਿੰਦੇ ਦੋਵੇਂ ਇਹ ਬੰਦ ਕਰ ਦਿਓ ਤੇ ਤੁਸੀਂ ਵੱਖ ਵੱਖ ਜਿਹੜੀਆਂ 25-30 ਫਸਲਾਂ ਹੋਰ ਆ ਜਿਵੇਂ ਕਿ ਦਾਲਾਂ ਵੀ ਆਉਂਦੀਆਂ ਹੋਰ ਮੋਟਾ ਦਾਲ ਜਿਹੜਾ ਮਤਲਬ ਹੈਗੀਆਂ ਜਿਣਸਾਂ ਵੀ ਆਉਂਦੀਆਂ ਉਹ ਕਹਿੰਦੇ 25-30 ਵੱਖ ਵੱਖ ਜਿਹੜੇ ਤੁਸੀਂ ਬੀਜੋ ਮਨਸ਼ਾ ਵੀ ਇਹ ਆ ਕਿ 15 ਦਿਨ ਦੀ ਬਜਾਏ ਇਹ ਹਾੜੀ ਵਿੱਚ ਵੀ ਤੇ ਚੌਣੀ ਵਿੱਚ ਵੀ ਇਹ 3 ਮਹੀਨੇ ਹੀ ਖਲਾਰਨਾ ਚਾਹੁੰਦੇ ਆ ਜਿਹੜੇ ਕਿਸਾਨਾਂ ਦੀ ਐਕਚੁਅਲ ਜਿਹੜੀ ਹੁੰਦੀ ਨਾ ਜਿਹੜੀ ਇੱਕ ਮੁੱਠ ਜਿਹੜੀ ਉਹਦੀ ਸ਼ਕਤੀ ਆ ਤਾਕਤ ਆ ਹਾਂਜੀ ਉਹਨੂੰ 3-3 ਮਹੀਨੇ ਖਲਾਰਨਾ ਚਾਹੁੰਦੇ ਤਾਂ ਕਿ ਮੁੜ ਕੇ ਇਹ ਜਿਵੇਂ ਕਿਤੇ ਮੰਡੀਆਂ ਵਿੱਚ ਹੁਣ ਜਦੋਂ ਝੋਨਾ ਕਣਕ ਆਉਂਦੀ ਆ ਤਾਂ ਇਹ ਹਜ਼ਾਰਾਂ ਦੀ ਗਿਣਤੀ ਵਿੱਚ ਮੰਡੀ 'ਚ ਇਕੱਠੇ ਹੋ ਜਾਂਦੇ ਆ ਜਦੋਂ ਉਹਨੂੰ ਇਕੱਠੀ ਹੁੰਦੇ ਤਾਂ ਮੁੜ ਕੇ ਕੀ ਕਰਦੇ ਇਕੱਠੀ ਕਰਕੇ ਇਹ ਜਾ ਕੇ ਸੜਕ ਵੀ ਰੋਕ ਦਿੰਦੇ ਆ ਇਹ ਜਾ ਕੇ ਰੇਲਵੇ ਲਈ ਵੀ ਰੋਕ ਦਿੰਦੇ ਆ ਬਿਲਕੁਲ ਬਿਲਕੁਲ ਇਹ ਨੀ ਚਾਹੁੰਦੇ ਮੁੜ ਕੇ ਵੀ ਇਸ ਤਰ੍ਹਾਂ ਇਕੱਠੇ ਹੋਏ ਚਾਹੁੰਦੇ ਆ ਵੀ ਪਿੰਡ ਦੇ ਵਿੱਚੋਂ 100 ਬੰਦਾ ਨਾ ਜਾਵੇ ਮੰਡੀ ਦੇ ਵਿੱਚ ਦੋ ਬੰਦੇ ਜਾਣ ਛੋਟੇ ਉਹ ਦਾਲਾਂ ਵੇਚਣ ਤੇ ਛੋਲੀਆਂ ਵੇਚਣ ਹਾਂ ਜਿਵੇਂ ਬਿਜਲੀ ਬੋਰਡ ਵਿੱਚ ਕੀ ਕੀਤਾ ਜਾਂ ਬਾਕੀ ਮਹਿਕਮੇ ਵਿੱਚ ਕੀ ਕੀਤਾ ਉਸ ਨੇ ਐਂ ਕਰਤਾ ਮੁੜ ਕੇ ਵੀ ਇਹਨਾਂ ਨੇ ਹਰੇਕ ਮਹਿਕਮੇ ਵਿੱਚ ਤਕਰੀਬਨ 25-25 ਜਿਹੜੀਆਂ ਮਤਲਬ ਹੈਗੀਆਂ ਕੰਪਨੀਆਂ ਨੂੰ ਵੱਖ ਵੱਖ ਪ੍ਰੋਜੈਕਟਾਂ ਦੇ ਬਾਰੇ ਹਿੱਸੇ ਕਰਕੇ ਉਹਨਾਂ ਨੂੰ ਮਾਰਕੀਟ ਦੇ ਵੇਚਤੇ ਹੁਣ ਜੇ ਤੁਸੀਂ ਦੂਜਾ ਲਾ ਲਓ ਜਿਵੇਂ ਹੈਲਥ ਮਹਿਕਮਾ ਹਾਂਜੀ ਉਹਦੇ ਵਿੱਚ ਜਿਹੜਾ ਟੀਕਾ ਲਾਉਣ ਵਾਲਾ ਬੰਦਾ ਤਾਂ ਹੋਰ ਕੰਪਨੀ ਦਾ ਹਾਂਜੀ ਦਵਾਈ ਦੇਣ ਵਾਲਾ ਬੰਦਾ ਹੋਰ ਕੰਪਨੀ ਦਾ ਸਫਾਈ ਕਰਨ ਵਾਲਾ ਹੋਰ ਕੰਪਨੀ ਦਾ ਉਹ ਕੱਪੜੇ ਵਿਛਾਉਣਾ ਬੰਦਾ ਜਿਹੜੀ 25-30 ਕੰਪਨੀਆਂ ਉਹ ਚ ਵੰਡ ਪਏ ਉਹ ਬੰਦੇ ਜਿਹੜੇ ਇਕੱਠੇ ਜਿਵੇਂ ਅੱਗੇ ਇਕੱਠੇ ਬਹਿ ਕੇ ਸਟਰਗਲ ਕਰ ਲੈਂਦੇ ਸੀ ਹਾਂਜੀ 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 ਉਹ ਮਾਰਦੇ ਹਾਂ ਬਿਲਕੁਲ ਬਿਲਕੁਲ ਸਾਰੀ ਦੁਨੀਆ 'ਚ ਇਹੀ ਚੱਲ ਰਿਹਾ ਜੀ ਟ੍ਰੈਂਡ ਬਿਲਕੁਲ ਸਹੀ ਗੱਲ ਹੈ ਤੁਹਾਡੀ ਉਹ ਮੇਰੀ ਮਤਲਬ ਮੇਰੇ ਕਹਿਣ ਦਾ ਭਾਵ ਇਹ ਆ ਵੀ ਇਹਨੂੰ ਇਸ ਗੱਲ ਨੂੰ ਐਂ ਨਾ ਲਓ ਵੀ ਇਹ ਝੋਨਾ ਤੇ ਮਤਲਬ ਜਿਹੜਾ ਹੈ ਕਣਕ ਆ ਇਹਨਾਂ ਨੂੰ ਇਹਦੇ ਬਦਲ ਕਹਿੰਦੇ ਵੀ ਇਹਦਾ ਕੋਈ ਬਦਲ ਕੋਈ ਨੀ ਗਾ ਜਿਹੜਾ ਤੁਸੀਂ ਬੀਜੋਗੇ ਉਹ ਜਿਹੜੀ ਕੀਮਤ ਜਿਹੜਾ ਉਹਦੀ ਗਿਣਤੀ ਵਾਧੂ ਉਹਦੀ ਮਿਲਤੀ ਵਾਧੂ ਜੇਕਰ ਉਹ ਵੱਡੀ ਮਤਲਬ ਮਕਦਾਰ ਤੁਸੀਂ ਪੈਦਾ ਕਰ ਲਓਗੇ ਉਹ ਨਹੀਂ ਖਰੀਦੋਗੇ ਜਿਵੇਂ ਨਹੀਂ ਖਰੀਦ ਰਹੇ ਮਨਸ਼ਾ ਇਹ ਆ ਕਿ ਇਹਨਾਂ ਨੂੰ 15 ਦਿਨ ਦੀ ਬਜਾਏ 3 ਮਹੀਨੇ ਚ ਖਿਲਾਰ ਦਿੱਤਾ ਜਾਵੇ ਅਸਲ ਮਨਸ਼ਾ ਫਾਰਮ ਰਾਜਿਆਂ ਦੀ ਤੇ ਅਸਲ ਜਿਹੜੇ ਮਤਲਬ ਜਿਹੜੇ ਪਾਰਲੀਮੈਂਟ ਚ ਬੈਠੇ ਆ ਜਿਹੜੇ ਇਹ ਦੇਸ਼ ਦੇ ਜਿਹੜੇ ਮਤਲਬ ਮੈਂ ਕਹੂੰਗਾ ਇਹ ਦੇਸ਼ ਦੇ ਗਦਾਰ ਹੈਗੇ ਜੀ ਗਦਾਰ ਕੋਈ ਸ਼ੱਕ ਨਹੀਂ ਇਹ ਬੋਲ ਨੀ ਰਹੇ ਮੁੜ ਕੇ ਲੋਕਾਂ ਦੇ
ਇਹਨੂੰ ਵੀ ਇਹ ਗੱਲ ਦਾ ਪਤਾ ਵੀ ਅਸੀਂ ਕਿਉਂ ਕਿਵੇਂ ਖਿਲਾਰਨਾ ਚਾਹੁੰਦੇ ਹਾਂ, ਮੰਸ਼ਾ ਇਹ ਆ ਇਹਨੂੰ ਇਸ ਗੱਲ ਵਿੱਚੋਂ ਪੁੱਟ ਕਰਨਾ ਚਾਹੀਦਾ ਕਿ ਇਹ ਕੋਈ ਝੋਨਾ ਜਾਂ ਜਿਹੜੀ ਕਣਕ ਬਦਲਣ ਦੀ ਗੱਲ ਉਹਦੇ ਬਦਲ ਦੀ ਗੱਲ ਨਹੀਂ ਕਰਦੇ, ਐਕਚੁਅਲ ਸਾਨੂੰ ਸਾਡੀ ਜਿਹੜੀ ਇੱਕ ਮੁੱਠ ਤਾਕਤ ਉਹਨੂੰ ਉਹਨੂੰ ਜਿਹੜਾ ਮਤਲਬ ਹੈ ਖਿਲਾਰਨਾ ਚਾਹੁੰਦੇ ਆ। ਅੱਛਾ ਦੂਸਰਾ ਸਾਥੀ ਜੀ, ਦੂਸਰੀ ਇਹ ਵੀ ਗੱਲ ਹੈ ਕਿ ਇਹ ਸਾਰੀਆਂ ਇਹੋ ਜਿਹੀਆਂ ਜਿਹੜੇ ਇਹ ਘਨੌਣੇ ਤਰੀਕੇ ਵਰਤ ਕੇ ਵੀ ਕਿਸਾਨ ਇੱਕ ਨਾ ਇੱਕ ਦਿਨ ਆ ਕੇ ਆਪਣੇ ਹੱਥ ਖੜੇ ਕਰ ਦੇਣ ਭਈ ਸਾਡੇ ਵੱਸ ਦਾ ਕੰਮ ਨਹੀਂ ਖੇਤੀ ਕਰਨਾ, ਅਤੇ ਫਿਰ ਉਹ ਜਿਹੜੇ ਕੋਪਰੇਟ ਘਰਾਣੇ ਨੇ ਜਿਹੜੀ ਵੱਡੇ ਸਿਰਫ ਧਨਾੜ ਜਿਹੜੇ ਜਗੀਰਦਾਰ ਨੇ ਉਹੀ ਰਹਿ ਜਾਣਗੇ। ਬੂਟਾ ਸਿੰਘ ਜੀ ਸਾਥੀ ਜਿਹੜੇ ਛੱਡ ਕੇ ਚਲੇ ਗਏ? ਹਾਂਜੀ ਹਾਂਜੀ ਹਾਂਜੀ, ਉਹ ਨਹੀਂ ਹੈਗੇ ਜੀ ਹਲ ਤਾਈ ਰੇਡੀਓ ਤੋਂ, ਨਹੀਂ ਉਹ ਇੱਦਾਂ ਸੀਗਾ ਮੁੜ ਕੇ ਮੈਂ ਉਹਨਾਂ ਵਿੱਚ ਤਾਂ ਕੀਤਾ ਸੀਗਾ ਉਹਨਾਂ ਨਾਲ ਇੱਕ ਗੱਲ ਕਰਨ ਵਾਲੀ ਸੀਗੀ ਵੀ ਬਹੁਤ ਦੇਰ ਹੋ ਗਈ ਆਪਾਂ ਨੂੰ ਵੱਖ ਵੱਖ ਜੇ ਲੜਦਿਆਂ ਨੂੰ, ਤੇ ਹੁਣ ਐਤਕੀ ਵਾਰ ਆਪਾਂ ਉੱਥੇ ਪਹੁੰਚੇ ਹਾਂ ਕਿ ਸਰਕਾਰ ਤੋਂ ਬਗਾਵਤ ਕੀਤੀ ਆ, ਮਤਲਬ ਜੇ ਅੱਗੇ ਉਹਦੀ ਮੰਨਦੇ ਰਹੇ ਜੀ, ਤੇ ਇਸ ਬਗਾਵਤ ਦੇ ਮਤਲਬ ਦੇ ਅੱਗੇ ਤੋਂ ਮਤਲਬ ਜਿਹੜੀ ਹੁਣ ਉਹਨੂੰ ਨੀ ਪਤਾ ਜਿੱਦਾਂ ਜਿਹੜਾ ਝੋਨਾ ਜੇ ਖੀਦਣਾ ਰੌਲਾ ਪੈ ਗਿਆ ਤਾਂ ਜੁੱਤੀ ਨਾਲ ਅੱਗੇ ਪਕਾਉਂਦੇ, ਜੁੱਤੀ ਨਾਲ ਹੁਣੇ ਜੁੱਤੀ ਆ ਤਕੜੀ ਹੋ ਗਈ ਭਾਰੀ ਹੋ ਗਈ ਆ। ਬਿਲਕੁਲ ਬਿਲਕੁਲ, ਉਹਨਾਂ ਨੂੰ ਬੇਨਤੀ ਕਰਨੀ ਸੀਗੀ ਮੁੜ ਕੇ ਵੀ ਆਹ ਤੁਸੀਂ ਥੋੜੀ ਬਹੁਤੀ ਗੱਲ ਜੀ ਕਰਕੇ ਆਪਾਂ ਮਤਲਬ ਘੱਟੋ ਘੱਟ ਦੋ ਜਥੇਬੰਦੀਆਂ ਦਾ ਬਹੁਤ ਨੇੜੇ ਹੋ ਆ, ਬਿਲਕੁਲ ਫਰਕ ਨੀ ਹੈਗਾ ਇਸ ਵਾਸਤੇ ਵੀ ਆਪਾਂ ਨੂੰ ਇਹ ਗੱਲ ਕੀਤੀ ਜਾਵੇ। ਕਿਸਾਨ ਜਿਹੜੇ ਨੇ ਆਪਣੇ ਹੱਥ ਖੜੇ ਕਰ ਦੇਣ ਤੇ ਆਪਣੇ ਕਹਿੰਦੇ ਵੀ ਸਾਡੇ ਕੋਲ ਸਾਡੇ ਕਰਜ਼ੇ ਆ ਜਿਹੜੇ ਹੱਥ ਖੜੇ ਕਰ ਦੇਣ ਵੀ ਆਹ ਲਓ ਜੀ ਸਾਡੇ ਕੋਲ ਜ਼ਮੀਨ ਵਾਹੀ ਜਾਂਦੀ, ਤੇ ਉਹ ਫਿਰ ਉਸ ਟਾਈਮ ਦੇ ਉੱਪਰ ਜਿਹੜੇ ਵੱਡੇ ਕੋਰਪੋਰੇਟ ਘਰਾਣੇ ਨੇ ਜਾਂ ਫਿਰ ਜਿਹੜੇ ਜਗੀਰਦਾਰ ਜਿਹੜੇ ਵੱਡੀਆਂ ਜ਼ਮੀਨਾਂ ਵਾਲੇ ਨੇ ਉਹੀ ਬਚ ਜਾਣਗੇ। ਨਹੀਂ ਉਹ ਇੱਦਾਂ ਗੱਲ ਕਿ ਮਤਲਬ 1991 ਨਾ ਜਾਂ ਬਹੁਤ ਵਧੇ ਹੋ ਗਏ ਜੇ ਮੋਟੇ ਤੌਰ ਤੇ ਲਈ 27 ਸਾਲ ਤਾਂ ਹੋ ਗਏ ਨਾ। ਹਾਂਜੀ 27 ਸਾਲਾਂ ਵਿੱਚ ਸਾਨੂੰ ਆਹ ਗੱਲ ਹੀ ਕਹਿੰਦੇ ਆ ਰਹੇ, ਮਤਲਬ ਕਿ ਉਹਨਾਂ ਦੀ ਮਨਸ਼ਾ ਜੋ ਸੀਗੀ ਸਾਰੀਆਂ ਬਾਹਰ ਆ ਚੁੱਕੀਆਂ। ਜੇ ਮਨਸ਼ਾ ਬਾਹਰ ਆ ਚੁੱਕੀਆਂ ਮੁੜ ਕੇ ਤਾਂ ਇਹਨਾਂ ਨੇ ਉਹਨਾਂ 27 ਸਾਲਾਂ ਵਿੱਚ ਇਹਨਾਂ ਨੂੰ ਐਂ ਲੱਗਿਆ ਸੀ ਵੀ 5 ਸਾਲਾਂ ਵਿੱਚ ਸਾਰੇ ਹਿੰਦੁਸਤਾਨ ਦੀ ਜ਼ਮੀਨ ਜਿਹੜੀ ਖੋ ਕੇ ਆ ਉਹ ਕਾਰਪੋਰੇਟ ਘਰਾਂ ਨੂੰ ਦੇ ਦਿਆਂਗੇ, ਪਰ ਉਹ 4-5 ਵਾਰ ਮਤਲਬ ਇਹਨਾਂ ਨੇ ਆਪਦੀ ਜਿਹੜੀ ਨਾ ਜ਼ੋਰ ਲਾ ਕੇ ਵੇਖਿਆ ਤੇ ਹੁਣ ਜਿਹੜਾ ਮਤਲਬ ਹੈਗਾ ਵੀ ਜਿਹੜਾ ਕੁਛ ਜਿਹੜੇ ਵੀ ਜ਼ੋਰ ਲਾ ਰਹੇ ਆ ਐਕਚੁਅਲ ਮਤਲਬ ਹੈਗਾ ਵੀ ਉਹਨਾਂ ਦੀ ਹੁਣ ਜਿਹੜੀ ਉਹ ਕੋਈ ਵਾਹ ਨੀ ਜਾ ਰਹੀ ਕਾਰਪੋਰੇਟ ਘਰਾਂ ਦੀ, ਤੇ ਹੁਣ ਕੇ ਇਦੋਂ ਅੱਗੇ ਕਾ ਮੁੜਕੇ ਹੁਣ ਕਿੱਥੋਂ ਤੱਕ ਲੋਕਾਂ ਚ ਬੱਦੂ ਹੋ ਚੁੱਕੇ ਆ, ਕੋਈ ਇਹਨਾਂ ਦਾ ਕੋਈ ਸਤਿਕਾਰ ਕੋਈ ਨੀ ਰਹਿ ਗਿਆ, ਲੋਕ ਪਿੰਡਾਂ ਚ ਨੂੰ ਵਰਨੇ ਦੇ ਰਹੇ, ਜੁੱਤੀਆਂ ਇਹਨਾਂ ਦੇ ਹੱਥਾਂ ਤਾਂ ਪੈਂਦੀਆਂ ਜੀ, ਹਰ ਕਿਸਮ ਦਾ ਮਤਲਬ ਜਿਹੜਾ ਮਤਲਬ ਸਿਆਸੀ ਜਿਹੜਾ ਜਿਹੜਾ ਨਿਗਾਰ ਆ ਜਾਂ ਜਿਹੜਾ ਜਮਾਤੀ ਸਾਰਾ ਕੁਛ ਨਿਹਾਲ ਜਿਹੜੀ ਉਹ ਬਹੁਤ ਪਤਲੀ ਹੋ ਚੁੱਕੀ ਹੈ, ਇਹ ਇੰਨੀ ਜੋਗੇ ਹੁਣ ਰਹੇ ਨੀਗੇ। ਇਸ ਵਾਸਤੇ ਵੀ ਜੇ ਕੋਈ ਸਮਾਂ ਹੋਰ ਹੈ ਲੰਘਦਾ ਹੈ ਤਾਂ ਘੱਟੋ ਘੱਟ ਮੁੜ ਕੇ ਇਹ ਜਿਹੜਾ ਕਿਉਂਕਿ ਜਿਹੜਾ ਵੀ ਕੁਛ ਜ਼ੋਰ ਜਿਹੜਾ ਲਾਉਣਾ ਲਾ ਚੁੱਕੇ ਆ ਤੇ ਲੋਕਾਂ ਨੂੰ ਚਾਹੀਦਾ ਮਤਲਬ ਘੱਟੋ ਘੱਟ ਵੀ ਉਹ ਇਸ ਪਾਸੇ ਨੂੰ ਤੁਰਨ, ਜੇ ਲੋਕ ਮਤਲਬ ਇਸ ਪਾਸੇ ਜਿਵੇਂ ਆਪਾਂ ਅੱਜ ਜਿਹੜੀ ਗੱਲ ਤੇ ਥਾਂ ਤੇ ਅੱਜ ਖੜੇ ਆ ਪੰਜਾਬ ਦੇ ਜਿਹੜੇ ਮਤਲਬ ਕਿਸਾਨ ਖੜੇ ਆ ਇਸ ਪਾਸੇ ਨੂੰ ਜਦੋਂ ਇਹ ਲੋਕ ਤੁਰਦੇ ਆ ਤਾਂ ਘੱਟੋ ਘੱਟ ਵੀ ਇਹ ਭਾਵੇਂ 2 ਕਰਮਾਂ ਬਿਛਾ ਦੀ ਸਰਕਾਰ ਇਸ ਸਾਲ 2 ਕਰਮਾਂ ਬਹੁਤ ਵੱਡੀਆਂ ਹੁੰਦੀਆਂ। ਬਿਲਕੁਲ, ਇਸ ਵਾਸਤੇ ਮੁੜ ਕੇ ਜਿਹੜੇ ਸਾਡੇ ਜਿਹੜੀਆਂ ਬਾਕੀ ਦੀਆਂ ਜਿਹੜੀਆਂ ਸੰਗਾਤੀਆਂ ਜਿਹੜੀਆਂ ਬੰਦੀਆਂ ਤੱਤ ਆਈਆਂ ਉਹਨਾਂ ਨੂੰ ਇਹ ਬੇਨਤੀ ਆ ਆਪਾਂ ਕੀਤੀ ਜਾਵੇ ਕਿ ਘੱਟੋ ਘੱਟ ਉਹ ਇਸ ਪਾਸੇ ਨੂੰ ਏਕੇ ਵਾਲੇ ਪਾਸੇ ਨੂੰ ਤੁਰਨ ਤਾਂ ਕਿ ਜਿਹੜਾ ਰਹਿੰਦਾ ਮਤਲਬ ਜਿਹੜਾ ਹੈਗਾ ਸਾਡਾ ਜਿਹੜਾ ਬਾਕੀ ਜਿਹੜਾ ਸੰਘਰਸ਼ ਦੇ ਆ ਉਹ ਢੰਗ ਤਰੀਕੇ ਉਹ ਕਵਰ ਕੀਤੇ ਜਾਣ। ਬਿਲਕੁਲ ਬਿਲਕੁਲ ਸਾਥੀ ਜੀ ਬਿਲਕੁਲ, ਸੋ ਠੀਕ ਹੈ ਸਾਥੀ ਜੀ ਬਹੁਤ ਬਹੁਤ ਧੰਨਵਾਦ, ਮੇਰੇ ਖਿਆਲ ਲੱਗਦੀ ਵਾਰੀ ਅਗਲੇ ਸੋਮਵਾਰ ਤੁਸੀਂ ਸਟੂਡੀਓ 'ਚ ਨਾਲ ਹੋਗੇ ਫਿਰ ਇਹ 'ਤੇ ਆਪਾਂ ਹੋਰ ਗੱਲਬਾਤ ਕਰਾਂਗੇ ਜੀ। ਠੀਕ ਹੈ ਧੰਨਵਾਦ ਜੀ, ਧੰਨਵਾਦ।
ਹਾਂ ਜੀ ਅਨੂ ਜੀ ਇਸੇ ਮਸਲੇ ਦੇ ਵਿੱਚ ਇੱਕ ਹੋਰ ਵੀ ਆਪਾਂ ਕਲੀਅਰਫਿਕੇਸ਼ਨ ਇੱਕ ਅਨੂ ਜੀ ਇੱਕ ਕਾਫੀ ਇੱਕ ਵੀਡੀਓ ਵਾਇਰਲ ਹੋਈ ਫਿਰਦੀ ਹੈ ਵਟਸਐਪ ਤੇ ਫੇਸਬੁੱਕ ਤੇ ਵੀ ਚੱਲ ਰਹੀ ਹੈ ਉਹਦੇ ਵਿੱਚ ਨੌਜਵਾਨ ਨੇ ਜਿੱਦਾਂ ਸ਼ੁਕਲ ਮੇਲੇ ਵਾਸਤੇ ਕੋਈ ਵੀਡੀਓ ਜੀ ਬਣਾਉਂਦੇ ਆ ਉਸ ਤਰੀਕੇ ਦੇ ਨਾਲ ਉਹਨਾਂ ਨੇ ਬਣਾਈ ਹੈ ਕਿ ਉਹ ਝੋਨਾ ਕੱਦੂ ਕਰ ਰਿਹਾ ਬਜ਼ੁਰਗ ਉਹਨਾਂ ਦਾ ਤੇ ਉਹ ਉੱਥੋਂ ਉਹ ਅਫਸਰ ਆਉਂਦੇ ਨੇ ਆਪਣੇ ਸਰਕਾਰੀ ਅਫਸਰ ਜਿਹੜੇ ਖੇਤੀਬਾੜੀ ਮਹਿਕਮੇ ਚੋਂ ਤੇ ਉਹ ਆ ਕੇ ਉਹਨਾਂ ਨੂੰ ਰੋਕਣਾ ਚਾਹੁੰਦੇ ਤੇ ਉਹ ਟਰੈਕਟਰ ਤੇ ਉਹਨਾਂ ਨੂੰ ਗਾਂ ਵਿੱਚ ਖੇਤ ਦੇ ਵਿੱਚ ਲੈ ਜਾਂਦੇ ਆ ਤੇ ਬਾਅਦ ਚ ਉਹਨਾਂ ਨੂੰ ਉਹ ਉਹਨਾਂ ਦੇ ਮਗਰ ਪਾ ਕੇ ਉਹਨੂੰ ਮਤਲਬ ਕੱਦੂ ਦੇ ਵਿੱਚ ਉਹ ਇੱਕ ਤਰ੍ਹਾਂ ਦੀ ਉਹਨਾਂ ਨੇ ਕਿਸਾਨ ਜਿਹੜੇ ਉਹ ਬੁਰੇ ਤਰੀਕੇ ਨਾਲ ਪੇਸ਼ ਆਉਂਦੇ ਨੇ ਉਹ ਜਿਹੜੇ ਸਰਕਾਰੀ ਮੁਲਾਜ਼ਮ ਉਹਨਾਂ ਨੇ ਬਣਾਏ ਉਹਦੀ ਵੀ ਉਹਨਾਂ ਨੇ ਗਲਤ ਕੀਤਾ ਬਿਲਕੁਲ ਇਹੋ ਜਿਹੀ ਵੀਡੀਓ ਇਹਨਾਂ ਨੂੰ ਨਹੀਂ ਸੀ ਬਣਾਉਣੀ ਚਾਹੀਦੀ ਕਿਸਾਨ ਜਥੇਬੰਦੀਆਂ ਜਿਹੜੀਆਂ ਸਹੀ ਨੇ ਉਹ ਇਸ ਤਰ੍ਹਾਂ ਨਹੀਂ ਕਰਦੀਆਂ ਨਹੀਂ ਕਦੇ ਵੀ ਨਹੀਂ ਕਰਦੀਆਂ ਔਰ ਉਹਨਾਂ ਨੇ ਡਟ ਕੇ ਇਸ ਚੀਜ਼ ਦਾ ਵਿਰੋਧ ਕੀਤਾ ਹੈ ਕਿ ਅਸੀਂ ਕਦੇ ਵੀ ਜਿਹੜੇ ਇਹ ਸਰਕਾਰੀ ਜਿਹੜੇ ਅਫਸਰ ਆਉਂਦੇ ਨੇ ਔਰ ਹਮੇਸ਼ਾ ਹੀ ਹੁੰਦਾ ਜਿਹੜੀਆਂ ਵੀਡੀਓ ਫੇਸਬੁੱਕ ਤੇ ਪਾਈਆਂ ਜਾਂਦੀਆਂ ਉਹ ਹਮੇਸ਼ਾ ਉਹਨਾਂ ਨੂੰ ਬਿਠਾ ਕੇ ਉਹਨਾਂ ਨਾਲ ਗੱਲ ਉਹਨਾਂ ਨਾਲ ਡਾਇਲੋਗ ਕੀਤਾ ਜਾਂਦਾ ਕਦੇ ਵੀ ਨਹੀਂ ਉਹਨਾਂ ਨੂੰ ਇਹੋ ਜਿਹਾ ਬਿਹੇਵੀਅਰ ਉਹ ਕਰਨਗੀਆਂ ਸੋ ਉਹਨਾਂ ਨੇ ਡਟ ਕੇ ਉਹਦਾ ਵਿਰੋਧ ਕੀਤਾ ਵੀ ਉਹਨਾਂ ਨੇ ਗਲਤ ਇਹੋ ਜਿਹੀ ਵੀਡੀਓ ਬਣਾਈ ਹੈ ਪਰ ਠੀਕ ਹੈ ਉਹਨਾਂ ਨੇ ਬੱਚਿਆਂ ਨੇ ਉਹ ਨੌਜਵਾਨਾਂ ਨੇ ਗਲਤੀ ਕੀਤੀ ਹੈ ਉਹਨਾਂ ਦੇ ਰੋਸ ਉਹਨਾਂ ਦੇ ਦਿਮਾਗ ਦੇ ਵਿੱਚ ਹੋਊਗਾ ਪਰ ਮੈਨੂੰ ਫੇਸਬੁੱਕ ਤੇ ਪੋਸਟ ਸੀਗੀ ਕਿ ਸ਼ਾਇਦ ਉਹਨਾਂ ਦੇ ਖਿਲਾਫ ਪਰਚਾ ਵੀ ਦਰਜ ਹੋਇਆ ਸੋ ਮੇਰੇ ਖਿਆਲ ਸਾਨੂੰ ਉਹਦਾ ਵੀ ਵਿਰੋਧ ਕਰਨਾ ਚਾਹੀਦਾ ਕਿ ਜੇ ਉਹਨਾਂ ਨੇ ਗਲਤੀ ਕੀਤੀ ਹੈ ਔਰ ਕਿਸਾਨ ਜਥੇਬੰਦੀਆਂ ਨੇ ਖੁਦ ਕਿਹਾ ਵੀ ਉਹਨਾਂ ਨੂੰ ਇੱਦਾਂ ਦੀ ਵੀਡੀਓ ਨਹੀਂ ਸੀ ਬਣਾਉਣੀ ਚਾਹੀਦੀ ਉਹਨਾਂ 'ਤੇ ਸਾਨੂੰ ਲੱਗਦਾ ਕਿ ਉਹਨਾਂ 'ਤੇ ਪਰਚਾ ਨਹੀਂ ਦਰਜ ਹੋਣਾ ਚਾਹੀਦਾ ਜੇ ਉਹਨਾਂ ਨੇ ਗਲਤੀ ਕੀਤੀ ਹੈ ਮੇਰਾ ਖਿਆਲ ਹੈ ਇੱਕ ਗਲਤੀ ਕੀਤੀ ਹੈ ਉਹਨਾਂ ਨੇ ਸ਼ਾਇਦ ਇਹ ਨਹੀਂ ਜਾਇਜ਼ਾ ਲਿਆ ਕਿ ਕਿਸ ਤਰ੍ਹਾਂ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚੇਗੀ ਜਾਂ ਇਹਦੇ ਕੀ ਇਮਕਾਨ ਹੋ ਸਕਦੇ ਨੇ ਪਰ ਜੁਰਮ ਤੇ ਨਹੀਂ ਮੈਂ ਕਹਾਂਗੀ ਕਿ ਕੋਈ ਹੋ ਗਿਆ ਇਸ ਤਰ੍ਹਾਂ ਗਲਤੀ ਹੋਈ ਹੈ ਜਿਹੜੇ ਜਦੋਂ ਵੀਡੀਓ ਤੁਸੀਂ ਉਹ ਸ਼ੁਰੂ ਕਰਦੇ ਹੋ ਪਤਾ ਲੱਗ ਜਾਂਦਾ ਵੀ ਇਹ ਨਕਲੀ ਮਤਲਬ ਸ਼ੁਕਲ ਮੇਲੇ ਵਾਸਤੇ ਉਹਨਾਂ ਨੇ ਰੋਸ ਕਰਨ ਵਾਸਤੇ ਬਣਾਈ ਹੋਈ ਹੈ ਕੋਈ ਸੱਚੀ ਵਿੱਚ ਇੱਦਾਂ ਕੋਈ ਉਹਨਾਂ ਨੇ ਅਸਲੀ ਫੁਟੇਜ ਨਹੀਂ ਹੈਗੀ ਅਸਲੀ ਫੁਟੇਜ ਨਹੀਂ ਹੈਗੀ ਉਹ ਮੈਂ ਸਰੋਤਿਆਂ ਨੂੰ ਵੀ ਬੇਨਤੀ ਕਰਾਂਗਾ ਕਿ ਜੇ ਤੁਸੀਂ ਉਹ ਵੇਖਦੇ ਹੋ ਸ਼ੇਅਰ ਨਾ ਕਰੋ ਕਿਉਂਕਿ ਉਹ ਅਸਲੀ ਨਹੀਂ ਹੈਗੀ ਉਹ ਸਿਰਫ ਇੱਕ ਉਹਨਾਂ ਨੇ ਆਪਣੇ ਰੋਸ ਦੇ ਵੱਲੋਂ ਉਹ ਬਣਾਈ ਹੈ ਔਰ ਜਿਹਦਾ ਆਲਰੇਡੀ ਜਿਹੜੀਆਂ ਬਹੁਤ ਅਨੂ ਜੀ ਮੀਡੀਆ ਦੇ ਵਿੱਚ ਬਹੁਤ ਕੁਝ ਚੱਲ ਰਿਹਾ ਹੈ ਕਿਉਂਕਿ ਜਿਹੜਾ ਪਿੱਛੇ ਜੇ ਜਿਹੜਾ ਦੁੱਧ ਤੇ ਸਬਜ਼ੀਆਂ ਦਾ ਜਿਹੜਾ ਨਕਲੀ ਜਥੇਬੰਦੀਆਂ ਨੇ ਸੰਘਰਸ਼ ਕੀਤਾ ਹੈ ਕਿਸਾਨ ਅੰਦੋਲਨ ਦੱਸਿਆ ਜਾ ਰਿਹਾ ਉਹਨਾਂ ਦਾ ਨਾਂ ਦਿੱਤਾ ਜਾ ਰਿਹਾ ਹੈ ਔਰ ਬਿਲਕੁਲ ਜਿਹੜਾ ਗਲਤ ਹੈ ਸਿਰਫ ਉਹ ਤਿੰਨ ਕੁ ਚਾਰ ਜਿਹੜੀਆਂ ਸਰਕਾਰੀ ਜਥੇਬੰਦੀਆਂ ਸੀਗੀਆਂ ਉਹਨਾਂ ਦਾ ਕੰਮ ਸੀਗਾ ਔਰ ਉਹਦਾ ਜਿਹੜੀਆਂ ਮੇਨ ਸੱਤ ਜਥੇਬੰਦੀਆਂ ਸੀਗੀਆਂ ਉਹਨਾਂ ਨੇ ਡਟ ਕੇ ਉਹਦਾ ਵਿਰੋਧ ਕੀਤਾ ਲੋਕਾਂ ਵੱਲੋਂ ਵੀ ਉਹਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਆ ਅਸਲ ਦੇ ਵਿੱਚ ਸੰਘਰਸ਼ ਜਿਹੜਾ ਹੁਣ ਜਿਹੜਾ ਚੱਲ ਰਿਹਾ ਹੈ ਜਿਹੜਾ ਅਗੇਤਾ ਝੋਨਾ ਬੀਜਣ ਇਹ ਅਸਲੀ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਸਹੀ ਨੇ ਉਹ ਸੰਘਰਸ਼ ਇਹ ਕਰ ਰਹੀਆਂ ਨੇ ਔਰ ਆਪਣੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨੇ 10 ਦਿਨ ਦਾ ਦਿੱਤਾ ਸੀਗਾ ਉਹਨਾਂ ਨੇ ਉਸ ਤੋਂ ਪਹਿਲਾਂ ਹੀ ਵਾਪਸ ਲੈ ਲਿਆ ਕਿਉਂਕਿ ਲੋਕਾਂ ਨੇ ਉਹਦਾ ਬਹੁਤ ਜ਼ਿਆਦਾ ਵਿਰੋਧ ਕੀਤਾ ਸੋ ਜਿਹੜੇ ਵੀ ਮੀਡੀਆ ਦੇ ਵਿੱਚ ਜਾਂ ਜਿਹੜੇ ਵੀ ਆਪਣੇ ਕੋਈ ਲਿਖਣ ਵਾਲੇ ਲਿਖਾਰੀ ਨੇ ਗਾਉਣ ਵਾਲੇ ਨੇ ਉਹ ਬਹੁਤ ਇਸ ਗੱਲ ਨੂੰ ਧਿਆਨ ਦੇ ਨਾਲ ਸੋਚਣ ਜੱਜ ਕਰਨ ਕਿ ਇਹ ਕਿਸਾਨ ਜਥੇਬੰਦੀ ਜਿਹੜਾ ਲਫ਼ਜ਼ ਆ ਉਹਨੂੰ ਬਹੁਤ ਕੇਅਰਫੁੱਲ ਹੋ ਕੇ ਆਪਾਂ ਵਰਤੀਏ ਕਿਉਂਕਿ ਇਹਨਾਂ ਦਾ ਸੰਘਰਸ਼ ਨੂੰ ਜੀ ਬਹੁਤ ਲੰਬਾ ਆ ਇਹਨਾਂ ਨੂੰ ਆਪਣੀਆਂ ਬਹੁਤ ਕਿਸਾਨ ਯੂਨੀਅਨ ਉਗਰਾਹਾਂ ਦੇ 31 ਦੇ ਕਰੀਬ ਜਿਹੜੇ ਸਾਥੀ ਨੇ ਉਹਨਾਂ ਨੇ ਆਪਣੀਆਂ ਜਾਨਾਂ ਤੋਂ ਹੱਥ ਚੁੱਕ ਚੁੱਕੇ ਨੇ ਇਸ ਸੰਘਰਸ਼ ਵਿੱਚ ਕੁਰਬਾਨੀਆਂ ਦਿੱਤੀਆਂ ਨੇ ਸੋ ਬਹੁਤ ਧਿਆਨ ਦੇ ਨਾਲ ਜੇ ਤੁਸੀਂ ਗੱਲ ਕਰਨੀ ਵੀ ਹੈ
ਤੇ ਖੋਜ ਕਰਕੇ ਉਹਨਾਂ ਜਥੇਬੰਦੀਆਂ ਦਾ ਨਾਂ ਲਵੋ ਵੀ ਇਹ ਜਿਹੜੇ ਜਿਹੜੀਆਂ ਤਿੰਨ ਚਾਰ ਜਿਹੜੀਆਂ ਸਰਕਾਰੀ ਜਥੇਬੰਦੀਆਂ ਨੇ ਇਹਨਾਂ ਦਾ ਸੰਘਰਸ਼ ਵਾ, ਇਹ ਜਿਹੜੀਆਂ ਮੇਨ ਸਟਰੀਮ ਜਿਹੜੀਆਂ ਸੰਘਰਸ਼ ਜਥੇਬੰਦੀਆਂ ਨੇ ਉਹਨਾਂ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਹੈਗਾ। ਸੋ ਇੱਕ ਮੈਂ ਛੁੱਤੀ ਜੀ ਗੁਜ਼ਾਰਿਸ਼ ਕਰਨੀ ਚਾਹੁੰਦਾ ਸੀ। ਜੀ 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 ਜ਼ਰੂਰ। ਤੋ ਗੱਲਬਾਤ ਅੱਗੇ ਤੋਰਦੇ ਹੋਏ ਅਸੀਂ, ਮੇਰਾ ਖਿਆਲ ਹੈ ਕਿ ਜਿਹੜੇ ਸਾਡੇ ਸਾਥੀ ਹੋਏ ਨੇ ਦਰਸ਼ਨ ਸਿੰਘ ਕੈਨੇਡੀਅਨ, ਉਹਨਾਂ ਦੀ ਜੀਵਨੀ ਇੱਕ ਆਰਟੀਕਲ ਹੈ ਸਾਡੇ ਕੋਲ ਛੋਟਾ ਜਿਹਾ, ਉਹ ਵੀ ਸ਼ੁਰੂ ਕਰ ਸਕਦੇ ਹਾਂ। ਹਾਂਜੀ ਅਨੂ ਜੀ, ਉਸ ਤੋਂ ਪਹਿਲਾਂ ਜਿਹੜੇ ਆਪਾਂ ਬਾਕੀ ਜਿਹੜੇ ਹਾਂਜੀ ਇੱਥੇ ਜਿਹੜੇ ਸੰਘਰਸ਼ ਚੱਲ ਰਹੇ ਨੇ ਬਿਲਕੁਲ ਉਹਨਾਂ ਦੀ ਗੱਲ ਕਰਨੀ ਬਹੁਤ ਜ਼ਰੂਰੀ ਹੈ। ਮੇਨ ਸਟ੍ਰੀਮ ਮੀਡੀਆ 'ਚ ਵੀ ਨਿਊਜ਼ 'ਚ ਦੇਖਿਆ ਹੋਏਗਾ, ਸੋਸ਼ਲ ਮੀਡੀਆ 'ਤੇ ਤਾਂ ਉਸ ਤੋਂ ਵੀ ਜ਼ਿਆਦਾ ਗੱਲਬਾਤ ਚੱਲਦੀ ਹੈ। ਬੀਤੇ ਦਿਨੀ ਜਿਹੜਾ ਨਰਸਾਂ ਦਾ, ਮਿਡਵਾਈਫ ਦਾ ਔਰ ਹੈਲਥ ਕੇਅਰ ਅਸਿਸਟੈਂਟਸ ਦਾ ਸੰਘਰਸ਼ ਚੱਲ ਰਿਹਾ, ਉਹਨਾਂ ਨੂੰ ਕਿੰਨੇ ਜਦੋਂ ਜਦ ਕਰਨ ਤੋਂ ਬਾਅਦ 2% ਤੋਂ ਵਧਾ ਕੇ 9% 'ਤੇ ਉਹਨਾਂ ਨੂੰ ਔਫਰ ਦਿੱਤੀ ਗਈ ਅਗਲੇ 3 ਸਾਲਾਂ 'ਚ, ਮਤਲਬ 3%, 3%, ਫਿਰ 3%, ਇਹ ਔਫਰ ਸੀ। ਔਰ ਉਹ ਜਿਹੜੀ ਔਫਰ, ਐਕਚੁਲੀ ਅੱਜ ਮੈਂ ਥੋੜ੍ਹਾ ਹੋਰ ਡਿਟੇਲ 'ਚ ਪੜਿਆ, ਉਹ ਇਸ ਤਰ੍ਹਾਂ ਨਹੀਂ ਸੀ ਕਿ ਸਾਰਿਆਂ ਨੂੰ 9% ਮਿਲਣੀ ਹੈ। ਜਿਹੜੇ ਕੁਛ ਜ਼ਿਆਦਾ ਸੀਨੀਅਰ ਨਰਸਾਂ ਨੇ, ਸਰਟਨ ਪੋਸਟ 'ਤੇ ਨੇ, ਉਹਨਾਂ ਨੂੰ 15-16% ਦੇ ਕਰੀਬ ਔਫਰ ਦਿੱਤੀ ਗਈ ਹੈ। ਉਸ ਤੋਂ ਥੱਲੇ ਵਾਲਾ ਲੈਵਲ ਫਿਰ 9% ਦਾ ਹੈ। ਔਰ ਜਿਹੜੇ ਜਿਹੜੀ ਸੱਚ ਜੀ ਗੱਲ ਕਰਕੇ ਗਏ ਕਿ ਉਹਨਾਂ ਨੂੰ ਪਾੜੋ ਤੇ ਰਾਜ, ਹਾਂ ਬਿਲਕੁਲ ਬਿਲਕੁਲ, ਜਿਹੜੇ ਜਿਨ੍ਹਾਂ ਦੀ ਪਹਿਲੇ ਹੀ ਸੀਨੀਅਰ ਪੋਸਟ ਹੈ, ਜ਼ਾਹਿਰ ਹੈ ਕਿ ਉਹਨਾਂ ਦੀ ਤਨਖਾਹ ਜ਼ਿਆਦਾ ਹੋਏਗੀ ਨਾ ਜੂਨੀਅਰ ਨਰਸ ਨਹੀਂ ਆਉਣਗੇ ਫਿਰ। ਹਾਂ ਉਹ ਨਹੀਂ ਆਉਣਗੇ ਕਿਉਂਕਿ ਉਹਨਾਂ ਨੂੰ ਹੋਪ ਕਰਦੇ ਤਾਂ, ਹਾਂ ਜ਼ਿਆਦਾ ਦੇ ਕੇ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਏਗਾ। ਤੇ ਹਾਲਾਂਕਿ ਹੁਣ ਇਹ ਚਾਹੀਦਾ ਕਿ ਜੇ 9% ਹੈ ਤਾਂ ਸਾਰਿਆਂ ਦੀ ਵੀ 9% ਹੋਵੇ, ਉਹ ਕਿਉਂਕਿ ਉਹ ਜਿਹੜੀ ਪਰਸੈਂਟੇਜ ਹੈ ਉਹ ਉਹਨਾਂ ਦੀ ਤਨਖਾਹ ਦੇ ਆਧਾਰ 'ਤੇ ਹੋਣੀ ਹੈ। ਸੋ ਇਹ ਸਾਨੂੰ ਤਾਂ ਬਿਲਕੁਲ ਇਹ ਗੱਲ ਪਸੰਦ ਨਹੀਂ ਹੈ ਕਿ ਤੁਸੀਂ ਜਿਹੜੀਆਂ ਸੀਨੀਅਰ ਪੋਸਟ ਨੇ ਸਟਾਫ ਨੇ ਉਹਨਾਂ ਨੂੰ ਤੁਸੀਂ 15-16 ਦੇ ਦਿਓ ਔਰ ਥੱਲੇ ਵਾਲਿਆਂ ਨੂੰ 9 ਦੇ ਦਿਓ, ਔਰ ਜਿਹੜੇ ਕੈਜੂਅਲ ਸਟਾਫ ਨੇ ਉਹਨਾਂ ਨੂੰ ਮੇਰਾ ਖਿਆਲ ਸਿਰਫ ਜਿੱਦਾਂ ਮੈਨੂੰ ਸਮਝ ਆਈ ਹੈ 2000 ਲੰਪਸਮ ਪੇਮੈਂਟ ਹੈ, $2000। ਸੋ ਇਹ ਬਿਲਕੁਲ ਗਲਤ ਵਰਤਾਰਾ। ਸੋ ਇਸ ਵਕਤ ਅਗਲੇ 48 ਘੰਟਿਆਂ ਦੇ ਵਿੱਚ ਸਾਨੂੰ ਪਤਾ ਲੱਗ ਜਾਣਾ ਕਿ ਨਰਸਿਸ ਨੇ ਹੜਤਾਲ ਜਿਹੜੀ ਹੈ ਕਰਨੀ ਹੈ ਜਾਂ ਨਹੀਂ ਕਰਨੀ ਹੈ। ਉਹ ਜਿਹੜੀ ਔਫਰ ਹੈ ਉਹ ਤਾਂ ਉਹਨਾਂ ਨੇ ਰਿਜੈਕਟ ਕਰ ਦਿੱਤੀ ਹੈ। ਸੋ ਉਹਨਾਂ ਦੇ ਨੁਮਾਇੰਦਿਆਂ ਨੇ ਇਹ ਨਹੀਂ ਦੱਸਿਆ ਕਿ ਕਿੰਨੀ ਪਰਸੈਂਟੇਜ ਵੋਟ ਰਿਜੈਕਸ਼ਨ ਦੀ ਪਈ ਹੈ, ਪਰ ਇਹ ਜ਼ਰੂਰ ਪਤਾ ਕਿ ਓਵਰਵੈਲਮਿੰਗਲੀ ਲਾਰਜ ਮੈਜੋਰਿਟੀ ਨੇ ਇਹ ਜਿਹੜੀ ਔਫਰ ਹੈ ਉਹਨੂੰ ਰੱਦ ਕੀਤਾ। ਸੋ 5 ਜੁਲਾਈ ਔਰ 12 ਜੁਲਾਈ ਦੋ ਦਿਨ ਉਹਨਾਂ ਨੇ ਰੱਖੇ ਕਿ 24 ਘੰਟੇ ਦੀ ਜਿਹੜੀ ਸਟ੍ਰਾਈਕ ਹੋਏਗੀ। ਸੋ ਉਹ ਅਗਲੇ 48 ਘੰਟਿਆਂ ਦੇ ਵਿੱਚ ਪਤਾ ਲੱਗ ਜਾਏਗਾ ਕਿ ਸਟ੍ਰਾਈਕ ਹੋਏਗੀ ਕਿ ਨਹੀਂ। ਸੋ ਜੀ ਰੈਲੀ ਦਾ ਹੋਇਆ ਕਿ ਨਹੀਂ ਅਜੇ ਤੱਕ ਫਾਈਨਲ? ਨਹੀਂ ਉਹ ਫਾਈਨਲ ਨਹੀਂ ਹੈ। ਸੋ ਮੈਂ ਇਹ ਗੱਲ ਮੈਂ ਪੂਰੀ ਕਰ ਲਵਾਂ, ਜਿਹੜੀਆਂ ਨਰਸਿਸ, ਹੈਲਥ ਕੇਅਰ ਸਟਾਫ ਨੇ, ਮਿਡਵਾਈਫ ਨੇ, ਉਹਨਾਂ ਦੀ ਇਹ ਵੀ ਕੋਸ਼ਿਸ਼ ਹੈ ਕਿ ਅਗਰ ਅਗਲੇ 48 ਘੰਟਿਆਂ ਵਿੱਚ ਮੀਡੀਏਸ਼ਨ ਹੁੰਦੀ ਹੈ, ਉਹਨਾਂ ਦੀ ਕੋਸ਼ਿਸ਼ ਇਹ ਹੈ ਕਿ 16% ਦੇ ਕਰੀਬ ਇਨਕਰੀਮੈਂਟ ਹੋਏ, ਕਿਉਂਕਿ ਜਿਹੜੇ ਟੀਚਰਸ ਨੇ ਉਹਨਾਂ ਦੀ ਵੀ ਡਿਮਾਂਡ 16% ਹੈ। ਸੋ ਅਗਰ ਉਹ ਨਹੀਂ ਇਸ ਤਰ੍ਹਾਂ ਕੁਛ ਹੁੰਦਾ, ਫਿਰ 5 ਜੁਲਾਈ ਔਰ 12 ਜੁਲਾਈ ਨੂੰ ਜਿਹੜੀਆਂ ਸਟ੍ਰਾਈਕਸ ਹੋਣਗੀਆਂ, ਔਰ ਉਹਦੇ ਵਿੱਚ ਉਹਨਾਂ ਨੇ ਇਹ ਅਸ਼ੋਰੈਂਸ ਦਿੱਤੀ ਹੈ ਕਿ ਜਿਹੜੇ ਐਮਰਜੈਂਸੀ 'ਚ ਪੇਸ਼ੈਂਟਸ ਆਉਂਦੇ ਨੇ ਉਹਨਾਂ ਦਾ ਪੂਰਾ ਧਿਆਨ ਰੱਖਿਆ ਜਾਏਗਾ, ਜਿਸ ਤਰ੍ਹਾਂ ਕਿ ਹਰ ਵਕਤ ਰੱਖਿਆ ਜਾਂਦਾ। ਤੋ ਹਾਂਜੀ 30 ਜੂਨ, ਯਾਨੀ ਕਿ ਅਗਲਾ ਨਹੀਂ ਉਸ ਤੋਂ ਅਗਲਾ ਜਿਹੜਾ ਸਨਿਚਰਵਾਰ ਹੈ, ਉਸ ਦਿਨ ਵੀ ਇੱਕ ਨਰਸਾਂ ਨੇ ਮਾਰਚ ਪਲੈਨ ਕੀਤੀ ਹੋਈ ਹੈ, ਉਹਦੀ ਹਾਲੇ ਡਿਟੇਲ ਸਾਡੇ ਤੱਕ ਪਹੁੰਚੀ ਨਹੀਂ ਹੈ। ਔਕਲੈਂਡ ਸਿਟੀ ਵਿੱਚ ਹੀ ਹੋਏਗਾ ਮੇਰਾ ਖਿਆਲ, ਜਿਹੜਾ ਮੇਨ ਸਿਟੀ 'ਚ ਜਿਹੜਾ ਕੋਈ ਐਂਬੂਲੈਂਸ ਸਟੇਸ਼ਨ ਹੈ ਉੱਥੋਂ ਤੱਕ ਮਾਰਚ ਹੋਏਗੀ। ਸੋ ਉਹ ਡਿਟੇਲ ਮੈਨੂੰ ਲੱਗਦਾ ਅਗਲੇ ਸੋਮਵਾਰ ਤੱਕ ਸਾਡੇ ਕੋਲ ਜ਼ਿਆਦਾ ਹੋਏਗੀ, ਤਾਂ ਅਸੀਂ ਆਪਣੇ ਸਰੋਤਿਆਂ ਨੂੰ ਜ਼ਿਆਦਾ ਜਾਣਕਾਰੀ ਦੇ ਸਕਾਂਗੇ।
ਸਾਨੂੰ ਪਤਾ ਕਿਸ ਤਰ੍ਹਾਂ ਕਿਉਂਕਿ ਉਹ ਜਿਹੜੀ ਸਾਡੀ ਵੋਲੰਟਰੀ ਸਾਊਂਡ ਦੀ ਸਰਵਿਸ ਹੁੰਦੀ ਹੈ ਉਹ ਉਹਦੇ ਕਰਕੇ ਤੱਕ ਇਨਫੋਰਮੇਸ਼ਨ ਪਹਿਲਾਂ ਆ ਜਾਂਦੀ ਹੈ। ਹੋਰ ਉਸ ਤੋਂ ਇਲਾਵਾ ਜਿਹੜਾ ਪਿਛਲੇ ਫਰਾਈਡੇ ਰਾਤ ਦੇਖਿਆ ਹੋਗਾ, ਫਰਾਈਡੇ ਸਾਰਾ ਦਿਨ ਔਰ ਫਰਾਈਡੇ ਰਾਤ ਬਰਗਰ ਕਿੰਗ ਦਾ ਜਿਹੜਾ ਸਟਾਫ ਹੈ ਜਗ੍ਹਾ ਜਗ੍ਹਾ ਉਹਨਾਂ ਨੇ ਅਲੱਗ ਅਲੱਗ ਸ਼ਹਿਰਾਂ 'ਚ, ਮੈਂ ਖਿਆਲ ਕ੍ਰਾਈਸਟ ਚਰਚ, ਹੈਮਿਲਟਨ, ਔਕਲੈਂਡ, ਡਨੀਡਨ ਮੇਨ ਸੈਂਟਰਸ 'ਚ ਕਾਫੀ ਸਾਰੇ ਸਟੋਰਸ ਜਿਹੜੇ ਉਹ ਬੰਦ ਰਹੇ ਜਾਂ ਬਹੁਤ ਮਿਨੀਮਮ ਸਟਾਫ ਰਿਹਾ। ਤੋ ਉਹ ਯੂਨਾਈਟ ਯੂਨੀਅਨ ਕਵਰ ਕਰਦੀ ਹੈ ਫਾਸਟ ਫੂਡ ਇੰਡਸਟਰੀ ਨੂੰ, ਬਰਗਰ ਕਿੰਗ ਨੂੰ ਵੀ। ਤੋ ਉਹਨਾਂ ਦੀਆਂ ਜਿਹੜੀਆਂ ਮੰਗਾਂ ਸਨ ਸਟਾਫ ਦੀਆਂ, ਉਹ ਇੱਕ ਤਾਂ ਹੈ ਕਿ ਜਿਹੜੇ ਮੈਨੇਜਰ ਜਿਹੜੇ ਨੇ ਬਰਗਰ ਕਿੰਗ ਸਟੋਰਸ 'ਚ ਉਹ ਸੈਲਰੀ 'ਤੇ ਕੰਮ ਕਰਦੇ ਆ, ਮਤਲਬ ਕਿ ਉਹਨਾਂ ਨੂੰ ਪਰ ਆਵਰ ਤਨਖਾਹ ਨਹੀਂ ਮਿਲਦੀ, ਉਹਨਾਂ ਨੂੰ ਮਹੀਨੇ ਦੀ ਜਾਂ ਸਾਲ ਦੀ ਜਿਹੜੀ ਉਹਨਾਂ ਦੀ ਸੈਲਰੀ ਉਹ ਹੁੰਦੀ ਹੈ। ਤੋ ਆਵਰਸ ਚਾਹੇ ਉਹ ਵੱਧ ਕੰਮ ਕਰਨ, ਫਿਰ ਵੀ ਉਹਨਾਂ ਦੀ ਜਿਹੜੀ ਸੈਲਰੀ ਆ ਓਨੀ ਰਹਿੰਦੀ ਹੈ, ਜਦਕਿ ਜੇ ਪਰ ਆਵਰ ਜਿਹਨੂੰ ਪੇ ਮਿਲਦੀ ਹੈ ਉਹ ਜਿੰਨੇ ਘੰਟੇ ਤੁਸੀਂ ਕੰਮ ਕੀਤਾ ਓਨੀ ਤੁਹਾਨੂੰ ਤਨਖਾਹ ਮਿਲਦੀ ਹੈ। ਸੋ ਉਹ ਪੁਆਇੰਟ ਇਹ ਹੈ ਕਿ ਜਿਹੜਾ ਇੱਕ ਮੈਨੇਜਰ ਦੀ ਜੋਬ ਕੋਈ ਕਰ ਰਹੇ ਨੇ, ਅਗਰ ਹਫ਼ਤੇ 'ਚ ਉਹ ਇੱਕ ਜਾਂ ਦੋ ਘੰਟੇ ਵੱਧ ਟਾਈਮ ਲਾਉਂਦੇ ਨੇ, ਉਹਨਾਂ ਦਾ ਜਿਹੜਾ ਆਵਰਲੀ ਰੇਟ ਹੈ ਉਹ ਲੀਗਲ ਮਿਨੀਮਮ ਤੋਂ ਥੱਲੇ ਆ ਜਾਂਦਾ ਹੈ, ਜਿਵੇਂ ਨਰਸਾਂ ਦਾ ਜਿਵੇਂ ਨਰਸਸ ਦੀ ਮਤਲਬ ਅਫੀਸ਼ੀਅਲ ਜਿਹੜੀ ਤਨਖਾਹ ਆ ਉਹ ਤੇ ਮਿਲ ਰਹੀ ਆ ਮਿਨੀਮਮ ਵੇਜ ਤੋਂ ਜ਼ਿਆਦਾ, ਪਰ ਜਿੰਨੇ ਇਹਨਾਂ ਨੂੰ ਘੰਟੇ ਦਾਈਆਂ ਦੀ ਗੱਲ ਕਰ ਰਹੇ, ਹਾਂਜੀ 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 ਹਾਂਜੀ, ਜਿੰਨੇ ਇਹਨਾਂ ਨੂੰ ਘੰਟੇ ਕੰਮ ਕਰਨਾ ਪੈਂਦਾ ਹੈ ਉਹ ਕੈਲਕੂਲੇਟ $3-4 ਪਰ ਆਵਰ ਤੱਕ ਪਹੁੰਚ ਜਾਂਦੀ ਹੈ। ਬਿਲਕੁਲ ਮਿਡਵਾਈਫ ਦੀ, ਉਹ ਪੈਟਰੋਲ ਵੀ ਆਪਣਾ ਖਰਚਦੀਆਂ ਨੇ ਮਿਡਵਾਈਫ ਦੀ ਲਈ। ਬਿਲਕੁਲ, ਹਾਲਾਂਕਿ ਇੱਥੋਂ ਦਾ ਜਿਹੜਾ ਇੰਪਲੋਇਮੈਂਟ ਐਕਟ ਹੈ ਉਹ ਇਹ ਕਹਿੰਦਾ ਹੈ ਕਿ ਚਾਹੇ ਤੁਹਾਨੂੰ ਪਰ ਆਵਰ ਤਨਖਾਹ ਮਿਲਦੀ ਹੋਏ ਜਾਂ ਤੁਸੀਂ ਸੈਲਰੀ 'ਤੇ ਹੋ, ਕਿਸੇ ਹਰ ਹਾਲ ਵਿੱਚ ਤੁਹਾਡੀ ਤਨਖਾਹ ਜਿਹੜੀ ਲੀਗਲ ਮਿਨੀਮਮ ਰੇਟ ਤੋਂ ਕਦੀ ਵੀ ਘੱਟ ਨਹੀਂ ਹੋ ਸਕਦੀ। ਸੋ ਇਹ ਇੱਕ ਵੱਡੀ ਮੰਗ ਹੈ ਇਹ ਬਰਗਰ ਕਿੰਗ ਸਟ੍ਰਾਈਕਸ ਦੀ ਕਿ ਉਹ ਜਿਹੜੇ ਮੈਨੇਜਰਸ ਨੇ ਉਹ ਉਹਨਾਂ ਦਾ ਧਿਆਨ ਰੱਖਿਆ ਜਾਵੇ ਕਿ ਉਹ ਉਹਨਾਂ ਨੂੰ ਲੀਗਲ ਮਿਨੀਮਮ ਤੋਂ ਘੱਟ ਤਨਖਾਹ ਨਹੀਂ ਮਿਲਣੀ ਚਾਹੀਦੀ। ਔਰ ਦੂਸਰਾ ਇਹ ਵੀ ਹੈ ਕਿ ਮੈਨੇਜਰਸ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਬਰਗਰ ਕਿੰਗ ਵੱਲੋਂ ਅਗਰ ਉਹ ਯੂਨੀਅਨ ਜੁਆਇਨ ਕਰਦੇ ਨੇ। ਸੋ ਮੈਨੇਜਰਸ ਯੂਨੀਅਨਾਈਜ਼ ਹੋਣੇ ਚਾਹੀਦੇ ਨੇ, ਕਿਉਂਕਿ ਅਸੀਂ ਵੀ ਸ਼ਾਮਿਲ ਹੋਏ ਮੈਨੇਕਾ ਉਹ ਵੈਸਟਫੀਲਡ 'ਚ ਜਿਹੜਾ ਫੂਡ ਕੋਰਟ 'ਚ ਅੰਦਰ ਬਰਗਰ ਕਿੰਗ ਹੈ, ਉੱਥੇ ਮੇਨ ਜਿਹੜੇ ਸਨ ਮੈਨੇਜਰ ਸਨ ਉਹ ਅਸੀਂ ਉਹਨਾਂ ਨੂੰ ਸਾਰਾ ਐਕਸਪਲੇਨ ਕੀਤਾ, ਸਾਡੇ ਨਾਲ ਹੋਰ ਵੀ ਸਨ ਯੂਨਾਈਟ ਦੇ ਮੈਂਬਰਸ ਕਿ ਆਹ ਆਹ ਕਾਰਨ ਨੇ ਤੁਹਾਨੂੰ ਸ਼ਾਮਿਲ ਹੋਣਾ ਚਾਹੀਦਾ, ਤੁਹਾਨੂੰ ਇਸ ਵੇਲੇ ਵਾਕਆਊਟ ਕਰਨਾ ਚਾਹੀਦਾ। ਪਰ ਉਹ ਡਰਦੇ ਸਨ ਕਿ ਸਾਨੂੰ ਬਰਗਰ ਕਿੰਗ ਦਾ ਜਿਹੜਾ HR ਡਿਪਾਰਟਮੈਂਟ ਉਹ ਸਾਨੂੰ ਕੱਲ੍ਹ ਨੂੰ ਤੰਗ ਕਰੇਗਾ ਅਗਰ ਅਸੀਂ ਇੱਥੋਂ ਵਾਕਆਊਟ ਕਰਦੇ ਹਾਂ। ਸੋ ਉਹਦਾ ਜਵਾਬ ਹੁੰਦਾ ਕਿ ਅਗਰ ਤੁਸੀਂ ਵਾਕਆਊਟ ਕਰਦੇ ਹੋ, ਯੂਨੀਅਨਾਈਜ਼ ਹੁੰਦੇ ਹੋ, ਤਾਂ ਤੁਸੀਂ ਆਪਣੇ ਆਪ ਨੂੰ ਹੋਰ ਜ਼ਿਆਦਾ ਸੁਰੱਖਿਅਤ ਕਰ ਸਕਦੇ ਹੋ, ਉਹਨਾਂ ਦੀ ਹਿੰਮਤ ਨਹੀਂ ਪਏਗੀ ਕਿ ਤੁਹਾਨੂੰ ਤੰਗ ਕਰਨ। ਅਗਰ ਤੁਸੀਂ ਕਲੈਕਟਿਵ 'ਚ ਹੋ, ਬਾਕੀ ਸਾਰੇ ਤੁਹਾਡੇ ਨਾਲ ਨੇ, ਇਹਦੇ 'ਚ ਸਿਰਫ ਯੂਨੀਅਨ ਦੀ ਗੱਲ ਨਹੀਂ ਹੁੰਦੀ, ਯੂਨੀਅਨ ਦੀ ਹੋਂਦ ਤਾਂ ਹੀ ਹੈ ਅਗਰ ਉਹ ਜਿਹੜੇ ਵਰਕਰਸ ਨੇ ਉਹ ਯੂਨਾਈਟਿਡ ਨੇ। ਯੂਨੀਅਨ ਦਾ ਸਿੰਪਲ ਮਤਲਬ ਤਾਂ ਇਹੋ ਹੀ ਹੈ ਨਾ ਕਿ ਯੂਨੀਅਨ ਆਪਣੇ ਆਪ 'ਚ ਅਗਰ ਦਫ਼ਤਰ ਖੋਲ੍ਹ ਕੇ ਉੱਥੇ ਬੈਠੇ ਨੇ, ਕੋਈ ਡਾਇਰੈਕਟਰ ਨੇ, ਸੈਕਰੇਟਰੀ ਨੇ, ਉਹ ਕੁਛ ਨਹੀਂ ਕਰ ਸਕਦੇ ਜਿੰਨੀ ਦੇਰ ਤੱਕ ਜਿਹੜੇ ਵਰਕਰਸ ਨੇ ਉਹ ਯੂਨਾਈਟਿਡ ਨਹੀਂ ਹੁੰਦੇ। ਤੋ ਹੋਰ ਇਹਨਾਂ ਦੀਆਂ ਜਿਹੜੀਆਂ ਮੰਗਾਂ ਸਨ ਕਿ ਜਿਹੜੇ ਬਾਕੀ ਵਰਕਰਸ ਨੇ ਅਦਰ ਦੈਨ ਮੈਨੇਜਰਸ, ਉਹਨਾਂ ਨੂੰ ਬ੍ਰੇਕਸ ਨਹੀਂ ਮਿਲਦੀਆਂ ਇਨਫ, ਸੋ ਮਿਸਡ ਬ੍ਰੇਕਸ ਨੇ ਜਿਹੜੀਆਂ ਉਹ ਕਿਸੇ ਖਾਤੇ 'ਚ ਨਹੀਂ ਆ। ਹਾਂਜੀ ਅਨੂ ਜੀ, ਵੈਂਡੀ ਦਾ ਵੀ ਉਹ ਸੰਘਰਸ਼ ਹੋਇਆ ਸੀਗਾ, ਹਾਂ ਉਹ ਵੀ, ਹਾਂ ਕੁਝ ਦਿਨ ਚੱਲੇ, 3-4 ਮਿਲੀਅਨ ਡਾਲਰ ਦਾ ਉਹਨਾਂ ਦੇ ਸਿਰ ਬਕਾਇਆ ਜਿਹੜਾ ਉਹ ਜਿਹੜੀਆਂ ਬ੍ਰੇਕਸ ਦਾ, ਬ੍ਰੇਕਸ ਦਾ, ਹਾਂਜੀ ਮਿਸਡ ਬ੍ਰੇਕਸ ਦਾ, ਮਿਸਡ ਬ੍ਰੇਕਸ ਦਾ। ਔਰ ਦੂਸਰਾ ਇਹਨਾਂ ਦੀਆਂ ਉਹ ਸ਼ਿਫਟਸ ਬਿਟਵੀਨ ਸ਼ਿਫਟਸ ਇਨਫ
ਟਾਈਮ ਨਹੀਂ ਦਿੱਤਾ ਜਾਂਦਾ ਅਗਰ ਤੁਸੀਂ 11-12 ਘੰਟੇ ਦੀ ਸ਼ਿਫਟ ਲਾ ਕੇ ਰਾਤ ਨੂੰ ਘਰ ਗਏ ਹੋ ਤਾਂ 6-7 ਘੰਟੇ ਬਾਅਦ ਫਿਰ ਤੁਹਾਡੀ ਅਗਲੀ ਸ਼ਿਫਟ ਹੈ ਸੋ ਉਹ ਇੱਕ ਡਿਮਾਂਡ ਹੈ ਔਰ ਇੱਕ ਹੋਰ ਜਿਹੜੀ ਵੱਡੀ ਗੱਲ ਹੈ ਹੈਲਥ ਐਂਡ ਸੇਫਟੀ ਨੂੰ ਲੈ ਕੇ ਕਿ ਅਗਰ ਕੋਈ ਇੰਸੀਡੈਂਟ ਹੁੰਦਾ ਹੈ ਬਰਗਰ ਕਿੰਗ 'ਚ ਕੋਈ ਅਨਸੇਫ ਕੋਈ ਇੰਸੀਡੈਂਟ ਹੁੰਦਾ ਤਾਂ ਉਹਨੂੰ ਰਿਪੋਰਟ ਕਰਨਾ ਹੁੰਦਾ ਤੁਸੀਂ ਕਿ ਇਹ ਇੰਸੀਡੈਂਟ ਹੋਇਆ ਤਾਂ ਇਸ ਵਕਤ ਜਿਹੜੇ ਉਹਨਾਂ ਦੇ ਰੂਲ ਨੇ ਤੁਹਾਨੂੰ ਆਪਣੇ ਮੈਨੇਜਰ ਦੀ ਇਜਾਜ਼ਤ ਲੈਣੀ ਪੈਂਦੀ ਹੈ ਕੋਈ ਅਨਸੇਫ ਪ੍ਰੈਕਟਿਸ ਨੂੰ ਰਿਪੋਰਟ ਕਰਨ ਲਈ ਸੋ ਉਹ ਗੱਲ ਉਹ ਹਟਾਉਣਾ ਚਾਹੁੰਦੇ ਨੇ ਕਿਉਂਕਿ ਅਗਰ ਮੈਨੇਜਰ ਤੁਹਾਡੇ 'ਤੇ ਦਬਾਅ ਪਾਉਂਦੇ ਨੇ ਕਿ ਨਹੀਂ ਤੁਸੀਂ ਇਹ ਨਹੀਂ ਸ਼ਿਕਾਇਤ ਕਰ ਸਕਦੇ ਤਾਂ ਉਹ ਫਿਰ ਤੁਸੀਂ ਨਹੀਂ ਕਰੋਗੇ ਨਾ ਕਿਉਂਕਿ ਤੁਹਾਡੇ ਅਗਰ ਤੁਸੀਂ ਨੋਨ ਕੰਪਲਾਇੰਟ ਹੁੰਦੇ ਹੋ ਫਿਰ ਤੁਹਾਡੇ 'ਤੇ ਐਕਸ਼ਨ ਲਏਗਾ ਬਰਗਰ ਕਿੰਗ ਦਾ ਜਿਹੜਾ ਐਚ ਆਰ ਡਿਪਾਰਟਮੈਂਟ ਹੈ ਸੋ ਇਹ ਸਾਰੀਆਂ ਮੰਗਾਂ ਨੇ ਬਰਗਰ ਕਿੰਗ ਸਟਾਫ ਦੀਆਂ ਯੂਨੀਅਨਾਈਜ਼ਡ ਸਟਾਫ ਹੈ ਜਿਹੜਾ ਤਾਂ ਉਹ ਚੱਲ ਰਹੀਆਂ ਪਿਛਲੇ ਹਫ਼ਤੇ ਤੋਂ ਸ਼ੁਰੂ ਹੋਈਆਂ ਇਹ ਲਗਾਤਾਰ ਚੱਲਦਾ ਰਹੇਗਾ ਹਰ ਵੀਕਐਂਡ ਉਹਨਾਂ ਦੇ ਨਾਲ ਜਿਹੜੇ ਇਵੈਂਟ ਸਿਨੇਮਾਜ਼ ਵਾਲੇ ਨੇ ਉਹ ਵੀ ਨਾਲ ਸ਼ਾਮਲ ਨੇ ਇਹਦੇ ਵਿੱਚ ਉਹ ਵੀ ਯੂਨਾਈਟ ਯੂਨੀਅਨ ਕਵਰ ਕਰਦੀ ਹੈ ਸਿਨੇਮਾਜ਼ ਨੂੰ ਵੀ ਤੋ ਪਿਛਲੇ ਸ਼ੁੱਕਰਵਾਰ ਜਦੋਂ ਅਸੀਂ ਮੈਨਕਾ ਗਏ ਹਾਂ ਉੱਥੇ ਬਰਗਰ ਕਿੰਗ ਤੋਂ ਖੈਰ ਉਹਨਾਂ ਨੇ ਨਹੀਂ ਵਾਕਆਊਟ ਕੀਤਾ ਹੋਰ ਯੂਨਾਈਟ ਸਟਾਫ ਸਨ ਔਰ ਇਵੈਂਟ ਸਿਨੇਮਾਜ਼ ਵਾਲੇ ਸਨ ਉਹ ਉਹਨਾਂ ਦੀ ਵੀ ਮੰਗ ਇਹ ਹੋਈ ਹੈ ਕਿ ਸਾਡਾ ਜਿਹੜਾ ਆਵਰਲੀ ਰੇਟ ਹੈ ਉਹ ਵਧਾਇਆ ਜਾਵੇ ਔਰ ਫਾਸਟ ਫੂਡ ਇੰਡਸਟਰੀ 'ਚ ਬਰਗਰ ਕਿੰਗ ਜਿਹੜਾ ਉਹ ਸਭ ਤੋਂ ਘੱਟ ਪੇ ਕਰਦਾ ਹੈ ਉਹ ਲੀਗਲ ਮਿਨੀਮਮ ਤੋਂ ਮੇਰਾ ਖਿਆਲ ਹੈ 5 cents ਜਾਂ ਇਸ ਤਰ੍ਹਾਂ ਕੁਛ ਉੱਪਰ ਹੈ ਬਾਕੀ ਫਾਸਟ ਫੂਡ ਇੰਡਸਟਰੀ ਦੇ ਮੁਕਾਬਲੇ ਸਭ ਤੋਂ ਘੱਟ ਪੇ ਕਰਦੇ ਨੇ ਦੇਖੋ ਉਹਨੂੰ ਜੀ ਕਿੰਨਾ ਬਿਲੀਅਨਸ ਆਫ ਡਾਲਰ ਦਾ ਪ੍ਰੋਫਿਟ ਬਣਾਉਂਦੇ ਨੇ ਇਹ ਔਰ ਫਿਰ ਵੀ ਸਟਾਫ ਦੇ ਨਾਲ ਇਹੋ ਜਿਹੇ ਤਰੀਕੇ ਇਹੋ ਜਿਹਾ ਵਤੀਰਾ ਰੱਖਦੇ ਨੇ ਜੀ ਤੋ ਇਹ ਤਾਂ ਗੱਲ ਹੋ ਗਈ ਨਰਸਾਂ ਦੀ ਫਾਸਟ ਫੂਡ ਇੰਡਸਟਰੀ ਦੀ ਉਸ ਤੋਂ ਇਲਾਵਾ ਟੀਚਰਸ ਨੇ ਜਿਹੜੇ ਉਹਨਾਂ ਨੂੰ 2.2 ਤੋਂ ਲੈ ਕੇ 2.6% ਓਵਰ ਨੈਕਸਟ 3 years ਇਹ ਔਫਰ ਕੀਤਾ ਗਿਆ ਤਾਂ ਉਹਨਾਂ ਨੇ ਉਹ ਔਫਰ ਰਿਜੈਕਟ ਕਰ ਦਿੱਤੀ ਹੈ ਉਹ ਕਹਿੰਦੇ ਸਾਨੂੰ ਘੱਟ ਤੋਂ ਘੱਟ 16% ਚਾਹੀਦਾ ਓਵਰ ਨੈਕਸਟ 2 years ਬਿਲਕੁਲ ਬਿਲਕੁਲ ਅਨੁਜੀਤ ਰੋਜ਼ ਮੇਰਾ ਖਿਆਲ ਕੋਈ ਇਹੋ ਜਿਹਾ ਦਿਨ ਨਹੀਂ ਹੁੰਦਾ ਜਦੋਂ ਰੇਡੀਓ ਦੇ ਉੱਪਰ ਨੈਸ਼ਨਲ ਰੇਡੀਓ ਦੇ ਉੱਪਰ ਜਿਹੜੇ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਨੇ ਖਾਸ ਕਰਕੇ ਔਕਲੈਂਡ ਦੇ ਵਿੱਚ ਉਹ ਕਹਿੰਦੇ ਦੁਖੀ ਨੇ ਕਿ ਕੋਈ ਵੀ ਜਿਹੜਾ ਟੀਚਰ ਵਾ ਉਹ ਉੱਥੇ ਟਿਕ ਨਹੀਂ ਰਿਹਾ ਔਕਲੈਂਡ ਦੇ ਵਿੱਚ ਕਿਉਂਕਿ ਪ੍ਰੋਪਰਟੀ ਐਡੀ ਇਹ ਜਿਹੜੀ ਸਿਸਟਮ ਆ ਸਾਡਾ ਐਡਾ ਮਹਿੰਗਾ ਸ਼ਹਿਰ ਹੈ ਬਹੁਤ ਜ਼ਿਆਦਾ ਫੇਲਡ ਜਿਹਨੂੰ ਪੂੰਜੀਆਂ ਪਤੀਆਂ ਦਾ ਕੈਪੀਟਲਿਸਮ ਜੋ ਮਰਜ਼ੀ ਤੁਸੀਂ ਇਹਨੂੰ ਕਹਿਣਾ ਜਿਹੜੇ ਇਹ ਜਿਹੜੇ ਪ੍ਰੋਪਰਟੀ ਦੇ ਪ੍ਰਾਈਸ ਜਿਹੜੇ ਨਕਲੀ ਜਿਹੜੇ ਵਧਾਏ ਹੋਏ ਨੇ ਬੈਂਕਾਂ ਦੇ ਨਾਲ ਹੋਰ ਜਿਹੜੇ ਇਨਵੈਸਟਰ ਮਿਲ ਕੇ ਲੋਕਾਂ ਦਾ ਜਿਹੜਾ ਜੀਣਾ ਜਿਹੜਾ ਹਰਾਮ ਕੀਤਾ ਹੋਇਆ ਇਸ ਸਾਰੇ ਸਿਸਟਮ ਨੇ ਕੋਈ ਵੀ ਜਿਹੜਾ ਟੀਚਰ ਆ ਉਹਨੂੰ ਜੀ ਉਹ ਟਿਕ ਨਹੀਂ ਰਿਹਾ ਕਿਉਂਕਿ ਉਹ ਅਫੋਰਡ ਨਹੀਂ ਕਰ ਸਕਦੇ ਕਿਉਂਕਿ ਮੈਂ ਤੁਹਾਨੂੰ ਦੱਸਦੀ ਹਾਂ ਕਿਰਾਏ ਤੇ ਲੈਣਾ ਜਾਂ ਤਨਖਾਹ ਦੱਸਦੀ ਹਾਂ ਟੀਚਰ ਦੀ ਕਿੰਨੀ ਹੈ ਉਹ ਮੈਂ ਅੱਜ ਹੀ ਪੜ੍ਹ ਰਹੀ ਸੀ ਜਿਹੜਾ ਫਰੈਸ਼ ਗ੍ਰੈਜੂਏਟ ਟੀਚਰ ਹੈ ਜਿਹਨੇ ਟੀਚਰ ਟ੍ਰੇਨਿੰਗ ਵੀ ਕੀਤੀ ਹੈ ਗ੍ਰੈਜੂਏਸ਼ਨ ਤੋਂ ਬਾਅਦ ਉਹਦੀ ਤਨਖਾਹ ਮੇਰਾ ਖਿਆਲ $48,000 ਹੈ ਸਾਲ ਦੀ ਸੋ ਉਹ ਅਗਰ ਉਹਨਾਂ ਨੂੰ 2.26% ਜਿਹੜੀ ਉਹ ਦਿੰਦੇ ਸੀਗੇ ਤਿੰਨ ਸਾਲ ਬਾਅਦ ਉਹਨਾਂ ਦੀ ਤਨਖਾਹ ਸ਼ਾਇਦ 55,000 ਹੋ ਜਾਏਗੀ ਮੈਂ ਕਿੰਨੀ ਉਹਨਾਂ ਦੀ ਹੁਣ ਵੀ ਜੇ 55,000 ਹੋਏ ਉਹ ਬਹੁਤ ਘੱਟ ਹੈ ਉਹ ਵੀ ਤੇ ਐਵਰੇਜ ਘਰ ਦੀ ਕੀਮਤ $1,000,000 ਇੱਥੇ ਦੱਸੀ ਜਾਂਦੀ ਹੈ ਹਾਂਜੀ ਔਰ ਪੈਟਰੋਲ ਵੀ ਵੱਧ ਜਾਣਾ ਹੁਣ ਜੁਲਾਈ ਤੋਂ ਔਕਲੈਂਡ ਵਿੱਚ ਪੈਟਰੋਲ ਦੀ ਕੀਮਤ ਵੱਧ ਜਾਣੀ ਹੈ ਸੋ ਅਗਰ ਦੇਖੋ ਇਹ ਸਾਰੀਆਂ ਗੱਲਾਂ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਗੱਲ ਕਰ ਰਹੇ ਸੀਗੇ ਕਿ ਸਰਕਾਰਾਂ ਦਾ ਮਕਸਦ ਕੀ ਹੈ ਇੱਕ ਸਕੀਮ ਦੇ ਤਹਿਤ ਇਹ ਕੰਮ ਹੁੰਦਾ ਹੈ ਜਿਹੜੇ ਸਰਕਾਰੀ ਸਕੂਲ ਨੇ ਇੱਥੇ ਉਹਨਾਂ 'ਚ ਅਗਰ ਟੀਚਰ ਘੱਟਦੇ ਜਾਣਗੇ ਹੌਲੀ ਹੌਲੀ ਸਕੂਲ ਪ੍ਰਾਈਵੇਟਾਈਜੇਸ਼ਨ ਵੱਲ ਨੂੰ ਇਹ ਲਿਜਾਣਗੇ ਸੋ ਉਹਦਾ ਮਤਲਬ ਇਹ ਕਰਤਾ ਸੀ ਚਾਰਟਰ ਸਕੂਲ ਦਾ ਜਿਹਨੂੰ ਥੋੜੀ ਜੀ ਨੱਥ ਪਈ ਆ ਫਿਲਹਾਲ ਰੀਸੈਂਟਲੀ ਹਾਂਜੀ ਕਿਉਂਕਿ ਉਹ ਜਿਹੜੇ ਐਕਟ ਪਾਰਟੀ ਵਾਲੇ ਡੇਵਿਡ ਸੀਮੋਰ ਨੇ ਉਹ ਅੱਜ ਕੱਲ੍ਹ ਸਟਾਰ ਬਣਨ 'ਚ ਬੜੇ ਰੁੱਝੇ ਹੋਏ ਨੇ ਕੋਈ ਡਾਂਸ 'ਚੋਂ ਕੋਈ ਕੰਮ 'ਚੋਂ ਉਹ ਪਾਰਟੀਸਪੇਟ ਕਰ ਰਹੇ ਨੇ ਉਹ ਉਹਨਾਂ ਦਾ ਉਹ ਪੈਟ ਪ੍ਰੋਜੈਕਟ ਹੈਗਾ ਮੇਰਾ ਖਿਆਲ ਨਾ ਹਾਂਜੀ ਹਾਂ ਉਹ ਚਾਰਟਰ ਸਕੂਲ ਐਨੀਵੇ ਜਿਹੜੀ ਮੈਂ ਗੱਲ ਕਰੀ ਸੀਗੀ ਕਿ ਅਗਰ
ਇਸ ਤਰ੍ਹਾਂ ਹੀ ਇਹਨੂੰ ਇਗਨੋਰ ਕਰਦੇ ਰਹੇ ਇਹੋ ਜਿਹੀਆਂ ਸੇਵਾਵਾਂ ਨੂੰ, ਤੋ ਜਿਹੜੇ ਪ੍ਰਾਈਵੇਟ ਸਕੂਲ ਜਿਹੜੇ ਵੱਧ ਜਾਣਗੇ, ਪ੍ਰਾਈਵੇਟਾਈਜੇਸ਼ਨ ਵਧੇਗੀ ਐਜੂਕੇਸ਼ਨ ਦੀ, ਉਹਦਾ ਮਤਲਬ ਇਹ ਹੈ ਕਿ ਜਿਹੜੇ ਅਮੀਰ ਨੇ ਉਹ ਹੀ ਸਿਰਫ ਅਫੋਰਡ ਕਰ ਪਾਉਣਗੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਜਿਹੜੇ ਗਰੀਬ ਨੇ ਉਹ ਜਾਂ ਪੜ੍ਹਾ ਨਹੀਂ ਪਾਉਣਗੇ ਜਾਂ ਬਹੁਤ ਸਬਸਟੈਂਡਰਡ ਐਜੂਕੇਸ਼ਨ ਹੋ ਜਾਏਗੀ ਆਮ ਲੋਕਾਂ ਦੀ। ਇਕੱਲੇ ਸਿਰਫ ਐਜੂਕੇਸ਼ਨ ਦਾ ਮਾਮਲਾ ਨਹੀਂ ਅਨੂ ਜੀ, ਇਹ ਹੈਲਥ ਸੈਕਟਰ ਦੇ ਵਿੱਚ ਜੋ ਇੰਗਲੈਂਡ ਦੇ ਵਿੱਚ ਰੀਸੈਂਟਲੀ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਨਾਲ ਪਬਲਿਕ ਜਿਹੜੀ ਹੈਲਥ ਆ ਉਹ ਪ੍ਰਾਈਵੇਟ ਹੱਥਾਂ ਦੇ ਵਿੱਚ, ਗਰੁੱਪਾਂ ਵਰਗੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਉਹ ਚਾਹੁੰਦੀਆਂ ਵੀ ਸਾਨੂੰ ਕੰਟਰੈਕਟ ਦਿੱਤੇ ਜਾਣ ਲੋਕਾਂ ਦੀ ਦੇਖ ਰੇਖ ਕਰਨ ਵਾਸਤੇ, ਸੋ ਸਾਰਾ ਜਿਹੜਾ ਸਿਲਸਿਲਾ ਜਿਹੜਾ ਉੱਧਰ ਨੂੰ ਇਹ ਜਾ ਰਿਹਾ। ਬਿਲਕੁਲ ਬਿਲਕੁਲ, ਉਹ ਸੁਸਾਇਟੀ ਇਨ ਡਿਕਲਾਈਨ ਪਹਿਲਾਂ ਹੀ ਅਸੀਂ ਹੈਗੇ ਹਾਂ, ਉਹ ਹੋਰ ਉੱਧਰ ਨੂੰ ਜਾ ਰਹੀ ਹੈ ਗੱਲ। ਉਸ ਤੋਂ ਇਲਾਵਾ ਜਿਹੜੀ ਅੱਜ ਇੱਕ ਹੋਰ ਖਬਰ ਆਈ ਹੈ, ਇੱਥੇ ਇੱਕ ਯੂਨੀਅਨ ਹੈ ਜੀ PSA, ਪਬਲਿਕ ਸਰਵੈਂਟਸ ਐਸੋਸੀਏਸ਼ਨ, ਮੇਰੇ ਖਿਆਲ ਉਹਦਾ ਫੁੱਲ ਫੋਰਮ ਹੈ। ਸੋ ਜਿਹੜੀਆਂ ਸਰਕਾਰੀ ਅਦਾਰੇ ਨੇ ਜਾਂ ਸਟੇਟ ਓਨਡ ਇੰਟਰਪ੍ਰਾਈਜ਼ ਜਿਹੜੇ ਨੇ ਉਹ ਉਹ ਸੈਕਟਰ ਨੂੰ ਕਵਰ ਕਰਦੇ ਆ, ਤੋ ਵੈਸੇ ਤੇ ਉਹ ਹੈ ਤੇ ਢਿੱਲੀ ਜੀ ਆ, ਪਰ ਮੈਂ ਜਿਹੜਾ ਸ਼ਬਦ ਵਰਤਣਾ ਚਾਹੁੰਦੀ ਹਾਂ ਉਹ ਮੈਂ ਵਰਤ ਨਹੀਂ ਸਕਦੀ, ਮਤਲਬ ਇੱਥੇ ਅਗਰ ਕਹਾਂਗੀ ਕਿ ਸਭ ਤੋਂ ਕਮਜ਼ੋਰ ਯੂਨੀਅਨ ਅਗਰ ਕੋਈ ਹੈ ਤਾਂ ਉਹ PSA ਹੈ। ਮੇਰਾ ਖੁਦ ਦਾ ਪਾਵਰਫੁਲ ਹੋਣੀ ਚਾਹੀਦੀ ਕਿਉਂਕਿ ਪਬਲਿਕ ਸੈਕਟਰ। ਹਾਂਜੀ ਹਾਂਜੀ, ਮੈਂ ਵੀ ਮੈਂਬਰ ਰਹੀ ਹਾਂ ਉਹਨਾਂ ਦੀ 6 ਸਾਲ ਲਗਾਤਾਰ ਜਦੋਂ ਮੈਂ ਸਟੇਟ ਓਨਡ ਇੰਟਰਪ੍ਰਾਈਜ਼ ਇੱਕ ਲੈਬੋਰਟਰੀ 'ਚ ਕੰਮ ਕੀਤਾ, ਤਾਂ ਮੈਂ ਆਪਣੇ ਐਕਸਪੀਰੀਅੰਸ ਤੋਂ ਵੀ ਇਹ ਕਹਿ ਰਹੀ ਹਾਂ ਕਿ ਸਭ ਤੋਂ ਕਮਜ਼ੋਰ ਯੂਨੀਅਨ ਉਹਨੂੰ ਅਸੀਂ ਮੰਨਾਂਗੇ, ਪਰ ਉਹਨਾਂ ਦੇ ਵੀ ਜਿਹੜੇ ਮੈਂਬਰ ਨੇ 4,000 ਦੇ ਕਰੀਬ ਜਿਹੜੇ ਕਿ MBIE ਮਤਲਬ ਕਿ ਮਿਨਿਸਟਰੀ ਆਫ ਬਿਜ਼ਨਸ ਇਨੋਵੇਸ਼ਨ ਐਂਡ ਇੰਪਲੋਇਮੈਂਟ, ਜਿਹੜੀ ਕਿ ਪਹਿਲਾਂ ਲੇਬਰ ਡਿਪਾਰਟਮੈਂਟ ਜਿਹਨੂੰ ਕਿਹਾ ਜਾਂਦਾ ਸੀ, ਉਹ ਔਰ ਇਨਲੈਂਡ ਰੈਵਨਿਊ ਵਾਲੇ ਜਿਹੜੇ ਸਟਾਫ ਨੇ, ਉਹਨਾਂ ਨੇ ਐਲਾਨ ਕੀਤਾ ਕਿ ਉਹ ਵੀ ਹੜਤਾਲ ਕਰਨਗੇ। ਇਹਨਾਂ ਨੇ ਮੇਰਾ ਖਿਆਲ ਇੱਕ ਟੋਕਨ ਜੈਸਚਰ ਵੀ ਕਿਹਾ ਜਾ ਸਕਦਾ, ਪਰ ਐਨੀਵੇ ਇੱਕ ਸ਼ੁਰੂਆਤ ਵੀ ਹੋ ਸਕਦੀ ਹੈ ਸ਼ਾਇਦ ਇੱਕ ਜੁਝਾਰੂ ਮੂਵਮੈਂਟ ਦੀ, ਮੈਨੂੰ ਪਤਾ ਨਹੀਂ। 2 ਹੜਤਾਲਾਂ ਕਰਨਗੇ 2-2 ਘੰਟੇ ਦੀਆਂ ਜੁਲਾਈ ਵਿੱਚ, ਸਮ ਟਾਈਮ ਇਨ ਜੁਲਾਈ। ਤੋ ਇਹਨਾਂ ਦੇ ਜਿਹੜੇ ਇਸ਼ੂਜ਼ ਨੇ ਕਿ ਜਿਹੜੇ ਤੇ ਸੀਨੀਅਰ ਸਟਾਫ ਨੇ, ਮੇਰਾ ਖਿਆਲ ਉਹਨਾਂ ਨੂੰ ਸ਼ਾਇਦ ਕੋਈ ਇੰਨੀ ਦਿੱਕਤ ਨਹੀਂ ਹੈ, ਜਿਹੜੇ ਲੋਅਰ ਗ੍ਰੇਡਸ ਦੇ ਸਟਾਫ ਨੇ, ਕਾਲ ਸੈਂਟਰਸ ਵਾਲੇ ਸਟਾਫ ਨੇ, ਉਹਨਾਂ ਨੂੰ ਜਿਹੜੀ ਤਨਖਾਹਾਂ ਵਧਾਈਆਂ ਜਾਂਦੀਆਂ ਨੇ ਉਹ ਪਰਫੋਰਮੈਂਸ ਰਿਲੇਟਡ ਪੇ ਇਨਕਰੀਮੈਂਟਸ ਹੁੰਦੇ ਨੇ ਉਹਨਾਂ ਦੇ, ਔਰ ਉਹਨਾਂ ਨੂੰ ਬੜੇ ਅਨਰਿਲਿਸਟਿਕ ਟਾਰਗੇਟਸ ਦਿੱਤੇ ਜਾਂਦੇ ਨੇ ਜਿਹੜੇ ਕਿ ਉਹ ਪ੍ਰੈਕਟੀਕਲੀ ਮੀਟ ਵੀ ਨਹੀਂ ਕਰ ਪਾਉਂਦੇ। ਸੋ ਇਹ ਗੱਲਾਂ ਨੂੰ ਲੈ ਕੇ ਉਹਨਾਂ ਦੇ ਜਿਹੜੇ 4,000 ਦੇ ਕਰੀਬ ਮੈਂਬਰ ਨੇ PSA ਦੇ, ਉਹ ਵੀ ਹੜਤਾਲ ਕਰਨ ਜਾ ਰਹੇ ਨੇ। ਤੋ ਇਹਨਾਂ ਨੂੰ ਮੇਰਾ ਇਹ ਕੰਮ ਜਿਹੜਾ ਟਾਰਗੇਟ ਵਾਲਾ ਕੰਮ, ਜਿਹੜੇ ਅਨਰੀਅਲਿਸਟਿਕ ਟਾਰਗੇਟ ਕਾਰਪੋਰੇਟ ਸੈਕਟਰ ਦੇ ਕੰਮ ਹੁੰਦੇ ਰਹੇ, ਜੋ ਹੁੰਦੇ ਸੀਗੇ ਇਹ ਹੁਣ ਸਰਕਾਰੀ ਅਦਾਰਿਆਂ ਦੇ ਵਿੱਚ ਵੀ ਇਹੋ ਜਿਹੇ ਕਾਫੀ ਅਰਸੇ ਤੋਂ ਬਿਲਕੁਲ ਉਸੇ ਚੱਲ ਰਹੇ ਨੇ, ਪ੍ਰਾਈਵੇਟਾਈਜੇਸ਼ਨ ਵੱਲ ਜਾ ਰਿਹਾ ਹੈ। ਸੋ ਇਹਨਾਂ ਨੂੰ ਆਸ ਹੈ ਕਿ ਇਹਨਾਂ ਨੂੰ ਲੱਗਦਾ ਹੈ, ਆਸ ਨਹੀਂ ਕਿ ਇਹਨਾਂ ਨੂੰ ਪਤਾ ਹੈ ਕਿ ਇਹਨਾਂ ਨੂੰ ਜਦੋਂ ਵਾਧਾ ਕੀਤਾ ਗਿਆ ਇਹਨਾਂ ਦੀਆਂ ਤਨਖਾਹਾਂ 'ਚ 3.2% ਇੱਥੇ ਕਜੇ ਕੀਤਾ ਜਾਏਗਾ, ਜਿਹੜਾ ਕਿ ਉਹਨਾਂ ਨੂੰ ਮਨਜ਼ੂਰ ਨਹੀਂ ਹੈ। ਸੋ ਇਨ ਪ੍ਰੈਪਰੇਸ਼ਨ ਫੋਰ ਦੈਟ ਇਹਨਾਂ ਨੇ ਅੱਜ ਐਲਾਨ ਕੀਤਾ ਕਿ ਇਹ ਵੀ ਹੜਤਾਲ ਕਰਨਗੇ। ਤੋ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਬਹੁਤ ਵਧੀਆ ਹੋ ਰਿਹਾ ਹੈ। ਬਿਲਕੁਲ ਜੀ, ਆਮ ਸ਼ਾਇਦ ਜਿਹੜੇ ਸਾਡੇ ਜਨ ਸਧਾਰਨ ਨੇ ਉਹਨਾਂ ਨੂੰ ਲੱਗੇ ਕਿ ਬੜਾ ਖਲਲ ਪੈ ਰਿਹਾ ਹੈ ਕਿ ਸ਼ਾਂਤੀ ਭੰਗ ਹੋ ਰਹੀ ਹੈ। ਬਖਸ਼ੀ ਸਾਹਿਬ ਕਹਿੰਦੇ ਨੇ ਵੀ ਲੇਬਰ ਦੀ ਗਵਰਨਮੈਂਟ ਆ ਗਈ ਤੇ ਸਾਰਾ ਸਟੈਂਡ ਸਟਿਲ ਹੋ ਗਿਆ ਕਿਉਂਕਿ ਹੜਤਾਲਾਂ ਹੋ ਰਹੀਆਂ ਨੇ, ਸਟ੍ਰਾਈਕ ਹੋ ਰਹੀਆਂ ਨੇ। ਇਹ ਹੈਲਥੀ ਜਿਹੜੀ ਡੈਮੋਕ੍ਰੇਸੀ ਆ, ਡੈਮੋਕ੍ਰੇਸੀ ਦਾ ਉਹਦੀ ਨਿਸ਼ਾਨੀ ਆ ਇਹ ਯੂਨੀਅਨ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਸਟਰੋਂਗ ਹੋਣ ਲੋਕੀ, ਆਪਣੇ ਹੱਕਾਂ ਦੇ ਵਾਸਤੇ ਆਪਣੇ ਪੈਰਾਂ ਤੇ ਖੜਨ। ਅਸੀਂ ਇਹ ਨਹੀਂ ਕਹਿ ਰਹੇ ਕਿ ਲੇਬਰ ਸਰਕਾਰ ਚੰਗਾ ਕਰ ਰਹੀ ਹੈ, ਸਾਡੀ ਗੱਲ
ਗੱਲ ਦਾ ਇਹ ਮਤਲਬ ਨਾ ਲਿਆ ਜਾਵੇ। ਮੈਂ ਤਾਂ ਸਿਰਫ ਉਹਨਾਂ ਦੇ ਕਮੈਂਟ ਜਿਹੜੇ ਉਹਨਾਂ ਦੇ ਆਰਟੀਕਲ ਦੇਖ ਰਹੇ ਨੇ ਬਾਕੀ ਸਭ, ਮਤਲਬ ਇਹ ਹੈ ਕਿ ਹਾਂ ਯੂਨੀਅਨਸ ਸਟਰੋਂਗ ਅਗਰ ਹੋਈਆਂ ਨੇ ਤੋ ਜਿਹੜੇ ਵਰਕਰਸ ਨੇ ਉਹ ਸਟਰੋਂਗ ਨੇ, ਤੋ ਉਹਨਾਂ 'ਚ ਇੰਨੀ ਹਿੰਮਤ ਔਰ ਇੰਨਾ ਕੌਨਫੀਡੈਂਸ ਹੈ ਕਿ ਉਹ ਆਪਣੇ ਹੱਕਾਂ ਵਾਸਤੇ ਆਵਾਜ਼ ਉਠਾ ਸਕਦੇ ਨੇ, ਤੋ ਇਸ ਕਰਕੇ ਅਸੀਂ ਸਾਨੂੰ ਇਹ ਲੱਗਦਾ ਕਿ ਬੜਾ ਚੰਗਾ ਸਮਾਂ ਇੱਕ ਸ਼ੁਰੂਆਤ ਹੋਈ ਹੈ ਚੰਗੇ ਦੌਰ ਦੀ। ਆਸ ਹੈ ਕਿ ਇਹ ਹੋਰ ਜ਼ਿਆਦਾ ਜਿਹੜਾ ਸਟਰੋਂਗਰ ਬਣੇਗੀ ਮੂਵਮੈਂਟ ਵਰਕਰਸ ਦੀ ਇੱਥੇ, ਤੋ ਕੋਈ ਚੰਗੇ ਸਿੱਟੇ ਇਹਦੇ 'ਚੋਂ ਨਿਕਲਣਗੇ। ਔਰ ਮੈਂ ਇਹਦੇ 'ਚੋਂ ਇਹ ਵੀ ਆਸ ਕਰਦੀ ਹਾਂ ਕਿ ਜਿਹੜੇ ਸਾਡੇ ਪ੍ਰਵਾਸੀ ਵਰਕਰ ਨੇ, ਜਿਹੜੇ ਮਾਈਗਰੈਂਟ ਵਰਕਰ ਨੇ, ਉਹ ਵੀ ਇਹਦੇ 'ਚੋਂ ਸ਼ਾਇਦ ਕੁਛ ਸਿੱਖਣਗੇ ਕਿ ਸਾਨੂੰ ਇਹ ਡਰਦੇ ਨਹੀਂ ਰਹਿਣਾ ਚਾਹੀਦਾ ਕਿ ਸਾਡੇ PR ਜਿਹੜੀ ਹੈ ਪਤਾ ਨਹੀਂ ਜਿਹੜੀ ਹੋਣੀ ਕਿ ਨਹੀਂ ਹੋਣੀ, ਪਤਾ ਨਹੀਂ ਕਿੰਨੀ ਕਿੰਨੇ ਸਾਲ ਪੈ ਕੇ ਹੋਣੀ ਹੈ, ਅਸੀਂ ਉਹਨੂੰ ਸੇਫ ਕਰਦੇ ਕਰਦੇ ਹੁਣ ਜਿਹੜੀ ਹੁਣ ਸਾਡੀ ਲੁੱਟ ਖਸੁੱਟ ਹੋ ਰਹੀ ਹੈ ਉਹਦੇ ਖਿਲਾਫ਼ ਵੀ ਆਵਾਜ਼ ਨਾ ਉਠਾਈਏ। ਸੋ ਇਹਦੇ 'ਚੋਂ ਮੇਰਾ ਖਿਆਲ ਹੈ ਸਾਡੇ ਸਾਰਿਆਂ ਲਈ ਸਿੱਖਣ ਲਈ ਕੁਛ ਨਾ ਕੁਛ ਹੈ ਕਿ ਮਾਈਗਰੈਂਟ ਵਰਕਰਸ ਜਿਹੜੇ ਨੇ ਉਹਨਾਂ ਨੂੰ ਵੀ ਥੋੜ੍ਹੇ ਬਲਵਾਨ ਬਣਨਾ ਚਾਹੀਦਾ ਹੈ ਔਰ ਆਪਣੀਆਂ ਮੰਗਾਂ ਜਿਹੜੀਆਂ ਨੇ, ਜਾਇਜ਼ ਵਾਜਿਬ ਮੰਗਾਂ ਨੇ, ਕਾਨੂੰਨ ਜਿਹੜੀਆਂ ਕਿ ਸਾਡੇ ਹੱਕ ਨੇ, ਉਹਨਾਂ ਵਾਸਤੇ ਆਵਾਜ਼ ਉਠਾਉਣੀ ਚਾਹੀਦੀ ਹੈ ਔਰ ਸੰਘਰਸ਼ ਕਰਨਾ ਚਾਹੀਦਾ। ਤੋ ਇਹਦੇ ਨਾਲ ਇੱਕ ਹੋਰ ਜਿਹੜਾ ਸਾਡਾ ਇਵੈਂਟ ਆਉਣ ਵਾਲਾ ਉਹਦੇ ਬਾਰੇ ਵੀ ਸਰੋਤਿਆਂ ਨੂੰ ਦੱਸ ਦਈਏ ਕਿ ਆਉਂਦੇ ਸਨਿਚਰਵਾਰ ਯਾਨੀ ਕਿ 23 June ਨੂੰ ਦੁਪਹਿਰ 2:30 ਅਸੀਂ ਸਾਡੇ ਜਿਹੜੇ ਭਾਰਤੀ ਵਿਦਿਆਰਥੀ ਕਿੰਨਾ ਸਾਲ ਤੋਂ ਉੱਪਰ ਹੋ ਗਿਆ ਹੁਣ, ਪਿਛਲੇ ਸਾਲ ਫਰਵਰੀ ਮਾਰਚ ਵਿੱਚ ਡਿਪੋਰਟ ਕੀਤੇ ਗਏ ਸੀਗੇ ਬੜੇ ਅਨਫੇਅਰ ਤਰੀਕੇ ਨਾਲ, ਉਹ ਹੁਣ ਤੱਕ ਜਿਹੜਾ ਉਹ ਓਮਬਡਸਮੈਨ ਕੋਲ ਉਹਨਾਂ ਦੀ ਜਿਹੜੀ ਦਰਖਾਸਤ ਪਹੁੰਚੀ ਹੋਈ ਸੀਗੀ ਕਿ ਉਹ ਡਿਪੋਰਟੇਸ਼ਨ ਜਿਹੜੀ ਉਹਨਾਂ ਦੀ ਹੋਈ ਉਹਨੂੰ ਉਹ ਇਨਵੈਸਟੀਗੇਟ ਕਰੇ ਓਮਬਡਸਮੈਨ, ਤੋ ਉਹਨਾਂ ਨੇ ਸਾਲ ਤੋਂ ਉੱਪਰ ਲਗਾ ਦਿੱਤਾ। ਔਰ ਸਾਨੂੰ ਜਦੋਂ ਅਸੀਂ ਸੀਨੀਅਰ ਜਿਹੜੇ ਮਿਨਿਸਟਰ ਨੇ ਉਹਨਾਂ ਨੂੰ ਅਪਰੋਚ ਕਰਦੇ ਸੀਗੇ, ਬਾਰ ਬਾਰ ਸਾਨੂੰ ਇਹੀ ਕਿਹਾ ਜਾਂਦਾ ਸੀਗਾ ਕਿ ਜਦੋਂ ਤੱਕ ਓਮਬਡਸਮੈਨ ਦੀ ਰਿਪੋਰਟ ਨਹੀਂ ਆਉਂਦੀ ਅਸੀਂ ਉਹਦੇ ਬਾਰੇ ਕੁਛ ਨਹੀਂ ਕਰ ਸਕਦੇ ਹੈਗੇ। ਸੋ ਇਸ ਟਾਈਮ ਜਿਹੜੀ ਰਿਪੋਰਟ ਓਮਬਡਸਮੈਨ ਨੇ ਸਰਕਾਰ ਨੂੰ ਦਿੱਤੀ ਹੋਈ ਹੈ ਉਹਨੂੰ ਰਿਵਿਊ ਕਰਨ ਵਾਸਤੇ, ਹਾਂਜੀ 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 ਹਾਂ, ਇਮੀਗ੍ਰੇਸ਼ਨ ਨਿਊਜ਼ੀਲੈਂਡ 2 or 3 times ਵਾਰੀ ਐਕਸਟੈਂਸ਼ਨ ਵੀ ਲੈ ਚੁੱਕੀ ਹੈ ਓਮਬਡਸਮੈਨ ਕੋਲੋਂ ਇਨਵੈਸਟੀਗੇਸ਼ਨ ਲਈ। ਤੋ ਉਹ ਪਿਛਲੇ ਹਫ਼ਤੇ ਐਲਸਟਰ ਸਾਡੇ ਨਾਲ ਸਟੂਡੀਓ 'ਚ ਸਨ, ਜਿਹੜੇ ਮੇਨ ਕੰਟੈਕਟ ਨੇ ਓਮਬਡਸਮੈਨ ਨਾਲ ਸਟੂਡੈਂਟਸ ਦੇ ਬਿਹਾਫ 'ਤੇ। ਤੋ ਓਮਬਡਸਮੈਨ ਨੇ ਐਲਸਟਰ ਨੂੰ ਇਹ ਇਨਫੋਰਮ ਕੀਤਾ ਕਿ ਇਨਵੈਸਟੀਗੇਸ਼ਨ ਕੰਪਲੀਟ ਹੋ ਚੁੱਕੀ ਹੈ, ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਸਾਰੀ ਰਿਪੋਰਟ ਜਿਹੜੀ ਹੈ ਓਮਬਡਸਮੈਨ ਨੂੰ ਦੇ ਦਿੱਤੀ ਹੈ, ਪਿਛਲੇ ਹਫ਼ਤੇ ਦੀ ਗੱਲ ਹੈ। ਹਾਂਜੀ, ਤੋ ਓਮਬਡਸਮੈਨ ਦਾ ਹੁਣ ਇਹ ਹੈ ਕਿ 1 month ਵੀ ਲੱਗ ਸਕਦਾ, 2 months ਵੀ ਲੱਗ ਸਕਦੇ ਆ ਉਹ ਸਾਰੀ ਗੱਲ ਰਿਲੀਜ਼ ਕਰਨ ਲਈ। ਸੋ ਅਸੀਂ ਇਹ ਕਹਿ ਰਹੇ ਹਾਂ, ਸਟੂਡੈਂਟਸ ਜਿਹੜੇ ਵਾਪਸ ਭਾਰਤ ਜਾ ਚੁੱਕੇ ਨੇ ਉਹ ਇਹ ਕਹਿ ਰਹੇ ਨੇ ਕਿ ਅਸੀਂ ਹੋਰ ਇੰਤਜ਼ਾਰ ਨਹੀਂ ਕਰਨਾ, ਇਸ ਕਰਕੇ ਅਸੀਂ ਉਹ ਦੁਬਾਰਾ ਤੋਂ ਸੰਘਰਸ਼ ਜਿਹੜਾ ਨਾ ਉਹਨੂੰ ਇੱਕ ਵਾਰ ਫਿਰ ਗਰਮ ਕਰਨਾ ਚਾਹੁੰਦੇ। ਬਿਲਕੁਲ 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 ਜੀ, ਬਹੁਤ ਲੰਬਾ ਸਮਾਂ। ਹਾਂਜੀ, ਆਉਂਦੇ ਸਨਿਚਰਵਾਰ ਸਾਰਿਆਂ ਨੂੰ ਦਰਖਾਸਤ ਹੈ ਕਿ ਤੁਸੀਂ ਪਹੁੰਚਣਾ ਹੈ ਜੀ ਇਹ ਜਸਿੰਡਾ ਅਰਡਨ ਦਾ ਜਿਹੜਾ ਇਲੈਕਟ੍ਰੇਟ ਆਫਿਸ ਹੈ, ਨਿਊ ਨੌਰਥ ਰੋਡ 658 ਨੰਬਰ ਹੈ ਜੀ, ਨਿਊ ਨੌਰਥ ਰੋਡ ਮੋਰਨਿੰਗ ਸਾਈਡ, ਜਿਹੜਾ ਵੈਸਟਰਨ ਸਪ੍ਰਿੰਗਸ ਏਰੀਆ 'ਚ ਪੈਂਦਾ ਹੈ ਮੋਰਨਿੰਗ ਸਾਈਡ। ਤੋ ਉੱਥੇ ਸਾਰੇ ਪਹੁੰਚੋ ਦੁਪਹਿਰ 2:30 ਅਗਲੇ ਸਨਿਚਰਵਾਰ। ਤੋ ਉੱਥੇ ਅਸੀਂ ਇੱਕ ਗੈਦਰਿੰਗ ਜਾਂ ਰੈਲੀ ਜਾਂ ਪ੍ਰੋਟੈਸਟ ਜੋ ਵੀ ਤੁਸੀਂ ਉਹਨੂੰ ਨਾਂ ਦੇਣਾ ਦੇ ਸਕਦੇ ਹੋ, ਉੱਥੇ ਇਕੱਤਰ ਹੋਵਾਂਗੇ। ਅਸੀਂ ਦੁਬਾਰਾ ਤੋਂ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਓਮਬਡਸਮੈਨ ਦੀ ਰਿਪੋਰਟ ਜਿਹੜੀ ਹੈ ਜਦੋਂ ਆਉਣੀ ਹੋਏਗੀ ਆ ਜਾਏਗੀ, ਸਰਕਾਰ ਜਿਹੜੀ ਹੈ ਕਿਸੇ ਵੀ ਵਕਤ ਇੰਟਰਵੀਨ ਕਰਕੇ ਇਸ ਮਸਲੇ ਨੂੰ ਓਵਰਟਰਨ ਕਰ ਸਕਦੀ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ, ਘੱਟੋ ਘੱਟ 6-7 months ਦਾ ਸਮਾਂ ਇਹਨਾਂ ਨੇ ਜ਼ਿਆਦਾ ਇਹ ਸਾਰੀ ਗੱਲਬਾਤ ਦੇ ਵਿੱਚ ਲਿਆ। ਹਾਂਜੀ, ਔਰ ਅਸੀਂ ਭਰੋਸਾ ਕੀਤਾ ਇਹਨਾਂ 'ਤੇ, ਠੀਕ ਹੈ, ਪਰ ਜਿਸ ਤਰੀਕੇ ਦੇ ਨਾਲ ਸਾਨੂੰ ਥੋੜ੍ਹੇ ਸਾਈਨ ਵੀ ਆ ਰਹੇ ਕਿ ਸ਼ਾਇਦ
ਠੀਕ ਪਤਾ ਨਹੀਂ ਕਿਹੋ ਜਿਹੀ ਰਿਪੋਰਟ ਹੋਊਗੀ ਹਾਂਜੀ ਉਹ ਤਾਂ ਪਰ ਅਸੀਂ ਸਰਕਾਰ ਤੇ ਇਸ ਤਰੀਕੇ ਨਾਲ ਅਸੀਂ ਪ੍ਰੈਸ਼ਰ ਜਿਹੜਾ ਹਾਂ ਦੇਖੋ ਅਗਰ ਰਿਪੋਰਟ ਸਟੂਡੈਂਟਸ ਦੇ ਖਿਲਾਫ ਵੀ ਆਉਂਦੀ ਹੈ ਕਿ ਟੋਟਲੀ ਨੈਗੇਟਿਵ ਆਉਂਦੀ ਹੈ ਕਿ ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਕੀਤਾ ਜੋ ਕੀਤਾ ਸਹੀ ਕੀਤਾ ਫਿਰ ਵੀ ਉਹ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੀਆਂ ਜਿਹੜੀਆਂ ਪਾਲਿਸੀਜ਼ ਜਿਨ੍ਹਾਂ ਦੇ ਤਹਿਤ ਉਹ ਸਟੂਡੈਂਟ ਡਿਪੋਰਟ ਹੋਏ ਨੇ ਉਹ ਇਸ ਤੋਂ ਪਹਿਲੀ ਜਿਹੜੀ ਸਰਕਾਰ ਨੈਸ਼ਨਲ ਪਾਰਟੀ ਦੀ ਸੀ ਉਹਨਾਂ ਦੀਆਂ ਬਣਾਈਆਂ ਨੀਤੀਆਂ ਸਨ ਬਿਲਕੁਲ ਕੀ ਲੇਬਰ ਨੂੰ ਮਨਜ਼ੂਰ ਹੈ ਕਿ ਉਹ ਜਿਹੜੀ ਇਹਨਾਂ ਦੀ ਓਪੋਜੀਸ਼ਨ ਹੈ ਇਸ ਵਕਤ ਉਹਨਾਂ ਦੀਆਂ ਨੀਤੀਆਂ ਤੇ ਇਹਨਾਂ ਨੇ ਚੱਲਦੇ ਰਹਿਣਾ ਅੱਗੇ ਤੱਕ ਸੋ ਸਾਡੀ ਇਹ ਵੀ ਇੱਕ ਇੱਕ ਚੈਲੰਜ ਹੋਏਗਾ ਸਰਕਾਰ ਨੂੰ ਕਿ ਕੀ ਗੱਲ ਇਹ ਸਰਕਾਰ ਦਾ ਇਹ ਫਰਜ਼ ਨਹੀਂ ਬਣਦਾ ਕਿ ਜਿਹੜੀ ਇਹਨਾਂ ਦੀ ਵਿਰੋਧੀ ਧੁਰ ਹੈ ਉਹਨਾਂ ਦੀਆਂ ਨੀਤੀਆਂ ਨੂੰ ਓਵਰਟਰਨ ਕਰਕੇ ਇੱਕ ਸਹੀ ਤਰੀਕੇ ਦੀਆਂ ਜਿਹੜੀਆਂ ਮਾਈਗ੍ਰੈਂਟ ਜਿਹੜੇ ਬਹੁਤ ਜ਼ਿਆਦਾ ਇੱਥੇ ਕੰਟਰੀਬਿਊਟ ਕਰਦੇ ਨੇ ਉਹਨਾਂ ਦੇ ਪੱਖ ਵਿੱਚ ਕੋਈ ਕੰਮ ਕਰਕੇ ਦਿਖਾਉਣੇ ਨਾਲੇ ਉਹਨੂੰ ਜੀ ਇੱਕ ਮਨੁੱਖੀ ਜਿਹੜੇ ਇੱਕ ਇਹਨਾਂ ਨੇ ਇੱਕ ਇਨਸਾਨ ਹੋਣ ਦੇ ਨਾਤੇ ਜਸਿੰਦਾ ਅਰਜੁਨ ਅਤੇ ਆਪਣੇ ਪੀਟਰ ਜਿਹੜੇ ਮਿਨਿਸਟਰ ਨੇ ਆਪਣੇ ਇਮੀਗ੍ਰੇਸ਼ਨ ਦੇ ਮਿਨਿਸਟਰ ਨਹੀਂ ਨਹੀਂ ਵਿਨਸਟਨ ਪੀਟਰ ਵਿਨਸਟਨ ਪੀਟਰ ਹਾਂਜੀ ਐਕਟਿੰਗ ਪ੍ਰਾਈਮ ਮਿਨਿਸਟਰ ਬਣਨ ਵਾਲੇ ਨੇ ਜਿਹੜੇ ਜਲਦੀ ਉਹ ਜਸਿੰਦਾ ਅਰਜੁਨ ਤੇ ਉਹਨਾਂ ਨੂੰ ਚਰਚ ਦੇ ਵਿੱਚ ਮਿਲਣ ਵੀ ਆਏ ਸੀ ਵਾਅਦਾ ਵੀ ਕੀਤਾ ਸੀਗਾ ਕਿ ਅਸੀਂ ਤੁਹਾਡੇ ਵਾਸਤੇ ਜਿਹੜੇ ਸਰਕਾਰ ਚਾਹੇ ਤੇ ਇਸ ਨੂੰ ਜ਼ਰੂਰ ਵੇਖਾਂਗੇ ਸਿੰਪਥੀ ਜ਼ਾਹਰ ਕੀਤੀ ਸੀ ਵਿਨਸਟਨ ਪੀਟਰ ਦੇ ਵੀ ਬਿਆਨ ਹੈ ਹਾਂਜੀ ਇਵਨ ਹਾਂਜੀ ਵਿਨਸਟਨ ਪੀਟਰ ਦੇ ਉਹਦਾ ਬਿਆਨ ਤੇ ਹੈ ਕਿ ਸਟੂਡੈਂਟਸ ਨੂੰ ਡਿਪੋਰਟ ਨਹੀਂ ਕਰਨਾ ਚਾਹੀਦਾ ਜਦੋਂ ਤੱਕ ਇਨਵੈਸਟੀਗੇਸ਼ਨ ਹੋ ਰਹੀ ਹੈ ਇਹਨਾਂ ਨੂੰ ਇੱਥੇ ਨਿਊਜ਼ੀਲੈਂਡ 'ਚ ਹੀ ਰਹਿਣ ਦਾ ਮੌਕਾ ਹੋਣਾ ਚਾਹੀਦਾ ਹੈ ਜਦ ਤੱਕ ਇਨਵੈਸਟੀਗੇਸ਼ਨ ਕੰਪਲੀਟ ਨਹੀਂ ਹੁੰਦੀ ਸੋ ਇਹ ਔਨ ਰਿਕਾਰਡ ਉਹਨਾਂ ਦਾ ਬਿਆਨ ਹੈ ਵਿਨਸਟਨ ਪੀਟਰ ਦਾ ਤਾਂ ਸੋ ਬੇਨਤੀ ਹੈ ਜੀ ਸਾਰੇ ਸਰੋਤਿਆਂ ਨੂੰ ਜਿੰਨੇ ਸੁਣ ਰਹੇ ਨੇ ਇਸ ਸੰਘਰਸ਼ ਦੇ ਵਿੱਚ ਜ਼ਰੂਰ ਸ਼ਾਮਿਲ ਹੋਵੋ ਕਿਉਂਕਿ ਜੇ ਨਹੀਂ ਆਵਾਜ਼ ਉਠਾਵਾਂਗੇ ਤੇ ਇਹੋ ਜਿਹੇ ਜਿਹੜੇ ਧੱਕਾ ਆ ਉਹ ਹੁੰਦਾ ਰਹੇਗਾ ਹੁੰਦਾ ਰਹੇਗਾ ਸੋ ਇਸ ਸੰਘਰਸ਼ ਦੇ ਵਿੱਚ ਜ਼ਰੂਰ ਸ਼ਾਮਿਲ ਹੋਵੋ ਜੀ ਜੀ ਸੋ ਦੋਸਤੋ ਅਸੀਂ ਇਹ ਅਨੂ ਜੀ ਗੱਲਬਾਤ ਬਹੁਤ ਚਿਰਾਂ ਦੀ ਕਰਨਾ ਚਾਹੁੰਦੇ ਸੀਗੇ ਸਾਡੇ ਬਹੁਤ ਹੀ ਇਹ ਪਿਆਰੇ ਸਤਿਕਾਰਤ ਯੂਨੀਅਨ ਲੀਡਰ ਜਿਹੜਾ ਇਹਨਾਂ ਕੈਨੇਡਾ ਦੇ ਵਿੱਚ ਇਹਨਾਂ ਨੇ ਕਾਫੀ ਯੂਨੀਅਨ ਦੇ ਵਿੱਚ ਕੰਮ ਕੀਤਾ ਜਿਹੜੀ ਇੰਟਰਨੈਸ਼ਨਲ ਵੁੱਡ ਵਰਕਰਸ ਆਫ ਅਮੈਰੀਕਾ ਸੀਗੀ IWA ਹਾਂਜੀ ਠੀਕ ਹੈ ਤੇ ਇਹ ਸਾਥੀ ਨੇ ਸਾਡੇ ਦਰਸ਼ਨ ਸਿੰਘ ਕੈਨੇਡੀਅਨ ਇਹਨਾਂ ਦਾ ਜਿਹੜਾ ਪਿੰਡ ਹੈਗਾ ਆ ਉਹ ਲੰਗੇਰੀ 1917 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਕਿਹੜੇ ਜ਼ਿਲ੍ਹੇ ਚ ਆਪਣੇ ਗੜਸ਼ੰਕਰ ਹੁਸ਼ਿਆਰਪੁਰ ਡਿਸਟ੍ਰਿਕਟ ਮਾਹਲਪੁਰ ਸ਼ਾਇਦ ਡਿਸਟ੍ਰਿਕਟ ਕਾਫੀ ਹੈ ਹੁਸ਼ਿਆਰਪੁਰ ਜਿਹਨਾਂ ਨੂੰ ਨਈ ਏਰੀਆ ਦਾ ਪਤਾ ਉਹਨਾਂ ਨੂੰ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਤੇ ਇਹ ਕੈਨੇਡਾ ਦੇ ਵਿੱਚ 1942 ਤੋਂ 1946 ਤੱਕ ਪੂਰੇ ਅਮੈਰੀਕਾ ਦੇ ਅਨੂ ਜੀ ਜਿਹਦੇ ਵਿੱਚ ਕੈਨੇਡਾ ਤੇ ਅਮੈਰੀਕਾ ਜਿਹੜਾ ਨੌਰਥ ਅਮੈਰੀਕਾ ਕਹਿ ਰਹੇ ਤੁਸੀਂ ਉਹ ਪੂਰੇ ਦੇ ਵਿੱਚ ਇਹ ਜਨਰਲ ਸੈਕਟਰੀ ਸੀਗੇ ਜਿਹੜੀ ਇਹ IWA ਜਿਹੜੀ ਆਰੇ ਮਾਈਗ੍ਰੇਸ਼ਨ ਜਿਹੜੇ ਲੋਕ ਹੋਏ ਨੇ ਕੈਨੇਡਾ ਦੇ ਵਿੱਚ ਸਾਡੇ ਪਰਿਵਾਰ ਚ ਵੀ ਸੀਗੇ ਉਹਨਾਂ ਨੂੰ ਜਿਹੜਾ ਕੰਮ ਮਿਲਦਾ ਸੀਗਾ ਉਹ ਬਹੁਤ ਰਿਮੋਟ ਏਰੀਆ ਦੇ ਵਿੱਚ ਦਰਖਤਾਂ ਨੂੰ ਕੱਟਣ ਦਾ ਉਹ ਆਰੇ ਜਿਹੜੇ ਸੀਗੇ ਲੱਕੜ ਦਾ ਹੀ ਕੰਮ ਮੇਨਲੀ ਹੁੰਦਾ ਸੀਗਾ ਤੇ ਉਹਦੇ ਵਿੱਚ ਜਿਹੜਾ ਧੱਕਾ ਹੁੰਦਾ ਸੀਗਾ ਅਗਰ ਉਸ ਤੋਂ ਪਿੱਛੇ ਜਾਈਏ 1937 ਵਿੱਚ ਗਏ ਨੇ ਉੱਥੇ ਕੈਨੇਡਾ ਐਜ਼ ਅ ਸਟੂਡੈਂਟ ਵਿਦਿਆਰਥੀ ਪਰ ਇਹਨਾਂ ਨੇ ਉਹ ਆਪਣੇ ਉਹ ਆਰਥਿਕ ਹਾਲਾਤ ਠੀਕ ਨਾ ਹੋਣ ਕਰਕੇ ਆਪਣੀ ਪੜ੍ਹਾਈ ਇਹਨਾਂ ਨੇ ਪੂਰੀ ਨਹੀਂ ਸੀ ਕੀਤੀ ਇਹਨਾਂ ਨੂੰ ਕੰਮ ਕਰਨਾ ਪਿਆ ਸੋ ਮੈਂ ਉਹ ਪੜ੍ਹ ਕੇ ਆਜੂਗਾ ਜੀ ਫਿਰ 25 ਸਤੰਬਰ 1986 ਨੂੰ ਜਿਹੜਾ ਪੰਜਾਬ ਦਾ
ਜੂਨ ਦਾ ਮਹੀਨਾ ਚੱਲ ਰਿਹਾ ਸੀ ਪਿਛਲੀ ਵਾਰੀ ਵੀ ਯਾਦ ਕੀਤਾ ਸੀ ਆਪਣੇ ਸਾਥੀਆਂ ਨੂੰ ਇਹਨਾਂ ਨੂੰ ਵੀ ਯਾਦ ਕਰਦੇ ਹਾਂ ਕਿ 25 ਸਤੰਬਰ 1986 ਨੂੰ ਇਹਨਾਂ ਦਾ ਬਹੁਤ ਬੇਰਹਿਮੀ ਨਾਲ ਕਤਲ ਹੋਇਆ ਜੀ ਕਿਸੇ ਵੀ ਤਰੀਕੇ ਨਾਲ ਉਹਨੂੰ ਜਸਟੀਫਾਈ ਨਹੀਂ ਕੀਤਾ ਜਾ ਸਕਦਾ ਉਹ ਜਿਹੜਾ ਦਹਿਸ਼ਤਗਰਦੀ ਦਾ ਮਾਹੌਲ ਸੀਗਾ ਉਹਦੇ ਵਿੱਚ ਇਹ ਸਾਥੀ ਸਾਡੇ ਪਿਆਰੇ ਸਾਥੀਆਂ ਨੂੰ ਔਰ ਦੱਸਦੇ ਨੇ ਕਿ ਇਹਨਾਂ ਦੇ ਪਿੰਡਾਂ 'ਚ ਜਿਹੜਾ ਇਕੱਠ ਹੋਇਆ ਸੀਗਾ ਉਹੋ ਜਿਹਾ ਇਕੱਠ ਅੱਜ ਤੱਕ ਉਹ ਪਿੰਡਾਂ ਦੇ ਵਿੱਚ ਨਹੀਂ ਹੋਇਆ ਇੰਨੇ ਹਰਮਨ ਪਿਆਰੇ ਔਰ ਜਿਹੜੀ ਸੀ ਪੀ ਆਈ ਦੇ ਇਹ ਉਸ ਟਾਈਮ ਇਲੈਕਟਡ ਜਿਹੜੇ ਐਮ ਪੀ ਸੀਗੇ ਗੜਸ਼ੰਕਰ ਤਹਿਸੀਲ ਦੇ ਵਿੱਚੋਂ ਸੋ ਸਾਨੂੰ ਇਹਨਾਂ ਦੀ ਗੱਲ ਕਰਨ ਇਸ ਕਰਕੇ ਸਾਨੂੰ ਬਹੁਤ ਜ਼ਰੂਰੀ ਲੱਗਦੀ ਪਈ ਹੈ ਜਦੋਂ ਅਸੀਂ ਆਰਟੀਕਲ ਪੜ੍ਹਾਂਗੇ ਕਿ ਜੋ ਕੰਮ ਅਸੀਂ ਇੱਥੇ ਕਰਨਾ ਚਾਹ ਰਹੇ ਹਾਂ ਆਪਣੇ ਪ੍ਰਵਾਸੀ ਕੰਮਾਂ ਦੇ ਵਾਸਤੇ ਉਹੀ ਕੰਮ ਇਹਨਾਂ ਨੇ 1937 ਕਿਹੜੇ ਟਾਈਮ ਦੇ ਉੱਪਰ ਕੈਨੇਡਾ ਦੇ ਵਿੱਚ ਕਰਨਾ ਚਾਹਿਆ ਕਿਹੜੀਆਂ ਕਿਹੜੀਆਂ ਇਹਨਾਂ ਨੂੰ ਔਕੜਾਂ ਦਾ ਬਿਲਕੁਲ ਜੇ ਅਸੀਂ ਉਹ ਪੜਾਂਗੇ ਤੇ ਬਿਲਕੁਲ ਉਹੀ ਔਕੜਾਂ ਦਾ ਸਾਨੂੰ ਜਿਹੜਾ ਸਾਹਮਣਾ ਕਰਨਾ ਇੱਥੇ ਪੈ ਰਿਹਾ ਇਸ ਕਰਕੇ ਇਹਨਾਂ ਦੀ ਜ਼ਿੰਦਗੀ ਦੇ ਉੱਪਰ ਆਪਾਂ ਝਾਤ ਇਹ ਜ਼ਰੂਰ ਪਹੁੰਚਾਵਾਂਗੇ ਸੋ ਅਨੂ ਜੀ ਆਪਾਂ ਇਹ ਜਿਹੜਾ ਲਿਖਿਆ ਹੈਗਾ ਇਹ ਲਿਖਣ ਵਾਲੇ ਨੇ ਜੀ ਸਾਧੂ ਬਨਿੰਗ ਤੇ ਸੁਖਵੰਤ ਹੁੰਦਲ ਇਹਨਾਂ ਦੀ ਜ਼ਿੰਦਗੀ ਦੇ ਉੱਪਰ ਇੱਕ ਪੰਛੀ ਝਾਤ ਹੈਗੀ ਆ ਔਰ ਤੁਹਾਨੂੰ ਬੜੀ ਰੌਚਕ ਲੱਗੂਗੀ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਕੈਨੇਡਾ ਦੇ ਵਿੱਚ ਜਿਹੜੇ ਪ੍ਰਵਾਸੀ ਕਾਮੇ ਸੀਗੇ ਉਹਨਾਂ ਦੇ ਵਾਸਤੇ ਕੰਮ ਕੀਤਾ ਜਿੰਨਾ ਵੀ ਅੱਜ ਅਸੀਂ ਪੜ੍ਹ ਸਕਦੇ ਹਾਂਜੀ ਹਾਂਜੀ ਇਹਨੂੰ ਅਸੀਂ ਅਗਲੇ ਪ੍ਰੋਗਰਾਮਾਂ 'ਚ ਜਾਰੀ ਰੱਖਾਂਗੇ ਸੋ ਹਾਂਜੀ ਦਰਸ਼ਨ ਸਿੰਘ ਕੈਨੇਡੀਅਨ ਬਾਰੇ ਇਹ ਲੇਖ ਕੈਨੇਡਾ ਦੇ ਪੰਜਾਬੀ ਭਾਈਚਾਰੇ ਦੇ ਇਤਿਹਾਸ ਦੀ ਮਹੱਤਵਪੂਰਨ ਕੜੀ ਹੈ ਇਸ ਵਿੱਚ ਉਸ ਵੱਲੋਂ ਪਾਏ ਯੋਗਦਾਨ ਦੇ ਉਹ ਪਹਿਲੂ ਸਾਹਮਣੇ ਲਿਆਂਦੇ ਗਏ ਹਨ ਜੋ ਇੱਥੋਂ ਦੇ ਇਤਿਹਾਸ ਵਿੱਚ ਉਸਦਾ ਅਹਿਮ ਸਥਾਨ ਬਣਾਉਂਦੇ ਹਨ ਦਰਸ਼ਨ ਸਿੰਘ ਆਖਰੀ ਵਾਰ 1985 ਵਿੱਚ ਕੈਨੇਡਾ ਆਏ ਸਨ ਉਸ ਸਮੇਂ ਡਾਕਟਰ ਹਰੀ ਸ਼ਰਮਾ ਸੁਖਵੰਤ ਹੁੰਦਲ ਮੱਖਣ ਟੁੱਟ ਤੇ ਸਾਧੂ ਬਨਿੰਗ ਨੇ ਉਹਨਾਂ ਨਾਲ 18 ਘੰਟੇ ਦੀ ਗੱਲਬਾਤ ਟੇਪ ਕੀਤੀ ਸੀ ਇਸ ਲੇਖ ਵਿੱਚ ਲਈ ਬਹੁਤ ਜਾਣਕਾਰੀ ਉਸ ਮੁਲਾਕਾਤ ਉੱਤੇ ਆਧਾਰਿਤ ਹੈ ਇਸ ਤੋਂ ਬਿਨਾਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਸਾਂਭੀਆਂ ਪੁਰਾਣੀਆਂ ਅਖ਼ਬਾਰਾਂ ਅਤੇ ਤਸਵੀਰਾਂ ਤੋਂ ਕਾਫ਼ੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ ਇੰਟਰਨੈਸ਼ਨਲ ਵੁੱਡ ਵਰਕਰਸ ਆਫ ਅਮਰੀਕਾ IWA ਦੇ ਪੇਪਰਾਂ ਅਤੇ ਫਾਈਲਾਂ ਵਿੱਚੋਂ ਵੀ ਕਾਫ਼ੀ ਸਹਾਇਤਾ ਮਿਲੀ ਇਹਨਾਂ ਸੋਮਿਆਂ ਤੋਂ ਮਿਲੀ ਜਾਣਕਾਰੀ ਵਿੱਚ ਅਤੇ ਉਹਨਾਂ ਉੱਤੇ ਆਧਾਰਿਤ ਇਸ ਲੇਖ ਵਿੱਚ ਕਾਫ਼ੀ ਕੁਝ ਇਹੋ ਜਿਹਾ ਹੈ ਜਿਹੜਾ ਪਹਿਲਾਂ ਪੰਜਾਬੀ ਵਿੱਚ ਉਪਲਬਧ ਨਹੀਂ ਸੀ ਪਰ ਜਿਹੜੀ ਗੱਲ ਇਸ ਲਿਖਤ ਨੂੰ ਸਭ ਤੋਂ ਵੱਧ ਅਹਿਮੀਅਤ ਦਿੰਦੀ ਹੈ ਉਹ ਇਹ ਹੈ ਇਸ ਲੇਖ ਵਾਸਤੇ ਕੀਤੀ ਦਰਸ਼ਨ ਸਿੰਘ ਦੇ ਕੁਝ ਉਹਨਾਂ ਸਾਥੀਆਂ ਨਾਲ ਗੱਲਬਾਤ ਜੋ ਉਸ ਦੇ ਨਾਲ ਕੰਮ ਕਰਦੇ ਰਹੇ ਹਨ ਅਤੇ ਜਿਨ੍ਹਾਂ ਦੇ ਮਨਾਂ ਵਿੱਚ ਉਸ ਵਾਸਤੇ ਅਥਾਹ ਸਤਿਕਾਰ ਤੇ ਮੋਹ ਹੈ ਇਹਨਾਂ ਵਿੱਚੋਂ ਵਿਸ਼ੇਸ਼ ਹਨ ਮੋਰਿਸ ਰਸ ਐਮੇਲ ਬਿਊਰੋਨਸਨ ਮੋਨਾ ਮੋਰਗਨ ਕ੍ਰੇਗ ਪ੍ਰਿਚਟ ਕੁਲਦੀਪ ਬੈਂਸ ਹੈਰੀ ਰੈਂਕਿਨ ਤੇ ਰੋਏ ਮਾਂ IWA ਦੇ ਮੌਜੂਦਾ ਸਮੇਂ ਦੇ ਕਾਰਕੁਨਾਂ ਵੱਲੋਂ ਖਾਸ ਕਰ ਕਲੇ ਪੈਰੀ ਵੱਲੋਂ ਵੀ ਦਰਸ਼ਨ ਸਿੰਘ ਦੇ ਜੀਵਨ ਨਾਲ ਸੰਬੰਧਿਤ ਕਾਫੀ ਜਾਣਕਾਰੀ ਪ੍ਰਾਪਤ ਹੋਈ ਇਹ ਲੇਖ ਸਾਧੂ ਬਨਿੰਗ ਅਤੇ ਸੁਖਵੰਤ ਹੁੰਦਲ ਵੱਲੋਂ ਸੰਨ 2000 ਵਿੱਚ ਲਿਖੀ ਕਿਤਾਬ ਸੰਘਰਸ਼ ਦੇ 100 ਵਰੇ ਕੈਨੇਡਾ ਵਿੱਚ ਪੰਜਾਬੀ ਪ੍ਰਗਤੀਸ਼ੀਲ ਲਹਿਰ ਦੇ ਹਿੱਸੇ ਵਿੱਚੋਂ ਲਿਖਿਆ ਗਿਆ ਸੀ ਹਿੱਸੇ ਵਜੋਂ ਲਿਖਿਆ ਗਿਆ ਸੀ ਇਸ ਵਿੱਚ ਪੇਸ਼ ਜਾਣਕਾਰੀ ਦਰਸ਼ਨ ਸਿੰਘ ਦੇ ਕੈਨੇਡਾ ਵਿੱਚ ਹੁੰਦਿਆਂ ਪਾਏ ਯੋਗਦਾਨ ਦੀ ਪੂਰੀ ਤਸਵੀਰ ਪੇਸ਼ ਨਹੀਂ ਕਰਦੀ ਕੈਨੇਡਾ ਵਿੱਚ ਉਸ ਦੇ 10 ਵਰੇ ਦਾ ਜੀਵਨ ਆਪਣੇ ਆਪ ਵਿੱਚ ਵੱਖਰੀ ਕਿਤਾਬ ਦੀ ਮੰਗ ਕਰਦਾ ਹੈ ਇੱਥੇ ਮੈਂ ਇਹ ਵੀ ਦੱਸਦਾ ਕਿ ਉਹਨਾਂ ਨੇ ਸਿਰਫ 10 ਸਾਲ ਬਿਤਾਏ ਕੈਨੇਡਾ 'ਚ ਕਿਉਂਕਿ 1937 ਤੋਂ 1947 ਵਿੱਚ ਜਦੋਂ ਬ੍ਰਿਟਿਸ਼ ਛੱਡ ਕੇ ਚਲੇ ਗਏ ਉਦੋਂ ਇਹਨਾਂ ਨੂੰ ਲੱਗਿਆ ਕਿ ਮੇਰੀ ਹੁਣ ਉੱਥੇ ਜ਼ਰੂਰਤ ਹੈ ਤੋ ਹਿੰਦੁਸਤਾਨ 'ਚ ਲੋੜ ਹੈ ਹਾਲਾਂਕਿ ਆਰਾਮ ਨਾਲ ਰਹਿੰਦੀ ਜ਼ਿੰਦਗੀ ਕੈਨੇਡਾ 'ਚ ਰਹਿ ਸਕਦੀ ਸੀਗੀ ਜੀ ਇਹ ਬਹੁਤ ਮਹਾਨ ਇਹਨਾਂ ਦਾ ਬਲੀਦਾਨ ਬਹੁਤ ਵੱਡਾ ਹੈ ਜੀ ਕੈਨੇਡਾ ਦੀ ਪੰਜਾਬੀ
ਸਲੈਸ਼ ਭਾਰਤੀ ਕਮਿਊਨਿਟੀ ਵਿੱਚ 1920 ਤੋਂ 1940 ਵਿਚਕਾਰ ਵੱਡੀ ਪੱਧਰ ਦੀਆਂ ਅਜਿਹੀਆਂ ਸਰਗਰਮੀਆਂ ਨਹੀਂ ਹੋਈਆਂ ਜਿਨ੍ਹਾਂ ਨੇ ਕਮਿਊਨਿਟੀ ਉੱਪਰ ਕੋਈ ਸਦੀਵੀ ਛਾਪ ਛੱਡੀ ਹੋਵੇ। ਇਸ ਦਾ ਇੱਕ ਕਾਰਨ ਪੱਛਮੀ ਮੁਲਕਾਂ ਤੇ ਖਾਸ ਕਰ ਉੱਤਰੀ ਅਮਰੀਕਾ ਵਿੱਚ 1929 ਵਿੱਚ ਪਿਆ ਵਿਸ਼ਾਲ ਆਰਥਿਕ ਮੰਦਵਾੜਾ ਵੀ ਸੀ। ਚੌਥੇ ਦਹਾਕੇ 1930 ਤੋਂ 1940 ਦੇ ਪਹਿਲੇ ਕੁਝ ਸਾਲਾਂ ਦੌਰਾਨ ਇੱਥੇ ਨੌਕਰੀਆਂ ਦੀ ਅਣਹੋਂਦ ਕਾਰਨ ਕਾਫੀ ਪੰਜਾਬੀ ਵਾਪਸ ਦੇਸ਼ ਚਲੇ ਗਏ ਸਨ, ਪਰ 1940 ਦੌਰਾਨ ਦਰਸ਼ਨ ਸਿੰਘ ਕੈਨੇਡੀਅਨ ਨੇ BC ਦੀ ਮਜ਼ਦੂਰ ਲਹਿਰ ਅਤੇ ਕਮਿਊਨਿਸਟ ਲਹਿਰ ਵਿੱਚ ਬਹੁਤ ਹੀ ਨਿੱਗਰ ਅਤੇ ਪ੍ਰਭਾਵਸ਼ਾਲੀ ਕੰਮ ਕੀਤਾ। ਉਸ ਦੇ ਕੰਮ ਦਾ ਕੈਨੇਡਾ ਦੀ ਖੱਬੀ ਧਿਰ ਦੀਆਂ ਸਰਗਰਮੀਆਂ ਅਤੇ ਪੰਜਾਬੀ ਕਮਿਊਨਿਟੀ ਦੀਆਂ ਸਮੁੱਚੀਆਂ ਸਰਗਰਮੀਆਂ ਵਿੱਚ ਇੱਕ ਅਹਿਮ ਥਾਂ ਬਣਦਾ ਹੈ। ਉਸ ਦੇ ਕੰਮ ਨੇ ਇੱਕ ਪਾਸੇ ਇੱਥੇ ਵਸਦੇ ਪੰਜਾਬੀਆਂ ਦੇ ਜੀਵਨ ਦੀਆਂ ਹਾਲਤਾਂ ਨੂੰ ਸੁਧਾਰਨ ਲਈ ਯੋਗਦਾਨ ਪਾਇਆ, ਦੂਜੇ ਪਾਸੇ ਕੈਨੇਡਾ ਦੇ ਲੋਕਾਂ ਖਾਸ ਕਰਕੇ ਅਗਾਂਹ ਵਧੂ ਲੋਕਾਂ ਨਾਲ ਸਾਂਝ ਪੈਦਾ ਕਰਨ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ। ਇਸ ਸਾਂਝ ਕਾਰਨ ਪੰਜਾਬੀਆਂ ਨੂੰ ਇਸ ਮੁਲਕ ਦੀ ਮਜ਼ਦੂਰ ਲਹਿਰ ਵਿੱਚ ਇੱਕ ਵਿਸ਼ੇਸ਼ ਸਤਿਕਾਰ ਅਤੇ ਮਾਣ ਮਿਲਿਆ ਅਤੇ ਇੱਥੇ ਵਧਣ ਫੁੱਲਣ ਵਿੱਚ ਹਮਾਇਤ ਹਾਸਲ ਹੋਈ। ਕਿਤਾਬ ਦੇ ਇਸ ਕਾਂਡ ਵਿੱਚ ਅਸੀਂ ਦਰਸ਼ਨ ਸਿੰਘ ਕੈਨੇਡੀਅਨ ਦੇ ਇਸ ਕੰਮ ਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕਰਾਂਗੇ। ਅਜਿਹਾ ਕਰਨ ਲਈ ਅਸੀਂ ਕੈਨੇਡਾ ਵਿੱਚ ਉਸਦੀ ਰਿਹਾਇਸ਼ ਦੇ 10 ਵਰ੍ਹਿਆਂ 1937 ਤੋਂ 1947 ਤੱਕ ਦੇ ਵੱਖ ਵੱਖ ਪੜਾਵਾਂ ਉੱਤੇ ਕੀਤੇ ਕੰਮਾਂ ਦਾ ਜ਼ਿਕਰ ਕਰਾਂਗੇ। ਕੈਨੇਡਾ ਵਿੱਚ ਆਮਦ ਦੇ ਪਹਿਲੇ ਵਰ੍ਹੇ। ਦਰਸ਼ਨ ਸਿੰਘ 1937 ਵਿੱਚ ਕੈਨੇਡਾ ਆਇਆ। ਉਸ ਵੇਲੇ ਉਸਦੀ ਉਮਰ 19 ਵਰ੍ਹਿਆਂ ਦੀ ਸੀ। ਭਾਵੇਂ ਉਹ ਇੱਕ ਵਿਦਿਆਰਥੀ ਦੇ ਤੌਰ ਤੇ ਕੈਨੇਡਾ ਆਇਆ, ਪਰ ਉਸਦੇ ਇੱਧਰ ਨੂੰ ਆਉਣ ਦੇ ਕਾਰਨ ਆਮ ਪੰਜਾਬੀਆਂ ਵਾਲੇ ਹੀ ਸਨ। ਉਸਦੇ ਆਪਣੇ ਕਹਿਣ ਮੁਤਾਬਕ, ਮੇਰੇ ਇੱਥੇ ਆਉਣ ਦੇ ਕਾਰਨ ਆਮ ਪੰਜਾਬੀਆਂ ਤੋਂ ਕੋਈ ਵੱਖਰੇ ਨਹੀਂ ਸਨ। ਘਰ ਵਿੱਚ ਭੁੱਖ ਬਹੁਤ ਸੀ, ਕਿਸੇ ਪਾਸੇ ਨੂੰ ਨਿਕਲਣਾ ਹੀ ਸੀ। ਮੇਰਾ ਬਾਪ ਬਹੁਤ ਗਰੀਬ ਕਿਸਾਨ ਸੀ। ਮੈਂ ਜੀ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਜਿਹੜੇ ਸਹੁਰਾ ਸਾਹਿਬ ਨੇ ਬਹੁਤ ਵੱਡੇ ਗਦਰੀ ਬਾਬਾ ਲਾਲ ਸਿੰਘ ਹੁਣੀ ਮੇਰਾ ਬਾਪ ਬਹੁਤ ਗਰੀਬ ਕਿਸਾਨ ਸੀ। ਕੁੱਲ ਮਿਲਾ ਕੇ 4 ਏਕੜ ਜ਼ਮੀਨ ਸੀ ਸਾਡੀ, ਪਿੰਡ ਲੰਗੇਰੀ, ਤਹਿਸੀਲ ਗੜ੍ਹ ਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ। ਉਹ ਵੀ 15 ਟੁਕੜਿਆਂ ਵਿੱਚ ਵੰਡੀ ਹੋਈ ਸੀ। ਉਸ ਵੇਲੇ ਪੰਜਾਬੀਆਂ ਦੀ ਕੈਨੇਡਾ ਵਿੱਚ ਵਸੋਂ ਇੰਨੀ ਜ਼ਿਆਦਾ ਨਹੀਂ ਸੀ। ਇਹਨਾਂ ਵਿੱਚੋਂ ਬਹੁਤੇ ਸਿੱਖ ਭਾਈਚਾਰੇ ਨਾਲ ਸੰਬੰਧ ਰੱਖਦੇ ਸਨ। ਇਹ ਕੈਨੇਡਾ ਦੇ ਪੱਛਮੀ ਤੱਟ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿ ਕੇ ਲੱਕੜ ਦੀਆਂ ਮਿੱਲਾਂ ਵਿੱਚ ਕੰਮ ਕਰਦੇ ਸਨ। ਦਰਸ਼ਨ ਸਿੰਘ ਵੀ ਪੰਜਾਬ ਦੇ ਪਿੰਡ ਵਿੱਚੋਂ ਅਤੇ ਸਿੱਖ ਪਰਿਵਾਰ ਵਿੱਚੋਂ ਆਇਆ ਹੋਣ ਕਰਕੇ ਇਹਨਾਂ ਲੋਕਾਂ ਵਿੱਚ ਘੁਲ ਮਿਲ ਗਿਆ। ਉਸਨੇ ਪਹਿਲਾਂ ਹੋਰ ਪੰਜਾਬੀਆਂ ਵਾਂਗ ਲੱਕੜ ਦੀ ਸਨਅਤ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਸ ਸਾਲ ਉਸ ਨੂੰ ਮਿੱਲਾਂ ਅਤੇ ਲੌਗਿੰਗ ਕੈਂਪਾਂ ਵਿੱਚ ਕੰਮ ਦੀਆਂ ਆਮ ਹਾਲਤਾਂ ਅਤੇ ਖਾਸ ਕਰ ਗੈਰ ਗੋਰੇ ਲੋਕਾਂ ਨਾਲ ਹੁੰਦੇ ਵਿਤਕਰਿਆਂ ਨੂੰ ਦੇਖਣ ਅਤੇ ਸਮਝਣ ਦਾ ਮੌਕਾ ਮਿਲਿਆ। ਸਭ ਤੋਂ ਪਹਿਲਾਂ ਉਸ ਨੂੰ ਵੈਨਕੂਵਰ ਆਈਲੈਂਡ ਉੱਤੇ ਇੱਕ ਪੰਜਾਬੀ ਮਿੱਲ ਮਾਲਕ ਕਪੂਰ ਸਿੰਘ ਦੀ ਮਿੱਲ ਵਿੱਚ ਕੰਮ ਮਿਲਿਆ। ਉਸ ਦਾ ਚਾਚਾ ਇਸ ਮਿੱਲ ਵਿੱਚ ਕੰਮ ਕਰਦਾ ਸੀ, ਜਿਸ ਦੀ ਸਿਫਾਰਿਸ਼ ਉੱਤੇ ਉਸ ਨੂੰ ਇਹ ਨੌਕਰੀ ਮਿਲੀ। ਪਰ ਜਿਸ ਦਿਨ ਉਹ ਕੰਮ ਉੱਤੇ ਲੱਗਾ, ਉਸ ਦਿਨ ਉਹ ਉਸਦੇ ਚਾਚੇ ਨੂੰ ਕੰਮ ਤੋਂ ਹਟਾ ਦਿੱਤਾ ਗਿਆ। ਇਸ ਘਟਨਾ ਦਾ ਬਿਆਨ ਦਰਸ਼ਨ ਸਿੰਘ ਇਹਨਾਂ ਸ਼ਬਦਾਂ ਵਿੱਚ ਕਰਦਾ ਹੈ। ਜਿੱਦਣ ਕਪੂਰ ਸਿੰਘ ਨੇ ਮੈਨੂੰ ਕੰਮ ਉੱਤੇ ਰੱਖਿਆ, ਚਾਚੇ ਨੂੰ ਉਸੇ ਦਿਨ ਮਿੱਲ ਚੋਂ ਛੁੱਟੀ ਕਰ ਦਿੱਤੀ। ਚਾਚਾ ਕਪੂਰ ਸਿੰਘ ਲਈ ਸ਼ਾਇਦ ਪੁਰਾਣਾ ਘੋੜਾ ਹੋ ਚੁੱਕਾ ਸੀ। 60 ਸਾਲ ਦਾ ਬਿਰਧ ਸੀ, ਉਹ ਉਹਨੇ ਹਟਾ ਦਿੱਤਾ ਅਤੇ ਉਹਦੀ ਥਾਂ 20 ਸਾਲਾਂ ਦਾ ਨਵਾਂ ਘੋੜਾ ਰੱਖ ਲਿਆ। ਇਹ ਗੱਲ ਨੂੰ ਜੀ ਬਹੁਤ ਨੋਟ ਕਰਨ ਵਾਲੀ ਹੈ ਕਿ ਪਹਿਲਾਂ ਜਿਹੜੇ ਮਾਲਕ ਨੇ ਉਹ
ਗੋਰੇ ਮੂਲ ਦੇ ਨੇ ਜਿਹੜੇ ਡਿਸਕ੍ਰਿਮੀਨੇਸ਼ਨ ਕਰਦੇ ਨੇ ਹੁਣ ਜਿਹੜੇ ਇਹ ਆਪਣੇ ਮੂਲ ਦੇ ਸਾਡੇ ਆਪਣੇ ਆ ਗਏ ਆ ਤੇ ਉਹ ਵੀ ਉਹਨਾਂ ਨਾਲੋਂ ਘੱਟ ਨਹੀਂ ਕਰ ਰਹੇ ਜਿਹੜਾ ਜਿਹੜਾ ਮਾਹੌਲ ਸੀ ਨਿਊਜ਼ੀਲੈਂਡ ਦੇ ਵਿੱਚ ਬਿਲਕੁਲ ਇਸ ਵਕਤ ਜਿਹੜਾ ਅਸੀਂ ਸ਼ੋਸ਼ਣ ਦੇਖ ਰਹੇ ਹਾਂ ਉਹ ਆਪਣੇ ਹੀ ਆਪਣਿਆਂ ਦਾ ਸ਼ੋਸ਼ਣ ਕਰ ਰਹੇ ਨੇ ਇਹ ਇਹ ਕੋਈ ਨਵੀਂ ਨਹੀਂ ਹੋ ਰਹੀ ਇਹ ਬਿਲਕੁਲ ਇਹ ਅਗਾਂਹ ਜਾ ਕੇ ਸਾਨੂੰ ਇਹਦੇ ਵਿੱਚੋਂ ਕਾਫ਼ੀ ਕੁਛ ਪਤਾ ਲੱਗੂ ਇੱਕ ਅਨੂ ਜੀ ਅਗਲੇ ਹਫ਼ਤੇ ਆਪਾਂ ਜ਼ਰੂਰ ਪੜ੍ਹਾਂਗੇ ਕਿਉਂਕਿ ਆਪਾਂ ਗੱਲ ਕੀਤੀ ਜੂਨ ਦਾ ਮਹੀਨਾ ਜਿਹੜਾ SFS ਜਿਹੜੀ ਸਟੂਡੈਂਟ ਫੋਰ ਸੋਸਾਇਟੀ ਹੈ ਚੰਡੀਗੜ੍ਹ ਦੇ ਵਿੱਚ ਜਿਹਨਾਂ ਨੇ ਲੰਬਾ ਸੰਘਰਸ਼ ਲਿਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ ਇਹ ਜੂਨ ਦਾ ਜਿਹੜਾ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਹ 'ਚ ਬਹੁਤ ਹੀ ਵਧੀਆ ਉਹਨਾਂ ਨੇ ਆਰਟੀਕਲ ਲਿਖਿਆ ਸੋ ਅਸੀਂ ਮੇਰਾ ਦਿਲ ਕਰਦਾ ਅਗਲੇ ਹਫ਼ਤੇ ਅਸੀਂ ਪੜ੍ਹਾਂਗੇ ਸੋ ਇਹ ਵੀ ਆਰਟੀਕਲ ਨੂੰ ਜੀ ਫਿਰ ਅਗਲੇ ਹਫ਼ਤੇ ਬਾਕੀ ਦਾ ਹਾਂਜੀ ਇਹਨੂੰ ਅਸੀਂ ਕੰਟੀਨਿਊ ਰੱਖਾਂਗੇ ਅੰਗਰੇਜ਼ੀ ਵਿੱਚ ਵੀ ਇਹ ਅਵੇਲੇਬਲ ਹੈ ਸੋ ਆਪਾਂ ਕੋਸ਼ਿਸ਼ ਇਹ ਵੀ ਕਰਾਂਗੇ ਕਿ ਅਸੀਂ ਪਹਿਲਾਂ ਵੀ ਆਪਣੇ ਇੱਕ ਦੋ ਜਿਹੜੇ ਫੰਕਸ਼ਨ ਕੀਤੇ ਉਹਦੇ ਵਿੱਚ ਲਿਟਰੇਚਰ ਪ੍ਰੋਵਾਈਡ ਕਰਦੇ ਹਾਂ ਸੋ ਇਹ ਪੰਜਾਬੀ ਅਤੇ ਅੰਗਰੇਜ਼ੀ ਦੋਨੋਂ ਵਰਜ਼ਨ ਇਹਦੇ ਅਸੀਂ ਇਸ ਤਰ੍ਹਾਂ ਬੁੱਕਲੈਟਸ ਪ੍ਰਿੰਟ ਕਰਕੇ ਕੋਸ਼ਿਸ਼ ਕਰਾਂਗੇ ਕਿ ਸਾਰੇ ਸਰੋਤਿਆਂ ਤੱਕ ਪਹੁੰਚਾਈਏ ਕਿਉਂਕਿ ਬਹੁਤ ਜ਼ਿਆਦਾ ਸਾਨੂੰ ਜਿਹੜਾ ਕੰਮ ਅਸੀਂ ਕਰਦੇ ਹਾਂ ਇੱਥੇ ਮਾਈਗ੍ਰੈਂਟ ਵਰਕਰਸ ਐਸੋਸੀਏਸ਼ਨ ਦੇ ਤਹਿਤ ਦਰਸ਼ਨ ਸਿੰਘ ਕੈਨੇਡੀਅਨ ਵਰਗੇ ਜਿਹੜੇ ਸਾਡੇ ਇਨਕਲਾਬੀ ਸਾਥੀ ਹੋਏ ਨੇ ਸਾਨੂੰ ਬਹੁਤ ਵੱਡੇ ਪ੍ਰੇਰਣਾ ਸਰੋਤ ਲੱਗਦੇ ਨੇ ਔਰ ਇਹ ਜਦੋਂ ਵੀ ਅਸੀਂ ਇਹਨਾਂ ਦੀ ਜੀਵਨੀ ਪੜ੍ਹਦੇ ਔਰ ਕਿਸ ਕਿਸ ਤਰ੍ਹਾਂ ਦਾ ਇਹਨਾਂ ਨੇ ਮਿੱਲਾਂ ਦੇ ਮਾਲਕਾਂ ਨੇ ਜੀ ਗੁੰਡੇ ਪਾਲੇ ਹੋਏ ਹੁੰਦੇ ਸੀਗੇ ਕੁੱਟਮਾਰ ਕਰਦੇ ਸੀਗੇ ਇਹਨਾਂ ਨੂੰ ਮਿੱਲ ਦੇ ਵਿੱਚ ਪੰਜਾਬੀ ਮੂਲ ਦੇ ਔਰ ਇਹਨਾਂ ਨੂੰ ਮਿੱਲਾਂ ਦੇ ਵਿੱਚ ਵੜਨ ਨਹੀਂ ਸੀ ਦਿੰਦੇ ਔਰ ਘੰਟਿਆਂ ਬੱਧੀ ਇਹਨਾਂ ਨੂੰ ਉਹ ਇੰਸੀਡੈਂਟ ਉਹ ਅੱਗੇ ਚੱਲ ਕੇ ਆਏਗਾ ਸੋ ਇਸ ਕਰਕੇ ਅਸੀਂ ਜਿਹੜਾ ਕੰਮ ਕਰਦੇ ਹਾਂ ਉਹ ਇਸ ਤਰ੍ਹਾਂ ਦੇ ਜਿਹੜੇ ਸਾਥੀ ਨੇ ਉਹ ਸਾਨੂੰ ਨਿਰਾਸ਼ ਨਹੀਂ ਹੋਣ ਦਿੰਦੇ ਸਾਡੇ ਆਪਣੇ ਕੰਮ ਤੋਂ ਇਹ ਮੇਰਾ ਪੁਆਇੰਟ ਹੈ ਕਹਿਣ ਤੋਂ ਤੋ ਅੱਜ ਮੇਰਾ ਖਿਆਲ ਅਸੀਂ ਇੱਥੇ ਇਜਾਜ਼ਤ ਲਈਏ ਅਗਲੇ ਸੋਮਵਾਰ ਅਸੀਂ ਦੁਬਾਰਾ ਮੁਖਾਤਬ ਹੋਵਾਂਗੇ ਆਪਣੇ ਸਰੋਤਿਆਂ ਨਾਲ ਜੀ ਦੋਸਤੋ ਸਲਾਮਾ ਅਲਵਿਦਾ
ਸੁਣਨਾ ਰੇਡੀਓ ਇਨਕਲਾਬ ਹਰ ਸੋਮਵਾਰ ਸ਼ਾਮ 5 ਵਜੇ ਪਲੈਨਟ 104.6 FM ਤੇ ਜਾਂ ਫਿਰ ਆਨਲਾਈਨ ਕਿਸੇ ਵੀ ਵਕਤ planetaudio.org.nz/radioinqilab